ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਖਤ ਕਿਹੇ ਚਲ ਮੂਰਤਿ ਅਨੁਪਉ ਪ੍ਰਕਾਸ਼ ਅਮਿਤੋ ਇਕ ਹਿਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਿਣਜੈ ਤਿਰਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰਤੀ ਸਹਿਫ ਸਰੋਹੀ ਸਹਤੀ ਯਹ ਹਮਾਰ ਪੀਰ ਤੀਰ ਤੁਹੀ ਸਹਤੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਵੀਰ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲਿਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥੇ ਤੁਮ ਕਰੋ ਸਹਾਇ ਮੂਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਵਤ ਸ਼ਿਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਵਾਹਿਗੁਰੂ ਸਾਹਿਬ ਜੀਓ, ਤੁਐ ਪ੍ਰਸਾਦ ਦੋਹਰਾ, ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਓ ਬੈਨ, ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਦ ਤੈਨ, ਤੁਐ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਰੂੜੀ ਵਿਖੇ ਦੀਵਾਨ ਸਜਿਆ ਹੋਇਆ, ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਜਾਪ, ਕੁਝ ਸਮਾਜ ਸਿੰਘੀ ਦੇ ਨਿਗਾਹ ਵਿੱਚ ਗੁਰਬਾਣੀ ਦੇ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਸਮਾਜ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਗ੍ਰੰਥ ਦਾ ਨਾਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਹੈ ਅਤੇ ਕਈ ਲੋਕ ਉਸਨੂੰ ਦਸਮ ਗ੍ਰੰਥ ਹੀ ਕਹਿੰਦੇ ਨੇ। ਇਹ ਨਿਰੇ ਅਸ਼ੁੱਧ ਲਫ਼ਜ਼ ਹੈ, ਕਿਉਂਕਿ ਜੇ ਅਸੀਂ ਦਸਮ ਗ੍ਰੰਥ ਕਹਾਂਗੇ ਇਹਦਾ ਮਹਿਨਾ ਬਣੇਗਾ ਵੀ ਦਸਵਾਂ ਗ੍ਰੰਥ। ਇਸ ਭਾਵ ਹੈ ਵੀ ਪਹਿਲਾਂ ਨੌ ਗ੍ਰੰਥ ਨੇ ਅਤੇ ਇਹ ਦਸਵਾਂ ਗ੍ਰੰਥ ਹੈ। ਜੇ ਅਸੀਂ ਸਤਿਕਾਰ ਨਾਲ ਕਹਾਂਗੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ, ਫਿਰ ਅਰਥ ਵੀ ਸ਼ੁੱਧ ਹੋਵੇਗਾ। ਸੁਭਾਏ ਮਾਨ ਸ੍ਰੇਸ਼ਟ ਜੋ ਦਸਵੇਂ ਗੁਰੂ ਜੀ ਹਨ ਉਹਨਾਂ ਦਾ ਇਹ ਜਿਹੜਾ ਗ੍ਰੰਥ ਹੈ ਸਾਹਿਬ ਸਤਿਕਾਰ ਵਜੋਂ ਲਫ਼ਜ਼ ਹੈ, ਜਿਵੇਂ ਅਸੀਂ ਜਪ ਜੀ ਸਾਹਿਬ ਕਹਿੰਦੇ ਹਾਂ ਉਹ ਸਤਿਕਾਰ ਬੋਧ ਲਫ਼ਜ਼ ਹੈ, ਜੀ ਵੀ ਅਤੇ ਸਾਹਿਬ ਵੀ। ਇਸ ਤਰ੍ਹਾਂ ਜਦੋਂ ਸ੍ਰੀ ਕਹਿੰਦੇ ਹਾਂ ਵੀ ਸਤਿਕਾਰ ਬੋਧਕ ਲਫ਼ਜ਼ ਹੈ, ਜਦੋਂ ਅਖੀਰ 'ਤੇ ਅਸੀਂ ਸਾਹਿਬ ਕਹਿੰਦੇ ਹਾਂ ਵੀ ਸਤਿਕਾਰ ਬੋਧ ਲਫ਼ਜ਼ ਹੈ। ਇਸ ਕਰਕੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਉਚਾਰਨ ਕੀਤਾ ਹੈ ਅਤੇ ਭਾਈ ਮਨੀ ਸਿੰਘ ਜੀ ਨੇ ਇਹਨੂੰ ਆਪਣੇ ਕਰ ਕਮਲਾਂ ਨਾਲ, ਜਿਵੇਂ ਗੁਰੂ ਕਾਸ਼ੀ ਸ੍ਰੀ ਦਮਨੋਆ ਸਾਹਿਬ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ, ਇਸੇ ਤਰ੍ਹਾਂ ਹੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਭਾਈ ਮਨੀ ਜੀ ਸਾਹਿਬ ਜੀ ਨੇ ਸੰਪਰਦਾ ਵਿੱਚ ਇਸ ਨੂੰ ਉਹ ਸ੍ਰੀ ਹਜੂਰ ਸਾਹਿਬ ਲਿਖਿਆ, ਸੱਚਖੰਡ ਸਾਹਿਬ ਲਿਖਿਆ ਹੈ।
ਉਹ ਇਸ ਤਰ੍ਹਾਂ ਉਹ ਸ੍ਰੀ ਗੁਰੂ ਦਸਮ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਪ੍ਰਸ਼ਨ ਰੂਪ ਦੇ ਵਿੱਚ ਗੁਰਬਾਣੀ ਆਈ ਹੈ, ਉਹ ਪ੍ਰਸ਼ਨ ਕਾ ਅਲੰਕਾਰ ਅਲੰਕਾਰ ਅਨੁਸਾਰ ਵੀ ਹੈ, ਭਾਵੇਂ ਉਹ ਪ੍ਰਸ਼ਨ ਰੂਪ ਦੇ ਵਿੱਚ ਬਾਣੀ, ਪਰ ਪ੍ਰਹੇਲਿਕਾ ਅਲੰਕਾਰ ਅਨੁਸਾਰ ਉਹਦੇ ਵਿੱਚ ਹੀ ਪਿਛਲੀਆਂ ਤੁਕਾਂ ਦੇ ਵੀ ਜਿਹੜੇ ਇੱਕ ਦੋ ਪਦ ਨੇ, ਇੱਕ ਦੋ ਤੁਕਾਂ ਤੇ ਉਹਨਾਂ ਵਿੱਚ ਹੀ ਉਹ ਪ੍ਰਸ਼ਨ ਦੇ ਸਾਰੇ ਉੱਤਰ ਹਨ, ਕਿਉਂਕਿ ਉਹ ਖੀਰਲੇ ਜਿਹੜੇ ਦੋ ਪਦ ਹੈ ਉਹ ਐਸੇ ਗੁਰੂ ਮਹਾਰਾਜ ਨੇ ਸੋਹਣੇ ਸ੍ਰੇਸ਼ਟ ਵਿਚਾਰ ਨਾਲ ਰੱਖੇ ਹੈ, ਜੇ ਕੋਸ਼ਾਂ ਵਿੱਚ ਉਹਨਾਂ ਦੇ ਮਿਹਨੇ ਪੜ੍ਹੀਏ ਤੇ ਫਿਰ ਉਹ ਮਿਹਨੇ ਲਿਖੇ ਪਏ ਹੈ ਵੀ ਤਰਕ ਦਾ ਨਾਂ ਸ੍ਰੇਸ਼ਟ ਵਿਚਾਰ ਵੀ ਹੈ, ਤਰਕ ਦਾ ਨਾਮ ਦਲੀਲ ਜੁਗਤੀ ਵੀ ਹੈ, ਤਰਕ ਦਾ ਨਾਮ ਵਿਰਾਗ ਹੈ, ਤੇ ਤਰਕ ਦਾ ਨਾਂ ਧਰ ਦਾ ਨਾਂ ਹੈ ਗਤ ਚਾਲ, ਕਾਹਦਾ ਅਰਥ ਹੈ ਅੱਗੇ ਪਾਉਣ ਪ੍ਰਾਣ ਸਵਾਸ, ਇਸ ਤਰ੍ਹਾਂ ਅਰਥ ਵੀ ਜਿਹੜੇ ਚੱਲਣ ਵਾਲੇ ਹੋਣ, ਚੱਲਣ ਵਾਲੀ ਹਵਾ ਵੀ ਹੈ, ਚੱਲਣ ਵਾਲੇ ਸਰੀਰ ਵਿੱਚ ਸਵਾਸ ਵੀ ਹਨ, ਇਹ ਅਵਤਾਰਕ ਵੀ ਜਿਹੜਾ ਨਾ ਚੱਲੇ ਰੁਕ ਜਾਏ, ਉਹ ਸਵਾਸ ਉਹ ਪਾਉਣ ਜਿਹੜੀ ਰੁਕ ਜਾਏ ਅਵਤਾਰਕ ਹੋ ਗਿਆ। ਇਸ ਤਰ੍ਹਾਂ ਇਹ ਉਹ ਜਿਹੜੇ ਅਖੀਰਲੇ ਪਦ ਆ ਉਹਨਾਂ ਵਿੱਚੋਂ ਵੀ ਉਹ ਸਾਰੇ ਪ੍ਰਸ਼ਨਾਂ ਦੇ ਉੱਤਰ ਨੇ, ਕੋਈ ਇੱਕ ਅੰਤਰ ਆਲਾ ਅੰਤਰ ਪ੍ਰਹੇਲਕਾ ਅਲੰਕਾਰ ਹੁੰਦਾ ਹੈ ਜਿਹੜੀ ਅੰਦਰੀ ਅਰਥ ਹੈ, ਇੱਕ ਬਾਹਰਲਾਪਕਾ ਅਲੰਕਾਰ ਹੁੰਦਾ ਹੈ ਉਹਦੇ ਬਾਹਰੋਂ ਉੱਤਰ ਦਿੱਤੇ ਜਾਂਦੇ ਨੇ। ਹੁਣ ਪਹਿਲੇ ਦਿਨ ਆਪਾਂ ਸਾਲ ਦੇ ਵਿੱਚ ਬਾਹਰ ਲਾਪਕਾ ਅਲੰਕਾਰ ਦੁਆਰਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਾਣੀ ਦੇ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਬਾਣੀ ਦੀ ਕੋਈ ਤੁੱਕ ਲੈ ਕੇ ਉਹਦੇ ਉੱਤਰ ਆਪਾਂ ਪ੍ਰਾਪਤ ਕੀਤੇ ਹੈ, ਤੇ ਕੱਲ ਦੇ ਦੀਵਾਨ ਵਿੱਚ ਆਪਾਂ ਅੰਤਰਲਾਪਕਾ ਅਲੰਕਾਰ ਵੀ ਹੁੰਦਾ ਵੀ ਅੰਦਰੋਂ ਹੀ ਉਸ ਪ੍ਰਸ਼ਨਾਂ ਦੇ ਵਿੱਚੋਂ ਹੀ ਉੱਤਰ ਹੋਣ, ਉਹ ਕੋਈ ਲਫ਼ਜ਼ ਉਹ ਸੰਸਾਰ। ਹੁਣੇ ਬਾਹਰ ਲਾਪਕਾ ਅਲੰਕਾਰ ਦੁਆਰਾ ਹੈ ਉੱਤਰ ਪ੍ਰਸ਼ਨ, ਪ੍ਰਸ਼ਨ ਤਾਂ ਵਿੱਚ ਹੈਗੇ ਹੀ ਆ ਬਾਣੀ ਦੇ, ਪਰ ਇੱਕ ਆਪਦੇ ਨਿਯਮਾਂ ਵਿੱਚ ਸਾਰੇ ਪ੍ਰਸ਼ਨ ਹੈ, ਜਿਸ ਤਰ੍ਹਾਂ ਇਹਦੇ ਉੱਤਰ ਵੀ ਕਾਵਿ ਦੇ ਨਿਯਮਾਂ ਵਿੱਚ ਹੀ ਦਿੱਤੇ ਗਏ ਹੈ, ਉਹ ਹੈ ਤੀਜੇ ਰੂਪ ਦੇ ਵਿੱਚ ਇਹਦਾ ਅਰਥ,
ਇਸ ਨੂੰ ਕਾਨ ਸਿੰਘ ਨਾਭਾ ਜੀ ਨੇ ਵੀ ਆਪਣੇ ਮਹਾਨ ਕੋਸ਼ ਵਿੱਚ ਸਾਰੇ ਦੋਹਰਿਆਂ ਨੂੰ ਪੁੱਤਰ ਰੂਪ ਦੇ ਵਿੱਚ ਆਪਣੇ ਇਹ ਮਹਾਨ ਕੋਸ਼ ਵਿੱਚ ਲਿਖ ਦਿੱਤਾ, ਛਾਪ ਦਿੱਤਾ ਹੈ ਅਤੇ ਨਾਲ ਕਿਹਾ ਵੀ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਵੇਂ ਪਾਤਸ਼ਾਹ ਦੇ ਦਸ ਦੋਹਰੇ ਹੈ ਅਤੇ ਸਾਲੀ ਜਿਹੜੇ ਕੋਈ ਗਿਆਨੀ ਹੈ ਇਹਨਾਂ ਦੋਹਰਿਆਂ ਨੂੰ ਨਾਲ ਲੈ ਕੇ ਇਹਦਾ ਉਹ ਵਿਚਾਰ ਕਰਦੇ, ਅਰਥ ਕਰਦੇ, ਉੱਤਰ ਦਿੰਦੇ ਹਨ। ਉਹ ਕਰੀਬਨ ਕਰੀਬਨ ਉਹ ਸਾਰੇ ਜਿਹੜੇ ਦੋਹਰੇ ਹੈ ਉਹ ਟਕਸਾਲ ਦੇ ਵਿੱਚ ਪ੍ਰਮਾਣਿਕ ਹੈ। ਜਿਵੇਂ ਉਹ ਕਾਨ ਸਿੰਘ ਨਾਭਾ ਜੀ ਨੇ ਆਪਣੇ ਇਹ ਉੱਤਰ ਰੂਪ ਦੇ ਵਿੱਚ ਦੋਹਰੇ ਆਪਣੇ ਮਹਾਨ ਕੋਸ਼ ਵਿੱਚ ਲਿਖੇ ਹੈ, ਇਸੇ ਤਰ੍ਹਾਂ ਟੀਕਾਕਾਰ ਸੰਪਰਦਾਇਕ ਗਿਆਨੀ ਗਿਆਨੀ ਨਰਿੰਦਰ ਸਿੰਘ ਜੀ ਮੁਜੰਗਾ ਵਾਲੇ ਉਹਨਾਂ ਨੇ ਵੀ ਇਹਨਾਂ ਦੋਹਰਾਂ ਨੂੰ ਅਪਣਾਇਆ ਆਪਣੇ ਟੀਕੇ ਵਿੱਚ ਅਤੇ ਉਹ ਦੋਹਰੇ ਉਸੇ ਤਨ ਨਾਲ ਇਹ ਉੱਤਰ ਰੂਪ ਦੇ ਵਿੱਚ ਉਹਨਾਂ ਨੇ ਛਾਪ ਦਿੱਤੇ ਨੇ। ਇੰਨਾ ਕਹਿ ਵੀ ਜਿਹੜੀ ਗੁਰੂ ਮਹਾਰਾਜ ਦੀ ਪ੍ਰਸ਼ਨ ਰੂਪ ਦੇ ਵਿੱਚ ਬਾਣੀ ਹੈ ਉਹ ਮੋਟੇ ਅੱਖਰਾਂ ਵਿੱਚ ਉਹਨਾਂ ਨੇ ਦੇ ਦਿੱਤੀ ਹੈ। ਜਿਹੜੇ ਟਕਸਾਲ ਵਿੱਚੋਂ ਉੱਤਰ ਰੂਪ ਦੇ ਵਿੱਚ ਦੋਹਰੇ ਮੰਨੇ ਜਾਂਦੇ ਹੈ ਉਹਨਾਂ ਨੂੰ ਬਰੀਕ ਅੱਖਰਾਂ ਵਿੱਚ ਦੇ ਦਿੱਤਾ ਹੈ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਪੈ ਜਾਵੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਾਣੀ ਕਿਹੜੀ ਹੈ, ਦੋਹਰੇ ਕਿਹੜੇ ਹਨ ਅਤੇ ਜਿਹੜੇ ਦੂਜੇ ਉੱਤਰ ਰੂਪ ਵਿੱਚ ਦੋਹਰੇ ਕਿਹੜੇ ਹਨ, ਉਹਦਾ ਵੱਖਰਾਪੁਣਾ ਭਿੰਨਪੁਣਾ ਪ੍ਰਤੀਤ ਹੁੰਦਾ ਰਹੇ, ਦਿਸ ਰਹੇ, ਜਾਣਿਆ ਜਾਵੇ। ਭਾਵੇਂ ਇਹ ਜਿਹੜਾ ਨਰਾਇਣ ਸਿੰਘ ਦਾ ਟੀਕਾ ਬਹੁਤ ਵਧੀਆ ਸੰਪਰਦਾਇ ਸ਼ੈਲੀ ਅਨੁਸਾਰ ਹੀ ਸ਼ੁੱਧ ਰੂਪ ਵਿੱਚ ਲਿਖਿਆ ਗਿਆ ਅਤੇ ਸਾਰੀ ਸੰਪਰਦਾ ਇਸ ਨੂੰ ਤਰਜੀਹ ਦਿੰਦੀ ਹੈ ਵੀ ਬਹੁਤ ਵਧੀਆ ਇਹ ਟੀਕਾ ਹੈ। ਪਰ ਫਿਰ ਵੀ ਕਈਆਂ ਨੂੰ ਵੀ ਇਹਨੂੰ ਸੋਧ ਦਿੱਤਾ ਹੈ। ਸੋਧ ਕੀ ਦਿੱਤਾ? ਇਹਦੇ ਵਿੱਚੋਂ ਜਿਹੜਾ ਕੋਈ ਅਸਲੀ ਤੱਤ ਵਸਤੂ ਸਾਰੀ ਕੱਢ ਕੇ ਬਾਹਰ ਮਾਰੀ ਹੈ। ਜਿਹੜੀ ਵਿਦਵਾਨਾਂ ਵਾਲੀ ਚੀਜ਼ ਹੈ ਨਾ ਉਹਨੂੰ ਸਾਰੇ ਨੇ ਵਿੱਚੋਂ ਕੱਢ ਪੁਰੇ ਕਰ ਦਿੱਤਾ ਹੈ, ਇਹ ਸੋਧ ਦਿੱਤਾ ਹੈ। ਇੱਕ ਤਾਂ ਸੋਧ ਨਾਲ ਹੁੰਦਾ ਨਾ ਵੀ ਉਹਨੂੰ ਹੋਰ ਖੁਲਾਸੇ ਨਾਲ ਲਿਖ ਦੇਣਾ, ਜਿਵੇਂ ਡਾਕਟਰ ਵੀਰ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਨੂੰ ਸੋਧਿਆ ਹੈ। ਹੁਣ ਇੱਕ ਅੱਖਰ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਕੋਈ ਅਦਲ ਬਦਲ ਨਹੀਂ ਕੀਤਾ ਹੈ। ਜਿੱਥੇ ਕਿਤੇ ਗੁਰਮਤ ਆਸ਼ੇ ਤੋਂ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਕੇ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕੋਈ ਕਾਵਿ ਰਚਨਾ ਵਿੱਚ ਕੋਈ ਲਫ਼ਜ਼ ਲਿਖਿਆ ਹੈ ਉਹਨੂੰ ਸੋਧਿਆ ਗੁਰਮਤ ਗੁਰਬਾਣੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਤਾਂ ਕਿ ਜਿਹੜਾ ਕਥਾ ਕਰਨ ਵਾਲਾ ਉਹਨੂੰ ਗੁਰਬਾਣੀ ਵਿੱਚੋਂ ਵੀ ਇਹ ਗੁਰਮਤ ਅਨੁਸਾਰ ਲਫ਼ਜ਼ ਕਿਹੜੇ ਠੀਕ ਹੈ ਕਿਹੜੇ ਨਹੀਂ ਠੀਕ, ਇਹ ਠੀਕ ਹੈ ਕਿ ਆਹ ਠੀਕ ਹੈ, ਉਹ ਗੁਰਬਾਣੀ ਦੇ ਵਿੱਚ ਤੁੱਕ ਦੇ ਦਿੱਤੀ ਹੈ।
ਜਾਂ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਸਮਾਧਾਨ ਕਰ ਦਿੱਤਾ ਹੈ, ਭਾਈ ਸਾਹਿਬ ਭਾਈ ਗੁਰਦਾਸ ਦੀਆਂ ਬਾਰਾਂ ਵਿੱਚੋਂ, ਭਾਈ ਨੰਦ ਲਾਲ ਦੀ ਬਾਣੀ ਵਿੱਚੋਂ, ਰਹਿਤਨਾਮਿਆਂ ਵਿੱਚੋਂ ਜਾਂ ਹੋਰ ਕੋਈ ਜਿਹੜੇ ਕੋਈ ਵਿਦਵਾਨਾਂ ਦੇ ਇਤਿਹਾਸ ਲਿਖੇ ਉਹਨਾਂ ਦਾ ਸਮਾਧਾਨ ਉਹਨਾਂ ਵਿੱਚੋਂ ਹੀ ਉਹ ਪ੍ਰਸੰਗ ਲਿਖ ਕੇ ਵੀ ਉੱਥੇ ਇਉਂ ਲਿਖਿਆ ਹੈ, ਇੱਥੇ ਇਉਂ ਲਿਖਿਆ ਹੈ। ਜਾਣੀ ਉਹਨੇ ਸੋਧਿਆ ਹੈ ਕਿਸੇ ਢੰਗ ਨਾਲ, ਵਿਦਵਤਾ ਨਾਲ, ਅੱਖਰ ਵਿੱਚ ਉਹਦੇ ਕੋਈ ਉਹਨੇ ਅਦਲ ਬਦਲ ਨਹੀਂ ਕੀਤਾ। ਆਹ ਜਿਹੜਾ ਹੁਣ ਟੀਕਾ ਛਪਿਆ, ਇਹ ਤਾਂ ਬਿਲਕੁਲ ਹੀ ਉਹਨੇ ਸੋਧਣ ਵਾਲੇ ਨੇ ਮਹਾਂਮੂਰਖ ਬਣਾ ਕਰਤਾ ਹੈ, ਕਿਉਂਕਿ ਜਦੋਂ ਗੁਰਸ਼ੰਦ ਦਿਵਾਕਰ ਪੁਸਤਕ ਭਾਈ ਕਾਹਨ ਸਿੰਘ ਜੀ ਦੇ ਨਾਭਾ ਦੀ ਸਾਡੇ ਸਾਹਮਣੇ ਹੈਗੀ ਹੈ, ਸ਼ਬਦਾ ਅਲੰਕਾਰ ਪੁਸਤਕ ਸਾਹਮਣੇ ਪਈ ਹੈ, ਇਹ ਸ਼ਬਦ ਅਲੰਕਾਰ ਨੇ, ਕਿਤੇ ਸਲੇਖਾ ਅਲੰਕਾਰ ਹੈ, ਕਿਤੇ ਸਿੰਘਾ ਵਿਲੋਕਨ ਅਲੰਕਾਰ ਹੈ, ਇਸ ਤਰ੍ਹਾਂ ਜਾਣੀ ਉਹਨਾਂ ਨੂੰ ਨਜ਼ਰ ਅਦਾਜ ਕਰ ਦੇਣਾ ਜਿਹੜੇ ਅਲੰਕਾਰਾਂ ਅਨੁਸਾਰ ਉਹਨੇ ਅਰਥ ਲਿਖ ਦਿੱਤੇ ਹੈ। ਇਹ ਭਲਾ ਸੋਧ ਸੁਧਾਈ ਕੀ ਹੈ? ਸੋਧ ਸੁਧਾਈ ਤਾਂ ਇਹ ਸੀ ਵੀ ਉਹਨੂੰ ਹੋਰ ਖੋਲ੍ਹ ਕੇ ਲਿਖਦਾ, ਹੋਰ ਕਿਸੇ ਦਾ ਉਹਨੂੰ ਜਿਹੜਾ ਟੀਕਾ ਪੜ੍ਹਨ ਵਾਲਾ ਉਹਨੂੰ ਲਾਭ ਹੁੰਦਾ। ਇਹੋ ਤਾਂ ਜਿਹੜੇ ਕੋਈ ਅਰਥ ਨੇ ਜਾਂ ਉਹਦੀ ਵਿਦਵਤਾ ਹੈ ਹੋਰ ਗ੍ਰੰਥਾਂ ਦੀ, ਉਹ ਉਸ ਵਿਦਵਾਨ ਨੇ ਦੇ ਦੇਣੀ ਉਹਨੂੰ, ਬਿਲਕੁਲ ਹੀ ਉਹਨੂੰ ਕੱਢ ਦੇਣਾ, ਖਤਮ ਕਰ ਦੇਣਾ। ਇਹ ਕਾਹਦੀ ਸੋਧ ਸੁਧਾਈ ਹੈ? ਆਪਾਂ ਇਸ ਕਰਕੇ ਹੁਣੇ ਅੱਜ ਤੀਸਰਾ ਅਰਥ ਕਰ ਰਹੇ ਹਾਂ ਵੀ ਇਹ ਟੀਕੇ ਵਿੱਚ ਲਿਖਿਆ ਹੈ, ਜਿਹੜਾ ਹੁਣ ਉਹ ਸੋਧਿਆ ਹੋਇਆ ਟੀਕਾ ਉਹਦੇ ਵਿੱਚ ਹੈ ਨਹੀਂ, ਇਹ ਦੋਹਰੇ ਟੀਕੇ ਵਿੱਚ ਉਹ ਹੈ ਨਹੀਂ ਹੈ। ਇਹ ਤਾਂ ਕਿ ਪੱਕੇ ਤੌਰ ਤੇ ਭਰ ਜਾਣ ਵੀ ਇਹ ਸੰਪਰਦਾ ਦੇ ਪੁੱਤਰ ਰੂਪ ਦੇ ਵਿੱਚ ਦੋਹਰੇ ਹੈਗੇ ਹੈ, ਇਹਨੂੰ ਸੰਪਰਦਾ ਮੰਨਦੀ ਹੈ। ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਨੇ, ਰਸੂਲਪੁਰ ਦਾ ਸਿੰਘ ਸੀ, ਉਸਨੇ ਵੀ ਇਹ ਗੁਰਮਤ ਸਿਧਾਂਤ ਅਨੁਸਾਰ ਹੀ ਇਹਨਾਂ ਦੋਹਰਿਆਂ ਦੇ ਜਿਹੜੇ ਉੱਤਰ ਰੂਪ ਦੇ ਵਿੱਚ ਦੋਹਰੇ ਹੈ ਉਹ ਦਿਖਾਏ ਸਨ ਤੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਲਿਖ ਲਿਆ ਸੀ ਵੀ ਇਹ ਬਿਲਕੁਲ ਗੁਰਮਤ ਸਿਧਾਂਤ ਅਨੁਸਾਰ ਯਥਾਰਥ ਰੂਪ ਦੇ ਦੋਹਰੇ ਹੈ, ਜਿਸ ਕਰਕੇ ਸੰਪਰਦਾ ਵਿੱਚ ਉਹਨਾਂ ਦੋਹਰਿਆਂ ਨੂੰ ਵੀ ਪ੍ਰਮਾਣ ਨਹੀਂ ਕੀਤਾ ਜਾਂਦਾ, ਮੰਨਿਆ ਜਾਂਦਾ ਹੈ। ਉਹ ਦੋਹਰਿਆਂ ਦੀ ਵਿਚਾਰ ਆਪਾਂ ਕੱਲ ਦੇ ਸਮੇਂ ਕਰਾਂਗੇ। ਕੱਲ ਵੀ ਟੀਕੇ ਦੇ ਅਰਥ ਹੀ ਸੀ ਜਿਹੜੇ ਅੰਤਰਲਾਪਕਾ ਵਿੱਚ ਆਏ ਹੈ। ਹੁਣ ਪਹਿਲਾ ਜਿਹੜੇ ਅਰਥ ਟਸਾਲ ਵਿੱਚ ਬਾਹਰ ਲਾਪਕਾ ਅਨੁਸਾਰ ਬਾਹਰੋਂ ਗੁਰਬਾਣੀ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਕੀਤੇ ਜਾਂਦੇ, ਉਹ ਮੁੱਖ ਰੂਪ ਚ ਪਹਿਲਾਂ ਕੀਤੇ ਸੀ। ਨਤੀਜੇ ਰੂਪ ਵਿੱਚ ਹੁਣ ਫਿਰ ਬਾਹਰ ਲਾਪਕਾ ਅਨੁਸਾਰ ਹੀ ਆ ਰਹੇ ਹੈ। ਇਹ ਵੀ ਸੰਪਰਦਾਇ ਅਰਥ ਹੀ ਸਮਝੋ ਹੈ। ਕਾਬ ਦੇ ਨਿਯਮਾਂ ਵਿੱਚ ਦੋਹਰਿਆਂ ਰੂਪ ਵਿੱਚ ਹੀ ਦਿੱਤੇ ਗਏ, ਮਹਾਨ ਕੋਸ਼ ਦੇ ਵਿੱਚ ਵੀ ਇਹ ਦੋਹਰੇ ਛਾਪੇ ਹੋਏ ਹੈ। ਟੀਕੇ ਵਾਲੇ ਟੀਕਾਕਾਰ ਗਿਆਨੀ ਨਰਿੰਦਰ ਸਿੰਘ ਜੀ ਨੇ ਵੀ ਨਾਲ ਨਾਲ ਇਹ ਦੋਹਰੇ
ਉੱਤਰ ਰੂਪ ਦੇ ਵਿੱਚ ਇੱਥੇ ਨਾਲ ਹੀ ਉਹ ਛਾਪ ਦਿੱਤੇ ਹਨ। ਉਹ ਜਿਵੇਂ ਵੀ ਆਉਂਦੇ ਅੱਜ ਦੇ ਦੀਵਾਨ ਵਿੱਚ ਆਪਾਂ ਸੋਹਣੀ ਵਿਚਾਰ ਕਰਕੇ ਲਾਹਾ ਲਈਏ ਜੀ। ਇੱਕ ਸਮੇਂ ਸ੍ਰੀ ਆਤਮਾ, ਇੱਕ ਸਮੇਂ ਜੋ ਸ੍ਰੀ ਸ਼੍ਰੋਮਣੀ ਸ੍ਰੇਸ਼ਠ ਆਤਮਾ ਕੀ ਇਹ ਮਨ ਹੈ, ਜਾਂ ਜਿਹੜਾ ਸੋਹਣਾ ਸ੍ਰੇਸ਼ਠ ਜੀਵ ਆਤਮਾ ਹੈ, ਜਾਂ ਸ੍ਰੇਸ਼ਠ ਮਨ ਵਾਲਾ ਉੱਤਮ ਅਧਿਕਾਰੀ ਜਗਿਆਸੂ ਗੁਰ ਸਿੱਖ ਹੈ। ਉਚਰਿਓ ਮਤ ਸਿਓ ਬੈਨ, ਇਸ ਤਰ੍ਹਾਂ ਕਹਿੰਦੇ ਜਿਹੜੀ ਮਨ ਨੇ ਜਿਹੜੀ ਸਮਤੀ ਹੈ, ਸ੍ਰੇਸ਼ਠ ਬੁੱਧੀ ਹੈ, ਉਹਨੂੰ ਕਹਿੰਦੇ ਉਚਾਰਨ ਕਰਕੇ ਬਚਨ ਕਿਹਾ। ਇਸ ਤਰ੍ਹਾਂ ਜਿਹੜਾ ਜੀਵ ਆਤਮਾ ਹੈ, ਉਸਨੇ ਜਿਹੜਾ ਉਹ ਸ੍ਰੇਸ਼ਠ ਮਤੀ ਦਾ ਘਰ ਹੈ, ਉਹ ਈਸ਼ਰ ਹੈ, ਉਸ ਈਸ਼ਰ ਨੂੰ ਕਿਹਾ। ਜਾਂ ਇਸੇ ਤਰ੍ਹਾਂ ਸ੍ਰੇਸ਼ਠ ਮਤ ਬਖਸ਼ਣ ਵਾਲੇ ਜਿਹੜੇ ਗੁਰੂ ਹਨ, ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ, ਉਹਨਾਂ ਦੇ ਤਾਈ ਉੱਤਮ ਧਾਰੀ ਗੁਰਸਿੱਖ ਨੇ ਕਿਹਾ। ਉਚਰਿਓ ਮਤ ਸਿਓ ਸਭ ਪ੍ਰਤਾਪ ਜਗਦੀਸ਼ ਕੋ, ਇਹ ਮਨ ਨੇ ਸ੍ਰੇਸ਼ਠ ਬੁੱਧੀ ਤੋਂ ਸਮਤੀ ਤੋਂ ਪੁੱਛਿਆ ਸਭ ਪ੍ਰਤਾਪ ਜਗਦੀਸ਼ ਕੋ, ਵੀ ਸਭ ਤਰ੍ਹਾਂ ਕਰਕੇ ਜਿਹੜਾ ਜਗ ਦਾ ਈਸ਼ਰ ਹੈ, ਉਹਦਾ ਜਿਹੜਾ ਤੇਜ ਪ੍ਰਤਾਪ ਹੈ। ਕਹੋ ਸਕਲ ਬਿਦ ਤੈਨ, ਕਹਿੰਦੇ ਕਹੋ ਸਕਲ ਬਿਦ, ਸਭ ਤਰ੍ਹਾਂ ਕਰਕੇ ਵਿਧੀ ਨਾਲ, ਤਰੀਕੇ ਨਾਲ, ਜੁਗਤੀ ਦਲੀਲ ਦੇ ਨਾਲ ਕਹੋ ਵੀ ਆਤਮਾ ਕੀ ਹੈ। ਇਸ ਤਰ੍ਹਾਂ ਆਤਮਾ ਨੂੰ ਮਨ ਦਾ ਵੀ, ਆਤਮਾ ਨੂੰ ਜੀਵ ਆਤਮਾ ਦਾ ਵੀ ਹੈ, ਆਤਮਾ ਨੂੰ ਜਿਹੜਾ ਉੱਤਮ ਅਧਿਕਾਰੀ ਸ਼ੁੱਧ ਮਨ ਵਾਲਾ ਜਗਿਆਸੂ ਹੈ, ਉਹਦਾ ਨਾਮ ਵੀ ਹੈ। ਆਤਮਾ ਦੀ ਲਖਤਾ ਚਾਹੁਣ ਵਾਲਾ ਵੀ ਆਤਮਾ ਕਿਹੋ ਜਿਹਾ, ਉਹਦੀ ਸਮਝ ਰੱਖਣ ਵਾਲਾ ਜਿਹੜਾ ਜਗਿਆਸੂ ਹੈ, ਉੱਤਮ ਅਧਿਕਾਰੀ ਹੈ, ਵੀ ਉਹਨੇ ਪੁੱਛਿਆ ਵੀ ਸਾਰਾ ਪ੍ਰਤਾਪ ਜਿਹੜਾ ਜਗ ਦਾ ਮਾਲਕ ਦਾ, ਤੁਸੀਂ ਜਿਸ ਤਰ੍ਹਾਂ ਹੈ ਉਸੇ ਤਰੀਕੇ ਨਾਲ, ਉਸੇ ਢੰਗ ਨਾਲ, ਉਸੇ ਜੁਗਤੀ ਨਾਲ ਦਲੀਲ ਦੇ ਕੇ ਕਹੋ ਜੀ। ਜੀਵ ਆਤਮਾ ਨੇ ਈਸ਼ਰ ਨੂੰ ਕਿਹਾ ਹੈ, ਉੱਤਮ ਅਧਿਕਾਰੀ ਨੇ ਆਪਣੇ ਸ੍ਰੇਸ਼ਟ ਮਤ ਬਖਸ਼ਣ ਵਾਲੇ ਗੁਰੂ ਜੀ ਤੋਂ ਪੁੱਛ ਲਿਆ ਹੈ, ਮਨ ਨੇ ਆਪਣੀ ਜਿਹੜੀ ਉਹ ਸ੍ਰੇਸ਼ਟ ਸਮਤੀ ਹੈ, ਸ੍ਰੇਸ਼ਟ ਬੁੱਧ ਤੋਂ ਪੁੱਛ ਲਿਆ ਹੈ। ਹੁਣ ਜਿਵੇਂ ਉਹ ਪ੍ਰਸ਼ਨ ਕਰਦਾ ਮਨ ਜਾਂ ਜੀਵ ਆਤਮਾ ਪ੍ਰਸ਼ਨ ਕਰਦਾ ਹੈ, ਜਾਂ ਉੱਤਮ ਅਧਿਕਾਰੀ ਜਿਹੜਾ ਜਗਿਆਸੂ ਉਹ ਪ੍ਰਸ਼ਨ ਕਰਦਾ, ਉਹ ਕੀ ਕਹਿੰਦਾ, ਉਹ ਗੁਰੂ ਕਲਗੀਧਰ ਜੀ ਨੇ ਬਾਣੀ ਵਿੱਚ ਹੀ ਉਹ ਪ੍ਰਸ਼ਨ ਰੂਪ ਦੇ ਵਿੱਚ ਲਾਜ ਰੱਖੇ ਹਨ। ਦੋਹਰਾ ਕੋ ਆਤਮਾ ਸਰੂਪ ਹੈ, ਹੁਣ ਮਨ ਪੁੱਛਦਾ ਹੈ ਸਮਤੀ ਨੂੰ, ਤੇ ਜੀਵ ਆਤਮਾ ਪੁੱਛਦਾ ਈਸ਼ਰ ਨੂੰ, ਤੇ ਅੰਦਰਲਾ ਜਿਹੜਾ ਸ਼ੁੱਧ ਮਨ ਵਾਲਾ ਉੱਤਮ ਅਧਿਕਾਰੀ ਉਹ ਪੁੱਛਦਾ ਪੂਰੇ
ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਗੁਰੂ ਜੀ ਨੂੰ ਜਿਹੜੇ ਸ੍ਰੇਸ਼ਟ ਮਤ ਬਖਸ਼ਣ ਵਾਲੇ ਹੈ ਕਿ ਮਹਾਰਾਜ ਦੱਸੋ ਕੋ ਆਤਮਾ ਸਰੂਪ ਹੈ, ਜਿਹੜਾ ਮੇਰਾ ਅੰਦਰਲਾ ਆਤਮਾ ਹੈ, ਮੇਰਾ ਆਪਣਾ ਆਪਾ ਹੈ, ਉਹਦਾ ਸਰੂਪ ਕੀ ਹੈ ਇਹ ਦੱਸੋ ਜੀ। ਹੁਣ ਬਾਹਰ ਲਾਭਕਾ ਅਲੰਕਾਰ ਸਾਰਾ ਬਾਹਰੋਂ ਇਹਦਾ ਉੱਤਰ ਹੈ। ਉਹ ਜਿਵੇਂ ਵੀ ਕਾਂਤ ਸਿੰਘ ਨਾਭਾ ਜੀ ਨੇ ਆਪਣੇ ਮਾਨ ਕੋਸ਼ ਵਿੱਚ ਲਿਖਿਆ ਅਤੇ ਸੰਪਰਦਾ ਵਾਲੇ ਵੀ ਇਹਨਾਂ ਦੋਹਰਿਆਂ ਨੂੰ ਤਰਜੀਹ ਦਿੰਦੇ ਹਨ। ਉਹ ਉੱਤਰ ਰੂਪ ਦੇ ਵਿੱਚ ਸਤਚਿਤ ਆਨੰਦ ਅੱਜ ਅਮਰ ਹੈ, ਵਿਆਪਕ ਪਰਮ ਅਨੂਪ ਵਿਸ਼ਵ ਨਾਲ ਦੇ ਬਾਅਦ ਪਥ ਹੈ ਜੈ ਆਤਮ ਰੂਪ। ਉੱਤਰ ਵਿੱਚ ਹੈ ਵੀ ਆਤਮਾ ਦਾ ਸਰੂਪ ਇਹ ਹੈ, ਉਹ ਸਤ ਸਰੂਪ ਹੈ, ਉਹ ਚੇਤਨ ਸਰੂਪ ਹੈ, ਉਹ ਆਨੰਦ ਸਰੂਪ ਹੈ, ਉਹ ਅਜ ਸਰੂਪ ਹੈ, ਅਜਨਮਾ ਹੈ, ਜੰਮਦਾ ਨਹੀਂ ਹੈ, ਉਹ ਅਮਰ ਸਰੂਪ ਹੈ, ਮਰਦਾ ਨਹੀਂ ਹੈ, ਉਹ ਵਿਆਪਕ ਸਰੂਪ ਹੈ, ਉਹ ਪਰਮ ਵੱਡਾ ਹੈ, ਅਨੂਪਮ ਹੈ, ਉਪਮਾ ਤੋਂ ਰਹਿਤ ਹੈ। ਫਿਰ ਉਹ ਵਿਸ਼ਵ ਦਾ ਮਾਲਕ ਹੈ, ਸਾਰੇ ਸੰਸਾਰ ਦਾ ਮਾਲਕ ਹੈ, ਜਿੰਨੇ ਦੇਵੀ ਦੇਵਤੇ ਉਹਨਾਂ ਦੇ ਜਿਹੜੇ ਅਧੋ ਨੇ ਆਸਰਾ ਹਨ, ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ, ਉਹਨਾਂ ਦਾ ਵੀ ਉਹ ਮਾਲਕ ਹੈ। ਹੈ ਜੈ ਆਤਮ ਰੂਪ, ਜਿਹੜਾ ਸਾਰਿਆਂ ਦਾ ਮਾਲਕ ਹੈ, ਕੌਣ ਆਤਮਾ ਹੀ ਹੈ, ਉਹ ਆਤਮਾ ਕੋ ਪਰਮਾਤਮਾ ਕੋ। ਇਸ ਕਰਕੇ ਕਹਿੰਦੇ ਇਹ ਆਤਮਾ ਦਾ ਸਰੂਪ ਹੀ ਹੈ, ਜਿਹੜਾ ਵਿਸ਼ਵਨਾਥ ਕਹੋ ਜਾਂ ਦੇਵਾਧਿਪਤ ਕਹੋ ਜਾਂ ਵਿਆਪਕ ਕਹੋ ਜਾਂ ਪਰਮ ਕਹੋ ਜਾਂ ਅਨੂਪਮ ਕਹੋ ਜਾਂ ਸਤ ਕਹੋ ਜਾਂ ਚੇਤਨ ਕਹੋ ਜਾਂ ਆਨੰਦ ਕਹੋ ਜਾਂ ਅਜ ਕਹੋ ਜਾਂ ਅਮਰ ਕਹੋ, ਕੋਈ ਲਫ਼ਜ਼ ਕਹੋ, ਇਹ ਸਰੂਪ ਆਤਮਾ ਦਾ ਹੀ ਹੈ। ਆਤਮਾ ਨੂੰ ਲਿਖਾਉਂਦਾ, ਆਤਮਾ ਨੂੰ ਲਿਖਾਉਂਦੇ ਨੇ ਸਾਰੇ ਇਹ ਲਫ਼ਜ਼। ਇਸ ਕਰਕੇ ਉਹ ਜਿਹੜਾ ਅਧਿਆਤਮ ਪ੍ਰਕਾਸ਼ ਹੈ, ਉਹਦੇ ਵਿੱਚ ਬ੍ਰਹਮ ਦਾ ਜਿਹੜਾ ਸਰੂਪ ਕਥਨ ਕੀਤਾ ਵੀ ਬ੍ਰਹਮ ਕਿਹੋ ਜਿਹਾ, ਬ੍ਰਹਮ ਕੂਟਸਥ ਹੈ, ਬ੍ਰਹਮ ਸਾਖੀ ਰੂਪ ਹੈ, ਬ੍ਰਹਮ ਦ੍ਰਿਸ਼ਟਾ ਹੈ, ਅਕਿਰੇ ਰੂਪ ਹੈ, ਉਹ ਚੇਤਨ ਸਰੂਪ ਹੈ, ਇਸ ਤਰ੍ਹਾਂ ਦੇ 12 ਲੱਛਣ ਉਹ ਬ੍ਰਹਮ ਦੇ ਬਿਆਨ ਕੀਤੇ। ਉਹ ਬ੍ਰਹਮ ਦੇ ਕੀ, ਉਹ ਆਤਮਾ ਦੇ ਹੀ ਹੈ, ਆਪਣੇ ਆਪੇ ਦੇ ਹੀ ਹੈ। ਉਸ ਉਹ ਸੇਧ ਅਨੁਸਾਰ ਜੇ ਉੱਥੇ ਬ੍ਰਹਮ ਦੇ ਰੂਪ ਦੇ ਲੱਛਣ ਕਹੇ ਨੇ, ਇੱਥੇ ਆਤਮਾ ਦੇ ਉਹੀ ਕਹਿ ਦਿੱਤੇ ਹੈ। ਇਹ ਸਾਰਾ ਆਤਮਾ ਦੇ ਸਰੂਪ ਦੇ ਲਕਸ਼ਣ ਹਨ, ਆਤਮ ਸਰੂਪ ਹੀ ਹੈ। ਕਹਾ ਸ੍ਰਿਸ਼ਟ ਕੋ ਵਿਚਾਰ, ਅੱਗੇ ਪ੍ਰਸ਼ਨ ਹੈ ਦੂਜਾ ਵੀ, ਜਿਹੜਾ ਸ੍ਰਿਸ਼ਟੀ ਦਾ ਵਿਚਾਰ ਕੀ ਹੈ, ਵੀ ਸ੍ਰਿਸ਼ਟੀ ਕੀ ਵਿਚਾਰੀਏ, ਵੀ ਸ੍ਰਿਸ਼ਟੀ ਕੀ ਚੀਜ਼ ਹੈ। ਹਰੇ ਉੱਤਰ ਵਿੱਚ ਦੋਹਰਾ ਹੈ, ਜੈਸੇ ਜਲਤੇ ਬੁਲਬੁਲਾ, ਜਿਵੇਂ ਜਲ ਤੋਂ ਕਹਿੰਦੇ ਬੁਲਬੁਲਾ ਪੈਦਾ ਹੁੰਦਾ, ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ, ਔਰਤ ਰੰਗ ਆਕਾਰ, ਹੋਰ ਕਹਿੰਦੇ
ਲਹਿਰਾਂ ਦਾ ਆਕਾਰ ਹੁੰਦਾ, ਲਹਿਰਾਂ ਛੱਲਾਂ ਦਾ ਆਕਾਰ ਹੁੰਦਾ, ਵੱਡੀਆਂ ਵੱਡੀਆਂ ਜਿਹੜੀਆਂ ਛੱਲਾਂ ਉੱਠੀਆਂ ਨੂੰ ਤਰੰਗ ਕਹਿ ਦਿੰਦੇ ਹੈ। ਇਸੇ ਤਰ੍ਹਾਂ ਛੋਟੇ ਛੋਟੇ ਪਾਣੀ ਵਿੱਚੋਂ ਉਹ ਝੱਗ ਵਿੱਚੋਂ ਉੱਪਰ ਨੂੰ ਉੱਠਦੇ ਹੁੰਦੇ, ਉਹਨਾਂ ਨੂੰ ਬੁਲਬੁਲੇ ਕਹਿ ਦਿੰਦੇ ਹੈ, ਬੁਰਬਰੇ ਵੀ ਕਹਿ ਦਿੰਦੇ। ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਪਾਣੀ ਤੋਂ ਬੁਰਬਰੇ ਪੈਦਾ ਹੁੰਦੇ, ਔਰ ਜਿਵੇਂ ਤਰੰਗਾਂ ਦਾ ਲਹਿਰਾਂ ਦਾ ਆਕਾਰ ਹੁੰਦਾ ਹੈ, ਤੈਸੇ ਪੂਰਨ ਬ੍ਰਹਮ ਤੇ ਜਾਨੋ ਸ੍ਰੇਸ਼ਟ ਵਿਚਾਰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪੂਰਨ ਬ੍ਰਹਮ ਹੈ ਉਸ ਤੋਂ ਵਿਚਾਰ ਲਓ ਵੀ ਇਹ ਸ੍ਰਿਸ਼ਟੀ ਹੋਈ ਹੈ। ਜਿਵੇਂ ਪਾਣੀ ਤੋਂ ਬੁਰਬਰੇ ਉੱਠਦੇ ਹੈ, ਤਰੰਗਾਂ ਲਹਿਰਾਂ ਉੱਠਦੀਆਂ ਹਨ, ਇਵੇਂ ਪਰਮੇਸ਼ਰ ਤੋਂ ਜਿਹੜੇ ਜੀਵ ਹੈ ਬੁਲਬੁਲਿਆਂ ਵਾਂਗ ਪੈਦਾ ਹੋ ਗਏ ਉੱਠ ਖੜੇ ਹੈ, ਤੇ ਛੱਲਾਂ ਵਾਂਗ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਕਹਿੰਦੇ ਉੱਠ ਖੜੋਤੇ ਪੈਦਾ ਹੋ ਗਏ ਹਨ। ਇਹ ਸ੍ਰਿਸ਼ਟੀ ਦਾ ਵਿਚਾਰ ਹੈ ਵੀ ਪਰਮੇਸ਼ਰ ਤੋਂ ਇਹ ਪੈਦਾ ਹੋਈ ਹੈ, ਜਿਵੇਂ ਪਾਣੀ ਤੋਂ ਬੁਲਬੁਲੇ ਤੇ ਛੱਲਾਂ ਉੱਠਦੀਆਂ, ਪਰਮੇਸ਼ਰ ਤੋਂ ਹੀ ਜੀਵ ਪੈਦਾ ਹੋਏ, ਇਸੇ ਤੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਪੈਦਾ ਹੋਏ। ਸ੍ਰਿਸ਼ਟੀ ਦਾ ਵਿਚਾਰ ਇਹੀ ਹੈ ਵੀ ਪਰਮੇਸ਼ਰ ਤੋਂ ਹੀ ਪੈਦਾ ਹੋਈ ਹੈ। ਕੌਣ ਧਰਮ ਕੋ ਕਰਮ ਹੈ, ਇਸ ਤਰ੍ਹਾਂ ਅੱਗੇ ਹੁਣ ਤੀਜਾ ਸਵਾਲ ਵੀ ਧਰਮ ਕੀ ਹੈ, ਕਿਹਨੂੰ ਕਹੀਏ ਵੀ ਧਰਮ ਹੈ? ਤਾਂ ਉੱਤਰ ਹੈ ਤੱਤ ਗਿਆਨ ਹਿਤ ਯਤਨ ਸਾਧ, ਵੀ ਜਿਹੜਾ ਯਥਾਰਥ ਗਿਆਨ ਹੈ ਉਹ ਕੀ ਅਪਰੋਕਸ਼ ਗਿਆਨ ਹੀ ਹੈ, ਅਸਲੀ ਗਿਆਨ, ਸਹੀ ਗਿਆਨ, ਉਹਦੇ ਵਾਸਤੇ ਜਿਹੜਾ ਯਤਨ ਕਰਨਾ ਹੈ ਉਹ ਵੀ ਯਥਾਰਥ ਗਿਆਨ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਰਹਿਣਾ, ਸਾਧਨ ਕਰਦੇ ਰਹਿਣਾ, ਲੱਗੇ ਰਹਿਣਾ ਹੈ। ਇਹ ਧਰਮ ਨਿਜ ਜਾਨ, ਇਹ ਆਪਣਾ ਕਹਿੰਦੇ ਅਸਲੀ ਧਰਮ ਹੈ। ਬਾਕੀ ਤਾਂ ਜਿਹੜਾ ਬਾਹਰਲਾ ਸਰੀਰ ਦਾ ਕੋਈ ਇਹੋ ਜਿਹੀ ਕੋਈ ਮਰਜ਼ੀ ਹੋ, ਸਰੀਰ ਦੀ ਜਿਹੜੀ ਰਹਿਤ ਮਰਜ਼ੀ ਰੱਖੀ, ਫਿਰ ਅਸਲੀ ਆਪਣਾ ਜਿਹੜਾ ਨਿੱਜੀ ਧਰਮ ਹੈ ਉਹ ਇਹੀ ਹੈ ਵੀ ਯਥਾਰਥ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਯਤਨ ਵਿੱਚ ਲੱਗੇ ਰਹਿਣਾ, ਉਹਦੇ ਸਾਧਨ ਵਿੱਚ ਕਰੇ ਰਹਿਣਾ ਵੀ ਯਥਾਰਥ ਗਿਆਨ ਹੋ ਜਾਏ। ਇਹ ਮਨੁੱਖ ਦਾ ਆਪਣਾ ਨਿੱਜੀ ਧਰਮ ਹੈ, ਆਪਣਾ ਖਾਸ ਧਰਮ ਹੈ। ਕੋ ਕਰਮ ਹੈ, ਕੌਣ ਕਰਮ ਹੈ, ਇਹ ਦੂਜੇ ਦਾ ਉੱਤਰ ਹੈ। ਤਤਪਰ ਹੋ ਉਪਕਾਰ, ਹਮੇਸ਼ਾ ਕਹਿੰਦੇ ਪਰਉਪਕਾਰ ਕਰਨ ਦੇ ਵਿੱਚ ਸਾਵਧਾਨ ਰਹਿਣਾ, ਕੋਈ ਆਲਸ ਨਾ, ਦਿਲ ਦਿਰ ਨਾ ਕਰਨੀ। ਜਿਵੇਂ ਉਹ ਸਿੰਘ ਪਰਉਪਕਾਰ ਕਰਦੇ ਤਤਪਰ ਰਹਿੰਦੇ ਸੀ, ਜਦੋਂ ਕੋਈ ਕਿਸੇ ਪਾਸੇ ਤੋਂ ਪਤਾ ਲੱਗਦਾ ਵੀ ਜਿਹੜੇ ਮੁਗਲ ਹੈ ਜਾਂ ਇਹ ਦੂਜੇ ਪਠਾਨ ਸੱਜਦ ਹੈ ਵੀ ਹਿੰਦੂਆਂ ਦੀਆਂ ਲੜਕੀਆਂ ਨੂੰ ਇਹ ਫੜ ਕੇ ਗਜਨੀ ਵੱਲ ਨੂੰ ਲਿਜਾ ਰਹੇ ਹੈ, ਅਤੇ ਜੇ ਉਹ ਲੰਗਰ ਵੀ ਛਕ ਰਹੇ ਸੀ, ਹੱਥਾਂ 'ਤੇ ਰੋਟੀਆਂ ਵੀ ਰੱਖੀਆਂ, ਉਹਦਾ ਵੀ ਪਰਉਪਕਾਰ ਵਾਸਤੇ। ਇਸ ਤਰ੍ਹਾਂ ਕਹਿੰਦੇ ਉਹ ਸਾਵਧਾਨ, ਜਿਹਨੇ ਰੋਟੀਆਂ ਦਾ ਕੀ ਖਾਣਾ ਹੈ ਤਾਂ ਫਿਰ ਖਾ ਲਾਂਗੇ, ਪਹਿਲਾਂ ਉਹਨਾਂ ਨੂੰ ਛਡਾਓ, ਕਿਤੇ 10,000 ਕਿਤੇ 30,000,
ਇਸਦਾ ਜਿਹੜਾ ਹਮੇਸ਼ਾ ਪਰਉਪਕਾਰ ਕਰਨ ਵਾਸਤੇ ਤਤਪਰ ਰਹਿਣਾ, ਤਿਆਰ ਪ੍ਰਚਾਰ ਰਹਿਣਾ, ਸਾਵਧਾਨ ਰਹਿਣਾ ਹੈ, ਇਹ ਹੈ ਕਹਿੰਦੇ ਅਸਲੀ ਪਰਮ ਸ਼ੁਭ ਕਰਮ। ਬਾਕੀ ਤਾਂ ਅਸੀਂ ਕਰੀ ਕਰਾਈ ਜਾਂਦੇ ਸ਼ੁਭ ਕਰਮ, ਕੋਈ ਪੁੰਨ ਦਾਨ, ਕੋਈ ਬਾਣੀ ਪੜ੍ਹਨੀ ਪੜ੍ਹਾਉਣੀ, ਅਸਲਾ ਦੂਜਿਆਂ ਉੱਪਰ ਜਿਹੜਾ ਕੁਝ ਕਰਨਾ ਹੈ ਨਾ, ਦੂਜਿਆਂ ਨੂੰ ਦੁੱਖ ਮੁਸੀਬਤ ਵਿੱਚੋਂ ਕੱਢਣਾ, ਸੁਤੰਤਰ ਆਜ਼ਾਦ ਕਰਨਾ, ਇਹ ਅਸਲੀ ਸ਼ੁਭ ਕਰਮ ਹੈ। ਇਸ ਕਰਕੇ ਕਹਿੰਦੇ ਕਰਮ ਦੇ ਸੰਬੰਧੀ ਵਿਚਾਰ ਕਹਿ ਦਿੱਤਾ, ਜਿਹੜਾ ਪਰਉਪਕਾਰ ਵਿੱਚ ਸਾਵਧਾਨ ਰਹਿਣਾ ਹੈ, ਇਹ ਸਭ ਤੋਂ ਵੱਡਾ ਸ਼ੁਭ ਕਰਮ ਹੈ, ਮਹਾਨ ਹੈ। ਕਹੋ ਸਕਲ ਵਿਸਥਾਰ, ਇਹ ਤੈਨੂੰ ਵਿਸਥਾਰ ਪੂਰਵਕ ਹੀ ਸਾਰਾ ਕਹਿ ਦਿੱਤਾ ਹੈ। ਪ੍ਰਸ਼ਨ ਰੂਪ ਦੇ ਵਿੱਚ ਸਾਰਾ ਵਿਸਥਾਰ ਕਹੋ, ਫਲਾਸ ਸਹਿਰ ਕੋ ਖੋਲ ਕੇ ਕਹੋ, ਇਹ ਸਾਰਾ ਤੈਨੂੰ ਵਿਸਥਾਰ ਰੂਪ ਦੇ ਵਿੱਚ ਖੋਲ ਕੇ ਬਿਆਨ ਕਰ ਦਿੱਤਾ, ਦੱਸ ਦਿੱਤਾ ਹੈ। ਦੋਹਰਾ ਕਹਿ ਜੀਤਬ ਕਹਿ ਮਰਨ ਹੈ, ਹੁਣ ਦੂਜੇ ਦੋਹਰੇ ਦੇ ਵਿੱਚ ਫੇਰ ਪ੍ਰਸ਼ਨ ਹੈ, ਕਹਿ ਜੀਤਬ ਵੀ ਜੀਣਾ ਕੀ ਹੈ, ਜ਼ਿੰਦਗੀ ਕੀ ਹੈ, ਇਹਦਾ ਉੱਤਰ ਹੈ ਸਦਾਚਾਰ ਅਰ ਜਸ ਸਹਿਤ, ਜੀਵਨ ਜੀਵਨ ਆਹੈ, ਚੰਗੇ ਕਰਤੱਬ ਕਰਨੇ, ਚੰਗੇ ਕੰਮ ਕਰਨੇ ਤੇ ਜਸ ਸਹਿਤ ਹੋਣਾ, ਇਹੋ ਜਿਹਾ ਜਿਹੜਾ ਜਿਉਣਾ ਨਾ, ਜਸ ਸਹਿਤ ਚੰਗੇ ਕੰਮ ਕਰਦੇ ਜਿਉਂਦੇ ਰਹਿਣਾ, ਇਹਦਾ ਨਾਂ ਜਿਉਣਾ ਹੈ, ਇਹਦਾ ਨਾਂ ਜ਼ਿੰਦਗੀ ਹੈ। ਨਹੀਂ ਤਾਂ ਜਿਹੜੇ ਕੋਈ ਅੱਗ ਜਿਉਂਦੇ ਤਾਂ ਕੁੱਤੇ ਵਿਹਲੇ ਵੀ ਹੈ, ਮੱਖਣ ਮੱਛੀਆਂ ਵੀ ਹੈਗੀਆਂ, ਪਰ ਇਹ ਸਦਾਚਾਰ ਥੋੜੋ ਕਰਦੇ ਵੀ ਚੰਗੇ ਕਰਤੱਬ ਕੰਮ ਕਰਦੇ ਹੋਣ, ਕੁੱਤੇ ਵਿਹਲੇ ਮੱਖਣ ਮੱਛੀਆਂ, ਇਹਦੇ ਜਿਹੜਾ ਜਸ ਸਹਿਤ ਜਿਉਣਾ ਹੈ ਤੇ ਚੰਗੇ ਕਰਤੱਬ ਸਹਿਤ ਚੰਗੇ ਕਰਮ ਕਰਦੇ ਹੋਏ ਜਿਉਣਾ, ਇਹਦਾ ਨਾਂ ਅਸਲੀ ਜਿਉਣਾ ਹੈ, ਇਸੇ ਦਾ ਨਾਂ ਅਸਲੀ ਜ਼ਿੰਦਗੀ ਹੈ। ਕਹਿ ਮਰਨ ਹੈ, ਮਰਨਾ ਕੀ ਹੈ, ਇਹਦਾ ਉੱਤਰ ਅਪਜਸ ਔਰ ਵਿਕਾਰ, ਇੱਧਰ ਕਿੱਧਰ ਕਹਿੰਦੇ ਜਾਵੇ ਉੱਧਰ ਬਦਨਾਮੀ ਹੋਣੀ, ਫਿਟੇ ਮੂੰਹ ਮੁਰਦਾਬਾਦ ਹੋਣੀ, ਤੇ ਵਿਕਾਰਾਂ ਸਹਿਤ ਹੋਣਾ, ਵਿਕਾਰਾਂ ਵਿੱਚ ਭੈੜਿਆ ਵਿਸ਼ਿਆਂ ਵਿਕਾਰਾਂ ਦੇ ਵਿੱਚ ਜੁੜੇ ਹੋਣਾ, ਇਸ ਤਰ੍ਹਾਂ ਜਿਹੜਾ ਕੋਈ ਜਿਉਣਾ ਨਾ, ਬਦਨਾਮੀ ਸਹਿਤ ਵਿਚਾਰ ਵਿਕਾਰਾਂ ਵਿੱਚ ਫਸਿਆ ਹੋਇਆ, ਇਸੇ ਦਾ ਨਾਮ ਕਹਿੰਦੇ ਜੱਗ ਵਿੱਚ ਸਿਆਣੇ ਲੋਕ ਮਰਨਾ ਕਹਿੰਦੇ। ਉਹ ਤਾਂ ਚਲੋ ਭੂਕ ਜੀ ਨਿਕਲ ਗਈ, ਸਵਾਦ ਜੀ ਨਿਕਲ ਗਏ, ਉਹ ਤਾਂ ਮਰਨਾ ਵੱਖਰਾ ਹੈ। ਜਿਹੜਾ ਕਹਿੰਦੇ ਬਦਨਾਮੀ ਸਹਿਤ ਤੇ ਵਿਕਾਰਾਂ ਵਿੱਚ ਫਸਿਆ ਹੋਇਆ ਜਾਣਾ, ਇਹਨੂੰ ਕਹਿੰਦੇ ਮਰਨਾ, ਕਹਿੰਦੇ ਵੀ ਇਹ ਤਾਂ ਮਰ ਗਿਆ ਬਸ। ਕਿਉਂ ਉਹ ਜਿਹੜਾ ਕੋਈ ਜਾਸੀ ਨੀ, ਉਹ ਕਾਹਦਾ ਜਾਣਾ, ਜਿਹੜਾ ਵਿਚਾਰਾਂ ਵਿਕਾਰਾਂ ਵਿੱਚ ਫਸਿਆ ਹੋਇਆ ਜੀ ਰਿਹਾ, ਉਹ ਕਾਹਦਾ ਮਰਿਆ ਹੋਇਆ ਹੀ ਹੈ। ਇਸ ਕਰਕੇ ਇਹਨੂੰ ਸਿਆਣੇ ਲੋਕ ਵੀ ਮਰਨਾ ਕਹਿੰਦੇ ਹਨ। ਕਵਨ ਸੁਰਗ ਕਹਿ ਨਰਕ, ਹੁਣ ਸੁਰਗ ਕਿਹੜਾ ਹੈ ਅਸਲੀ? ਇੱਕ ਤਾਂ ਉੱਪਰ ਮੰਨਦੇ ਨਾ ਸੁਰਗ, ਇੱਕ ਧਰਤੀ ਤੇ ਵੀ ਸੁਰਗ ਹੈਗਾ ਹੈ। ਕਹਿੰਦੇ ਉਹ ਧਰਤੀ ਤੇ ਸੁਰਗ ਕਿਹੜਾ ਹੈ? ਕਹਿੰਦੇ ਮਨ ਚ ਸ਼ਾਂਤੀ ਸੁਰਗ ਹੈ, ਮਨ ਨੂੰ ਜਿਹੜੀ ਸ਼ਾਂਤੀ ਪ੍ਰਾਪਤ ਹੋ ਜਾਣੀ, ਸਮਝ ਲਓ ਸਵਰਗ ਮਿਲ ਗਿਆ। ਜਿਹਦਾ ਮਨ ਸ਼ਾਂਤ ਰਹਿੰਦਾ,
ਮਨ ਨਹੀਂ ਭਟਕਦਾ, ਮਨ ਨਹੀਂ ਬੇਚੈਨ ਰਹਿੰਦਾ, ਸਮਝ ਲਓ ਸਵਰਗ ਵਿੱਚ ਰਹਿ ਰਿਹਾ। ਮਨ ਦੀ ਸ਼ਾਂਤੀ ਅਸਲੀ ਸਵਰਗ ਹੈ ਇੱਥੇ ਦੀ। ਇਸੇ ਤਰ੍ਹਾਂ ਕਹਿ ਨਰਕ ਵੀ ਇੱਥੇ ਪ੍ਰਤੱਖ ਕਹਿੰਦੇ ਜਾਂਦੇ ਜਾਂਦੇ ਨਰਕ ਕਿਹੜਾ ਹੈ, ਕਿਹੜੇ ਨਰਕ ਵਿੱਚ ਰਹਿਣਾ। ਨਰਕ ਦੇਹ ਅਵਮਾਨ, ਜਿਹਨੂੰ ਦੇਹ ਅਵਮਾਨ ਹੋ ਗਿਆ ਨਾ, ਦੇਹ ਨੂੰ ਜਿਹਨੇ ਆਪਣੇ ਮੰਨ ਲਿਆ, ਸਭ ਕੁਛ ਸਨ, ਜੁੱਤੇ ਸਨ, ਕੱਪੜੇ ਧੋਪੇ ਸਨ, ਖੁਦਾ ਮੰਨ ਲਿਆ ਵੀ ਜੁੱਤੇ ਸਮੇਤ ਹੀ ਤੇਰਾ ਜਿਹੜਾ ਸਿਰ ਤੇ ਸਾਡੇ ਵੱਡਾ ਸਾਰਾ ਘੱਟਾ ਟੋਪ ਲਿਆ, ਇਹ ਕੱਪੜੇ ਬਾਏ ਕੋਈ ਲੰਮਾ ਗਿੱਟਿਆ ਤੱਕ ਚੋਲ ਆਪ ਸਿੱਟੇ ਆ ਨਾ, ਇਹਦੇ ਸਰੇ ਸੀ ਬਸ ਖੁਦ ਖੁਦਾ ਹੈ, ਬਸ ਰੱਬ ਹੀ ਹੈ ਜੀ। ਵੀ ਆਪਣੇ ਮਾਪ ਨੂੰ ਦੇ ਸਹਿਤ ਹੀ ਖੁਦਾ ਮੰਨ, ਰੱਬ ਮੰਨ ਲੈਣਾ, ਏਦੋਂ ਵੱਡਾ ਹੋਰ ਕੋਈ ਨਰਕ ਨਹੀਂ। ਦੇਹ ਮਾਨ ਸਹਿਤ ਜਿਦਾ ਹੋ ਜਾਣਾ, ਦੇਹ ਮਾਨੀ ਬਣ ਜਾਣਾ, ਸਮਝ ਲੋ ਮਨੁੱਖ ਲਈ ਇਹ ਨਰਕ ਹੀ ਹੈ, ਨਰਕ ਵਿੱਚ ਹੀ ਡਿੱਗਿਆ ਹੋਇਆ ਹੈ। ਕੋ ਸੁਗੜਾ ਕੋ ਮੂੜਤਾ, ਆ ਚੰਗਾ ਸ੍ਰੇਸ਼ਟ ਮੁਖ ਸਿਆਣਾ ਕਿਹੜਾ ਹੈ, ਤਾਂ ਦੱਸਦੇ ਨੇ ਪਰ ਨਾ ਬਸ ਕੇ ਵਿਸ਼ੇ ਕੇ ਜਿਹੜੇ ਕੋਈ ਆ ਸ਼ਬਦ ਸਪਰਸ਼ ਰੂਪ ਰਸ ਗੰਧ ਸੂਖੋਂ ਵਿਸ਼ੇ ਹੈ, ਕਿਸੇ ਵਿਸ਼ੇ ਦੇ ਵੱਸ ਨਾ ਪਵੇ, ਅਧੀਨ ਨਾ ਹੋਵੇ। ਅੱਖਾਂ ਰਾਹੀਂ ਮਾੜਾ ਕੋਈ ਦੇਖਣਾ, ਕੰਨਾਂ ਰਾਹੀਂ ਮਾੜਾ ਸੁਣਨਾ, ਜਵਾਨ ਤੋਂ ਮਾੜਾ ਬੋਲਣਾ, ਜਵਾਨ ਰਸਨਾ ਰਾਹੀਂ ਮਾੜੇ ਸਵਾਦ ਲੈਣੇ, ਇਹ ਜਿਹੜੇ ਐਸੇ ਮਾੜੇ ਚਸਕੇ ਹੈ ਇਹਨਾਂ ਦੇ ਅਧੀਨ ਨਾ ਹੋਵੇ। ਤੇ ਤਾਂ ਕੋ ਸੁਗੜਾ ਜਾਣ, ਕਹਿੰਦੇ ਜਿਹੜਾ ਇਹਨਾਂ ਦੇ ਅਧੀਨ ਨਹੀਂ ਨਾ ਹੁੰਦਾ ਹੈ ਉਹਨੂੰ ਮਨੁੱਖ ਸਿਆਣਾ ਸਮਝ ਲਓ। ਬਾਕੀ ਤਾਂ ਕਾਂ ਵੀ ਸਿਆਣਾ ਹੁੰਦਾ ਹੈ ਪਰ ਖਾਂਦਾ ਗੰਦਗੀ ਹੁੰਦਾ ਹੈ। ਜਿਹੜੇ ਕੋਈ ਕਹਿਣ ਕੀ ਲੱਗ ਚੱਲਿਆ ਜੀ, ਕੁਛ ਨਹੀਂ ਹੁੰਦਾ ਹੈ, ਕੁਛ ਸਿਆਣੇ ਨਹੀਂ ਹੈ। ਤਾਂ ਜਿਵੇਂ ਕਾਂ ਗੰਦਗੀ ਖਾਈ ਜਾਂਦਾ ਇਸੇ ਤਰ੍ਹਾਂ ਕਹਿੰਦੇ ਕੁਛ ਨਹੀਂ ਲੱਗ ਚੱਲਿਆ, ਉਹ ਖਾਈ ਪੀ ਜਾਂਦੇ ਹੈ। ਕਹਿੰਦੇ ਆਤਮਾ ਨੂੰ ਕੁਛ ਨਹੀਂ ਲੱਗਦਾ ਹੈ, ਹਾਏ ਹਾਏ ਭਲਾ ਕੌਣ ਕਰਦਾ ਹੁੰਦਾ ਹੈ। ਉੱਥੇ ਗਿਆਨ ਧਿਆਨ ਨੂੰ ਕਿੱਧਰ ਚੱਲਿਆ ਜਾਂਦਾ ਹੈ। ਉਦੋਂ ਕਹੇਗੀ ਆਤਮਾ ਨੂੰ ਤਾਂ ਕੋਈ ਬਿਮਾਰੀ ਨਹੀਂ, ਆਤਮਾ ਨੂੰ ਤਾਂ ਕੋਈ ਰੋਗ ਨਹੀਂ ਹੈ, ਤੂੰ ਕਿਉਂ ਰੋਂਦਾ, ਕਿਉਂ ਥਾਹਾਂ ਮਾਰਦਾ ਹੈ। ਉੱਥੇ ਸਿਆਲਾ ਗਿਆਨ ਗੁਣ ਇਹਨਾਂ ਦਾ ਘੁਲ ਜਾਂਦਾ ਹੈ। ਇਸ ਕਰਕੇ ਇੱਥੇ ਕਹਿੰਦੇ ਹਨ ਜਿਹੜਾ ਕਿਸੇ ਵਸ ਨਹੀਂ ਪੈਂਦਾ ਹੈ, ਇਹਨਾਂ ਦੇ ਅਧੀਨ ਨਹੀਂ ਨਾ ਹੁੰਦਾ, ਸੁਤੰਤਰ ਰਹਿੰਦਾ ਹੈ, ਸਗੋਂ ਇਹਨਾਂ ਨੂੰ ਚੰਗੇ ਪਾਸੇ ਲਾਉਂਦਾ ਹੈ। ਨੇਤਰੀ ਸਤਿਗੁਰ ਪ੍ਰੇਖਣਾ ਸਰਵਣੀ ਸੁਣਨਾ ਗੁਰਨਾਉ, ਇਸ ਪਾਸੇ ਵੱਲ ਨਾ ਉਹਨੂੰ ਸਿਆਣਾ ਜਾਣ ਲਈਏ। ਕੋ ਮੂੜਤਾ, ਕੌਣ ਕੋਈ ਮੂੜਖ ਹੈ, ਬੇਸਮਝ ਕਿਹੜਾ ਹੈ। ਹੁਣ ਇਹ ਕਿਸੇ ਨੂੰ ਕਹੋ ਤੂੰ ਤਾਂ ਬੇਸਮਝ ਹੈ, ਮੈਂ ਕਿਵੇਂ ਬੇਸਮਝ ਹੈ, ਮੈਂ ਕਿਵੇਂ ਮੂਰਖ ਹੈ, ਮੈਂ ਤਾਂ ਬਹੁਤ ਸਿਆਣਾ ਹੈ। ਲੱਛਣ ਦੱਸਦੇ ਵਿਸ਼ੇ ਪਰਾਇਣ ਮੂਰ ਹੈ, ਜਿਹੜਾ ਹਮੇਸ਼ਾ ਵਿਸ਼ਿਆਂ ਦੇ ਆਸਰਤ ਹੈ, ਵਿਸ਼ਿਆਂ ਵਿੱਚ ਫਸਿਆ ਰਹਿੰਦਾ, ਉਹ ਅਸਲੀ ਮੂੜ ਹੈ, ਉਹ ਮੂਰਖ ਹੈ, ਉਹ ਬੇਸਮਝ ਹੈ। ਕਹਾ ਤਰਕ ਅਵਤਰਕ, ਇਸੇ ਤਰ੍ਹਾਂ
ਤਰਕ ਕੀ ਹੈ, ਵੀ ਚੰਗੀ ਸੋਚ ਵਿਚਾਰ ਕੀ ਹੈ, ਚੰਗੀ ਅਸਲੀਅਤ ਕੀ ਹੈ। ਤਾਂ ਕਹਿੰਦੇ ਸੱਚ ਪ੍ਰਤੀਤ, ਜਿਹੜਾ ਸੱਚ ਤੇ ਯਕੀਨ ਕਰਨਾ ਇਸ ਚੰਗੀ ਵਿਚਾਰ ਹੈ, ਚੰਗੀ ਸੋਚ ਹੈ। ਤਰਕ ਕਹੋ, ਇਹ ਸੋਚ ਵਿਚਾਰ ਕਹੋ, ਚੰਗੇ ਸਭ ਵਿਚਾਰ ਕਹੋ, ਸਭ ਵਿਚਾਰ ਕਿਹੜੇ ਜਾਂ ਚੰਗਾ ਕਿਹੜਾ ਵਿਰਾਗ ਹੈ, ਤਰਕ ਨੂੰ ਵਿਰਾਗ ਨਾ ਹੁੰਦਾ, ਕਿਹੜਾ ਅਸਲੀ ਵਿਰਾਗ, ਤਗੜਾ ਵਿਰਾਗ ਹੁੰਦਾ ਨਾ। ਇੱਕ ਹੈ ਇਹ ਸੱਚ ਤੇ ਯਕੀਨ ਕਰਨਾ, ਸੱਚ ਤੇ ਪ੍ਰਤੀਕ ਕਰਨਾ, ਇਹ ਅਸਲੀ ਵਿਰਾਗ, ਇਹੀ ਅਸਲੀ ਸੋਚ ਵਿਚਾਰ ਹੈ। ਅਵਤਾਰਕ, ਅਵਤਾਰਕ ਕੀ ਹੈ, ਜਿਹੜਾ ਬਿਨਾਂ ਵਿਚਾਰ ਤੋਂ ਹੋਣਾ ਉਹ ਕੀ ਹੈ। ਕਹਿੰਦੇ ਸੋ ਅਵਤਾਰਕ ਪਛਾਣੀ ਹੈ ਜੋ ਜਾਤੇ ਵਿਪਰੀਤ, ਜਿਹੜਾ ਇਸ਼ਟ ਹੋਣਾ ਉਲਟ ਹੈ, ਬਿਨਾਂ ਵਿਚਾਰ ਤੋਂ ਹੋਣਾ, ਸਭ ਵਿਚਾਰਾਂ ਤੋਂ ਰਹਿਤ ਹੋਣਾ ਹੈ, ਇਸੇ ਦਾ ਨਾਂ ਅਵਤਾਰਕ ਹੈ, ਬੇਵਿਚਾਰ ਹੈ। ਦੋਹਰਾ ਕੋ ਨਿੰਦਾ ਜਸ ਹੈ ਕਵਨ। ਹੁਣ ਅੱਗੇ ਤੀਜੇ ਦੋਹਰੇ ਦੇ ਵਿੱਚ ਫਿਰ ਕਹਿ ਰਹੇ ਹੈ ਪ੍ਰਸ਼ਨ, ਕੋ ਨਿੰਦਾ, ਜਿੱਥੇ ਹੈ ਨਾ ਵੀ ਜਿਹੜਾ ਕਿਸੇ ਨੂੰ ਮਾੜਾ ਮਾੜਾ ਕਹਿਣਾ, ਐਵੇਂ ਅਣਹੋਏ ਦੂਸ਼ ਟੱਪੀ ਜਾਣੇ, ਇਹਦਾ ਨਾਂ ਨਿੰਦਿਆ ਹੈ। ਗੁਰਮਤਾਸ਼ੀ ਅਨੁਸਾਰ ਕੀ ਰਾਇ, ਕਿਹੜੀ ਨਿੰਦਿਆ, ਭਗਨ ਪ੍ਰਤਿਗਿਆ ਨਿੰਦਾ ਹੈ, ਜਿਹੜਾ ਆਪਣੀ ਕੋਈ ਜਣੀ ਵਚਨ ਕਰ ਲਿਆ ਵੀ ਆਹ ਮੈਂ ਕਰੂੰਗਾ ਭਾਵੇਂ ਜੋ ਮਰਜ਼ੀ ਹੋ ਜਾਏ। ਕਹਿੰਦੇ ਉਹ ਬਚਨ ਕੀਤੇ ਤਾਂ ਫਿਰ ਜਾਣਾ, ਪ੍ਰਤਿਗਿਆ ਜਿਹੜੀ ਕੀਤੀ ਹੈ ਨਾ, ਬਚਨ ਕੀਤਾ ਉਹਨੂੰ ਛੱਡ ਜਾਣਾ, ਉਸ ਡੋਲ ਜਾਣਾ, ਇਹਦਾ ਨਾਂ ਨਿੰਦਿਆ ਹੈ। ਤੇ ਦੂਜਾ ਇਹ ਹੈ ਕਹਿੰਦੇ ਨਿੰਦਿਆ ਦਾ ਅਰਣ ਪੀੜ ਦਿਖਾਣ, ਜਦੋਂ ਜੰਗ ਦਾ ਆਹਮੋ ਸਾਹਮਣਾ ਮੁਕਾਬਲਾ ਹੋ ਜਾਏ, ਉਦੋਂ ਜਾਂਦਿਆਂ ਜੰਗ ਵਿੱਚ ਪਿੱਠ ਦਿਖਾ ਦੇਣੀ, ਜੰਗ ਵਿੱਚੋਂ ਭੱਜੇ ਆਉਣਾ, ਇਹ ਅਸਲੀ ਨਿੰਦਾ ਹੈ। ਕਿਉਂਕਿ ਉਹ ਦੂਜੀ ਨਿੰਦਿਆ ਤਾਂ ਜਿੰਨਾ ਚਿਰ ਮਨੁੱਖ ਕਰਦਾ ਕਰਦਾ ਹੀ ਹੈ ਨਾ, ਮੂੰਹ ਮਾਰਦਾ ਉਨਾ ਚਿਰ ਹੀ ਹੈ ਨਾ, ਇਹ ਤਾਂ ਪੱਕੀ ਹੋ ਗਈ ਨਾ ਨਿੰਦਿਆ। ਮਰਨ ਤੋਂ ਬਾਅਦ ਵੀ ਜਿਹਨੇ ਜੰਗ ਵਿੱਚ ਪਿੱਠ ਰਖਾਈ ਹੈ, ਉਹਨੂੰ ਅਦਨੀ ਚੰਦ ਭੱਜਿਆ ਸੀ, ਇਤਿਹਾਸ ਬਣਿਆ ਪਿਆ। ਉਹ ਕਹਿੰਦਾ ਵੀ ਦੂਜਾ ਆਪ ਤਾਂ ਡਿੱਗਿਆ ਸੀ, ਦੂਜਿਆਂ ਨੂੰ ਵੀ ਉਹ ਖਿੱਚ ਲਿਆ ਸੀ, ਉਹਨਾਂ ਦਾ ਬੇੜਾ ਡੋਬ ਕੇ ਰੱਖਦਾ ਸੀ ਉਸਨੇ। ਇਸ ਤਰ੍ਹਾਂ ਕਹਿੰਦੇ ਜੰਗ ਦੇ ਵਿੱਚ ਜਿਹੜਾ ਉਹ ਪਿੱਠ ਆਉਣੀ, ਉੱਥੇ ਭੱਜੇ ਆਉਣਾ, ਇਹ ਸਭ ਤੋਂ ਭੈੜੀ ਨਿੰਦਿਆ ਹੈ। ਜਸ ਹੈ ਕਵਨ, ਅਸਲੀ ਜਸ ਕਿਹੜਾ ਹੈ। ਤਾਂ ਦੋ ਪ੍ਰਸ਼ਾਦੇ ਕਿਸੇ ਨੂੰ ਅਸੀਂ ਚੰਗੀ ਵਧੀਆ ਢੰਗ ਨਾਲ ਛਕਾ ਲਈਏ, ਫਿਰ ਸਾਡੇ ਸਿਵਲ ਸਵਾਹ ਦੇ ਪੁੱਲ ਬੰਨ ਦਿੰਦਾ ਹੈ। ਕਹਿੰਦੇ ਅਸਲੀ ਜਸ ਕਿਹੜਾ, ਸ੍ਰੇਸ਼ਟ ਜਸ ਕਿਹੜਾ ਹੈ। ਤਾਂ ਦੱਸਦੇ ਸਤ ਪ੍ਰਤਿਗਿਆ ਵੀਰਤਾ, ਸੂਰਮਤਾਈ ਧਾਰਨ ਕਰਕੇ ਸੂਰ ਵੀਰ ਬਣ ਕੇ ਆਪਣੇ ਬਚਨ ਨੂੰ ਪੂਰਾ ਕਰਨਾ, ਜੋ ਬਚਨ ਕੀਤਾ ਉਹਦੇ ਤੇ ਪੂਰਾ ਉਤਰਨਾ। ਇਹ ਜਗਤ ਜਸ ਜਾਨ, ਅਸਲੀ ਜਿਹੜਾ ਸ੍ਰੇਸ਼ਟ ਜਸ ਹੈ ਸੰਸਾਰ ਦੇ ਵਿੱਚ ਇਹ ਹੈ, ਜਿਹੜਾ ਬਚਨ ਕੀਤਾ ਉਹਦੇ ਤੇ ਪੂਰਾ ਹੋ ਜਾਣਾ।
ਹੋਰ ਇੱਥੇ ਪੂਰਾ ਉਤਰ ਜਾਣਾ ਇਹੀ ਅਸਲੀ ਸ੍ਰੇਸ਼ਟ ਜਸ ਹੈ। ਜਿਹੜਾ ਇਹ ਵਚਨ ਫਿਰ ਜਾਂਦਾ ਉਹਦੀ ਨਿਦਿਆ ਹੁੰਦੀ ਹੈ। ਕਵਨ ਪਾਪ ਕਹਿ ਧਰਮ, ਇਸੇ ਤਰ੍ਹਾਂ ਕਿਹੜਾ ਪਾਪ ਹੈ, ਮਤਲਬ ਕਿੰਨੇ ਤਰ੍ਹਾਂ ਦੇ ਪਾਪ ਹੈ। ਬਾਣੀ ਦੇ ਵੀ ਪਾਪ ਹੈਗੇ ਹੈ, ਮਨ ਦੇ ਵੀ ਪਾਪ ਹੈ। ਮਨ ਕਰਕੇ ਕਿਸੇ ਦਾ ਬੁਰਾ ਚਿਤਣਾ, ਮਾੜਾ ਸੋਚਣਾ, ਇਹ ਮਨ ਦਾ ਪਾਪ ਹੈ। ਜਵਾਨ ਕਰਕੇ ਜਿਹੜਾ ਕਿਸੇ ਤੇ ਐਵੇਂ ਅਲਜੂਣ ਥਾਪੀ ਜਾਣਾ, ਬਿਨਾਂ ਵਿਚਾਰ ਤੋਂ ਕਿਸੇ ਤੇ ਚਿੱਕਰ ਸੁੱਟੀ ਜਾਣਾ, ਉਹ ਦੇਖਣਾ ਦੁਖਣਾ ਕੁਝ ਨਹੀਂ ਹੈ, ਸੋਚਣਾ ਕੁਝ ਨਹੀਂ ਹੈ, ਬਸ ਕਿਸੇ ਤੋਂ ਸੁਣ ਸੁਣਾਇਆ, ਬਸ ਰੌਲਾ ਪਾ ਤਾ। ਹੋਏ ਸਭ ਤੋਂ ਬੇਸਮਝਪੁਣੇ ਵਿੱਚ ਜਿਹੜਾ ਕੋਈ ਕਹਿਣਾ ਕਹਾਉਣਾ, ਇਹ ਬਾਣੀ ਦਾ ਪਾਪ ਹੈ। ਐਵੇਂ ਝੂਠ ਬੋਲਣਾ, ਐਵੇਂ ਚਿੱਕਰ ਕਿਸੇ ਤੇ ਸੁੱਟਣਾ। ਦੂਜਾ ਸਰੀਰਕ ਹੈ, ਜਿਹੜਾ ਬਿਨਾਂ ਕਿਸੇ ਕਸੂਰ ਤੋਂ ਐਵੇਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਸਰੀਰ ਤੋਂ, ਕਿਸੇ ਦੇ ਮਗਰ ਲੱਗ ਕੇ, ਇਹ ਵੀ ਵੱਡਾ ਪਾਪ ਹੈ। ਸਰੀਰਕ ਪਾਪ ਹੈ, ਕਿਸੇ ਨੂੰ ਉਂਝ ਹੀ ਖਤਮ ਕਰ ਦੇਣਾ। ਇੱਧਰ ਕਹਿੰਦੇ ਜਿਹੜਾ ਗੁਰਮਤ ਆਸ਼ੇ ਅਨੁਸਾਰ ਕਿਹੜਾ ਪਾਪ ਹੈ, ਕਹਿੰਦੇ ਧਰਮ ਕਿਰਤ ਕੋ ਤਿਆਗਣ, ਜਿਹੜੀ ਧਰਮ ਦੀ ਕਿਰਤ ਕਰਕੇ ਖਾਣਾ ਹੈ, ਘਾਲ ਖਾਏ ਕਛਟੋਂ ਦੇ ਦਸਾਂ ਨਵਾਂ ਦੀ ਕਿਰਤ ਕਰਕੇ ਖਾਣਾ, ਇਹ ਤਾਂ ਹੋ ਗਿਆ ਨਾ ਪੁੰਨ। ਜਿਹੜਾ ਧਰਮ ਦੀ ਕਿਰਤ ਛੱਡ ਦੇਣਾ, ਬੇਈਮਾਨੀ ਧੋਖੇ ਠੱਗੀਆਂ ਮਾਰ ਕੇ ਖਾਣਾ, ਇਹ ਕਹਿੰਦੇ ਸਭ ਤੋਂ ਵੱਡਾ ਪਾਪ ਹੈ। ਆਪਣੇ ਜੀ ਵਿੱਚ ਦਿਲ ਵਿੱਚ ਮੰਨ ਲਓ ਕਹਿ ਧਰਮ। ਹੁਣ ਇੱਥੇ ਧਰਮ ਦਾ ਅਰਥ ਪੁੰਨ ਹੈ, ਵੀ ਪੁੰਨ ਕਿਹੜਾ ਹੈ ਅਸਲੀ। ਅਸੀਂ ਤਰ੍ਹਾਂ ਤਰ੍ਹਾਂ ਨਾਲ ਪੁੰਨ ਕਰਦੇ ਹੀ ਹਾਂ ਨਾ। ਗੁਰਮਤ ਆਸ਼ੇ ਅਨੁਸਾਰ ਪੁੰਨ ਕਿਹੜਾ ਹੈ ਤਾਂ ਦੱਸਦੇ ਹਨ, ਖੱਟ ਘਾਲ ਕੈ ਦੇਵੇ, ਵੀ ਘਾਲਣਾ ਕਰਕੇ, ਆਪਣੀ ਹੱਥੀਂ ਕਮਾਈ ਕਰਕੇ, ਉਹਦੇ ਵਿੱਚੋਂ ਜਿਹੜਾ ਕੋਈ ਨਫ਼ਾ ਹੋਇਆ, ਜਿਹੜਾ ਕੋਈ ਲਾਭ ਹੋਇਆ, ਫਿਰ ਉਹਦੇ ਵਿੱਚੋਂ ਦੇਣਾ ਕਿਸੇ ਨੂੰ। ਪੁੰਨ ਨਾ ਜਾ ਸਮਾਨ, ਇਹਦੇ ਵਰਗਾ ਹੋਰ ਕੋਈ ਪੁੰਨ ਨਹੀਂ ਹੈ। ਇਹ ਧਰਮ ਦਾ ਅਰਥ, ਜਿੱਥੇ ਪਾਪ ਨਾਲ ਆ ਜਾਵੇ ਉੱਥੇ ਨਾਲ ਧਰਮ ਆਵੇ, ਉੱਥੇ ਧਰਮ ਦਾ ਅਰਥ ਪੁੰਨ ਹੋਊਗਾ। ਪਹਿਲਾਂ ਪਾਪ ਆ ਗਿਆ, ਹੁਣ ਅੱਗੇ ਧਰਮ ਆ ਗਿਆ ਹੈ। ਜਿਹੜਾ ਖੱਟ ਕਮਾਈ ਕਰਕੇ ਦੇਣਾ ਹੈ, ਫਿਰ ਇਹਦੇ ਵਰਗਾ ਕੋਈ ਪੁੰਨ ਨਹੀਂ। ਇਹ ਸਭ ਤੋਂ ਮਹਾਨ ਪੁੰਨ ਹੈ। ਬਾਕੀ ਤਾਂ ਅਸੀਂ ਮਲਕ ਭਾਗੋ ਵੀ ਮਾਲ ਪੂਰੇ ਛਕਾਈ ਜਾਂਦਾ ਸੀ, ਉੱਥੇ ਮਹਾਰਾਜ ਨਹੀਂ ਛਕਣ ਗਏ ਸੀ, ਕਹਿੰਦਾ ਸੀ ਬ੍ਰਹਮ ਭੋਜ ਕਰ ਰਿਹਾ ਮੈਂ ਜੀ, ਤੇ ਮਹਾਰਾਜ ਕਹਿੰਦੇ ਵੀ ਨਹੀਂ, ਇਹ ਬ੍ਰਹਮ ਭੋਜ ਨਹੀਂ, ਇਹ ਤਾਂ ਲਹੂ ਭੋਜ ਹੈ, ਗਰੀਬਾਂ ਦਾ ਲਹੂ ਨਚੋੜਿਆ ਤੇਰੇ, ਵੀ ਮਾਨੀਆਂ ਧੋਖੀਆਂ ਠੱਗੀਆਂ ਮਾਰ ਕੇ ਉਹਨਾਂ ਦੀਆਂ ਦਿਹਾੜੀਆਂ ਕੱਟੀਆਂ, ਕਿ ਲੋਕ ਮਾੜਾ ਮਾੜਾ ਨਾ ਕਹਿਣ, ਚੰਗਾ ਕਹਿਣ, ਇਸ ਕਰਕੇ ਵੀ ਆਪ ਨੂੰ ਸਦ ਸਦ ਕੇ ਖੁਆ ਪਿਆ ਰਿਹਾ, ਲੋਕ ਵੀ ਬੜਾ ਹੈ, ਵੀ ਪੁੰਨੀ ਪੁਰਸ਼ ਹੈ, ਬੜਾ ਧਰਮੀ ਪੁਰਸ਼ ਹੈ। ਅਸਲ ਵਿੱਚ ਤਾਂ ਕਹਿੰਦੇ ਜਿਹੜਾ ਕਲਨਾ ਕਮਾਈ ਕਰਕੇ ਫਿਰ ਹੱਥੋਂ ਦਿੱਤਾ ਦਿੰਦਾ, ਹੱਥੋਂ ਦੇ ਕੇ ਭਲਾ ਮਨਾ, ਇਹਦੇ ਸਮਾਨ ਕੋਈ ਹੋਰ ਪੁੰਨ ਨਹੀਂ ਹੈ ਦੁਨੀਆਂ ਵਿੱਚ। ਕਵਨ ਜੋਗ ਕੋ ਭੋਗ ਹੈ, ਹਾਂ ਇਸ ਤਰ੍ਹਾਂ ਜੋਗ ਕਿਹੜਾ ਹੈ,
ਕਹਿੰਦੇ ਵਾਹਿਗੁਰੂ ਮੈਂ ਚਿੱਤ ਕੀ ਲਗਨ ਕਹਾਵੈ ਜੋਗ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਚਿੱਤ ਦੀ ਜਿਹੜੀ ਲਗਨ ਕੀ ਹੈ ਬਿਰਤੀ ਹੈ ਜੁੜੀ ਰਹੇ, ਇਹ ਅਸਲੀ ਯੋਗ ਕਹਾਉਂਦਾ, ਇਹੀ ਅਸਲੀ ਜੁੜਨਾ ਕਿਹਾ ਜਾਂਦਾ ਹੈ। ਇਹ ਚਿੱਤ ਦੀ ਬਿਰਤੀ ਵਾਹਿਗੁਰੂ ਵਿੱਚ ਜੁੜੀ ਹੋਈ ਹੈ, ਲੱਗੀ ਹੋਈ ਹੈ, ਤੇ ਸਮਝ ਲਓ ਯੋਗ ਕਰ ਰਿਹਾ ਹੈ। ਨਹੀਂ ਹੱਠ ਯੋਗ ਵੀ ਹੈ, ਸਗਰਭਤ ਯੋਗ ਵੀ ਹੈਗਾ ਹੈ, ਉਹ ਹੱਠ ਨਾਲ ਕਰਨਾ ਕੋਈ ਯੋਗ ਨਹੀਂ ਹੈ। ਇਸੇ ਤਰ੍ਹਾਂ ਹੱਠ ਨਾਲ ਕੋਈ ਭੁੱਖੇ ਧਿਆਈ ਮਰਨਾ, ਇਹ ਕੋਈ ਜੁੜਨਾ ਨਹੀਂ ਹੈ। ਜਦੋਂ ਪ੍ਰਸ਼ਾਦੇ ਸ਼ਖਸ਼ਿਕਾ ਕੇ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਲੱਗੇ ਰਹਿਣਾ, ਜੁੜੇ ਰਹਿਣਾ, ਸਿੱਧੀ ਬਿਰਤੀ ਨੂੰ ਵਾਹਿਗੁਰੂ ਵਿੱਚ ਲਗਾਈ ਰੱਖਣਾ, ਇਹੀ ਅਸਲੀ ਯੋਗ ਹੈ, ਇਹੀ ਅਸਲੀ ਜੁੜਨਾ ਹੈ। ਉਸ ਵਿੱਚ ਕੋ ਭੋਗ ਹੈ? ਹਾਂ, ਭੋਗ ਕਿਹੜਾ ਹੈ? ਦਾਸ ਪਰਾਇਣ ਹੋਏ ਕਹਿ, ਜਿਹੜੇ ਕੋਈ ਗਿਆਨ ਇੰਦਰੇ ਹਨ ਇਹਨਾਂ ਦੇ ਗੁਲਾਮ ਹੋ ਕੇ, ਇਹਨਾਂ ਦੇ ਅਧੀਨ ਹੋ ਕੇ ਸੁਖ ਭੋਗਣ ਹੈ। ਵਿਸ਼ੇਸ਼ ਸੁਖ ਨੂੰ ਭੋਗਣਾ, ਇਹਨਾਂ ਇੰਦਰੀਆਂ ਦੇ ਗੁਲਾਮ ਹੋ ਕੇ ਅਧੀਨ ਹੋ ਕੇ ਜਿਹੜਾ ਵਿਸ਼ੇਸ਼ ਸੁਖ ਭੋਗਣਾ, ਇਸੇ ਦਾ ਨਾਮ ਕਹਿੰਦੇ ਭੋਗ ਕਿਹਾ ਜਾਂਦਾ ਹੈ। ਕਵਨ ਕਰਮ ਅਪ ਕਰਮ? ਹੁਣ ਅੱਗੇ ਪ੍ਰਸ਼ਨ ਹੈ, ਕਵਨ ਕਰਮ ਕਿਹੜਾ ਕਰਮ ਸ੍ਰੇਸ਼ਟ ਹੈ? ਦੱਸਦੇ ਹਨ, ਜਗ ਕੋ ਸੁਖਦਾਇਕ ਕਿਰਿਆ ਗੁਰਮਤ ਮੇਂ ਹੈ ਕਰਮ। ਸੰਸਾਰ ਦੇ ਲੋਕਾਂ ਨੂੰ ਸੁਖ ਦੇਣ ਵਾਲੀ ਜਿਹੜੀ ਕਿਰਿਆ ਕਰਨੀ ਹੈ, ਉਹ ਕਿਰਿਆ ਜਿਹੜੀ ਸੰਸਾਰ ਦੇ ਲੋਕਾਂ ਨੂੰ ਸੁਖ ਦੇਵੇ, ਇਹ ਕਹਿੰਦੇ ਸ਼ੋ ਕਰਮ ਹੈ। ਜਿਸ ਕਿਰਿਆ ਨਾਲ ਲੋਕਾਂ ਨੂੰ ਦੁੱਖ ਪਹੁੰਚਦਾ ਹੈ ਉਹਨੂੰ ਅਸੀਂ ਸ਼ੁਭ ਕਰਮ ਨਹੀਂ ਕਹਿ ਸਕਦੇ। ਆਪਣੇ ਆਪ ਨੂੰ ਭਾਵੇਂ ਉਹ ਕਹੀ ਜਾਵੇ, ਜਿਵੇਂ ਔਰੰਗਜ਼ੇਬ ਕਹਿੰਦਾ ਸੀ, ਮੈਂ ਸ਼ੁਭ ਕਰਮ ਕਰ ਰਿਹਾ ਹਾਂ, ਮੈਂ ਪੁੰਨ ਕਰ ਰਿਹਾ ਹਾਂ। ਜਿੰਨੇ ਹਿੰਦੂ ਇਹਨਾਂ ਮੁੱਲੋ ਮੁੱਲੀ ਜ਼ਬਰਦਸਤੀ ਫੜ ਕੇ ਇਹਨਾਂ ਨੂੰ ਸ਼ਰ੍ਹਾਂ ਵਿੱਚ ਲਿਆ ਰਿਹਾ, ਇਹਨਾਂ ਨੂੰ ਮੁਸਲਮਾਨ ਬਣਾ ਰਿਹਾ, ਮੈਂ ਸ਼ੁਭ ਕਰਮ, ਮੈਂ ਪੁੰਨ ਰੂਪ ਕਰਮ ਕਰ ਰਿਹਾ। ਉਹ ਕੋਈ ਕਰਮ ਨਹੀਂ ਸੀ ਉਹਦਾ, ਉਹ ਤਾਂ ਅਪਕਰਮ ਸੀ। ਉਹ ਸਾਡੇ ਵਿੱਚੋਂ ਵੀ ਜਿਹੜਾ ਫੜ ਫੜ ਕੇ ਮੱਲੋ ਮੱਲੀ ਕੇ ਇਸ ਪਾਸੇ ਲਿਆ, ਇਹ ਕਿਉਂਕਿ ਮੈਂ ਤਾਂ ਸਭ ਕਰਮ ਹੀ ਕਰਦਾ ਨਾ। ਜਿਹੜੀ ਸੰਸਾਰ ਨੂੰ ਸੁੱਖ ਦੇਣ ਵਾਲੀ ਕਿਰਿਆ ਜੇ ਕੋਈ ਕਰਦਾ ਨਾ, ਗੁਰਮਤ ਆਸ਼ੇ ਅਨੁਸਾਰ, ਉਹ ਕਹਿੰਦੇ ਸ੍ਰੇਸ਼ਟ ਸ਼ੁਭ ਕਰਮ ਹੈ ਕਿਹਾ ਜਾਂਦਾ ਹੈ। ਅਪਕਰਮ? ਅਪਕਰਮ ਕੀ ਹੈ? ਬੁਰਾ ਕਰਮ, ਭੈੜਾ ਕਰਮ ਕਿਹੜਾ ਹੈ? ਇਸਦਾ ਉੱਤਰ ਵਿਸ਼ਵ ਦੁਭਾਵ ਲੋਭ ਹੈ, ਆਪਣੇ ਪਦਾਰਥਾਂ ਦੇ ਲੋਭ ਦੇ ਅਧੀਨ ਹੋ ਕੇ ਇਸ ਤਰ੍ਹਾਂ ਕਹਿੰਦੇ ਲੋਕਾਂ ਨੂੰ ਦੁਖੀ ਕਰਨਾ, ਸੰਸਾਰ ਦੇ ਲੋਕਾਂ ਨੂੰ ਤੰਗ ਕਰਨਾ। ਜਾਨੋ ਹੈ, ਜਾਨੋ ਸੋ ਅਪਕਰਮ, ਇਹ ਕਹਿੰਦੇ ਸਭ ਤੋਂ ਭੈੜਾ ਕਰਮ ਜਾਣ ਲੋ। ਲੋਭ ਵਿੱਚ ਹੋ ਕੇ, ਲੋਭ ਦੇ ਅਧੀਨ ਹੋ ਕੇ ਜਿਹੜਾ ਦੂਜਿਆਂ ਨੂੰ ਤੰਗ ਕਰਨਾ, ਲੋਕਾਂ ਨੂੰ ਦੁਖੀ ਕਰਨਾ, ਇਹ ਸਭ ਤੋਂ ਭੈੜਾ ਕਰਮ ਹੈ। ਦੋਹਰਾ ਕਹੋ ਸੋ ਸਮਕਾ ਸੋ ਕਹੈ। ਹੁਣ ਅੱਗੇ ਫਿਰ ਦੋਹਰੇ ਵਿੱਚ ਪ੍ਰਸ਼ਨ ਹੈ, ਇਹ ਮਹਾਰਾਜ ਦੱਸੋ ਗੁਰੂ ਜੀ, ਜਿਹੜਾ ਸਮ ਸਾਧਨ ਕਿਹੜਾ ਹੈ?
ਕਿਸ ਨੂੰ ਕਿਹਾ ਜਾਂਦਾ ਸਮਸਾਧਨ? ਉੱਤਰ ਹੈ ਮਨ ਵਸ ਕਰਨੋ ਸਮ ਹੈ, ਜਿਹੜਾ ਮਨ ਨੂੰ ਹਮੇਸ਼ਾ ਵਸ ਕਰਕੇ ਰੱਖਣਾ, ਕਾਬੂ ਕਰਕੇ ਕਰਨਾ ਹੈ, ਇਹ ਸਮਨਾਮੇ ਸਾਧਨ ਹੈ। ਦਮ ਕੋ ਕਹਾ ਕਹੰਤ, ਜਿਹੜਾ ਦਮ ਸਾਧਨ ਹੈ ਉਹ ਕੀ ਹੈ, ਉਹ ਕਿਸ ਤਰ੍ਹਾਂ ਦਾ ਕਿਹਾ ਜਾਂਦਾ ਹੈ? ਤਾਂ ਉੱਤਰ ਹੈ ਦਮ ਇੰਦਰੀਆਂ ਜੈਕਾਰ, ਇੰਦਰੀਆਂ ਨੂੰ ਕਹਿੰਦੇ ਜਿੱਤ ਕੇ ਰੱਖਣਾ, ਕਾਬੂ ਕਰਕੇ ਰੱਖਣਾ, ਇਸੇ ਦਾ ਨਾਮ ਦਮ ਸਾਧਨ ਹੈ। ਕੋ ਸੂਰਾ ਦਾਤਾ ਕਵਨ, ਪ੍ਰਸ਼ਨ ਹੈ ਵੀ ਸੂਰਮਾ ਕੌਣ ਹੈ ਅਸਲੀ? ਤਾਂ ਉੱਤਰ ਹੈ ਦੂਰ ਕਰਨ ਅਨਿਆਏ ਹਿਤ, ਕਿਤੇ ਅਨਿਆ ਹੋ ਰਿਹਾ, ਬੇਇਨਸਾਫੀ ਹੋ ਰਹੀ, ਕਿਸੇ ਨਾਲ ਕੋਈ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ, ਜ਼ਬਰਦਸਤੀ ਕਰ ਰਿਹਾ ਹੈ, ਉੱਥੇ ਜਾ ਕੇ ਕਹਿੰਦੇ ਖੰਡਾ ਫੜ ਕੇ ਲੜ ਪਵੇ, ਜਿੱਥੇ ਅਨਿਆ ਹੋ ਰਿਹਾ, ਜ਼ੁਲਮ ਹੋ ਰਿਹਾ, ਬੇਇਨਸਾਫੀ ਹੋ ਰਹੀ, ਉੱਥੇ ਜਾ ਕੇ ਮੂਹਰੇ ਹੋ ਕੇ ਲੜੇ। ਕਹਿੰਦੇ ਜਿਹੜਾ ਲੜਦਾ ਉਹਦਾ ਨਾਂ ਸੂਰਮਾ ਵਿਚਾਰਿਆ ਜਾਂਦਾ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਦਾਤਾ ਕਵਨ, ਇਸੇ ਤਰ੍ਹਾਂ ਦੁਨੀਆਂ ਵਿੱਚ ਅਸਲੀ ਦਾਤਾ ਕਿਹੜਾ ਹੈ? ਤਾਂ ਉੱਤਰ ਦਾਤਾ ਵਿਦਿਆ ਦਾਨ ਹੈ, ਜਿਹੜਾ ਬ੍ਰਹਮ ਵਿਦਿਆ ਦਾ ਕਿਸੇ ਨੂੰ ਦਾਨ ਦਿੰਦਾ ਹੈ ਨਾ, ਉਹ ਕਹਿੰਦੇ ਅਸਲੀ ਦਾਤਾ ਹੈ, ਕਿਉਂਕਿ ਬ੍ਰਹਮ ਵਿਦਿਆ ਰਾਹੀਂ ਬ੍ਰਹਮ ਦੀ ਪ੍ਰਾਪਤੀ ਹੈ। ਬ੍ਰਹਮ ਦੀ ਪ੍ਰਾਪਤੀ ਕਰਕੇ ਮਨੁੱਖ ਨੇ ਅਮਰ ਅਵਿਨਾਸ਼ੀ ਹੋ ਜਾਣਾ, 84 ਦੇ ਚੱਕਰ ਵਿੱਚੋਂ ਨਿਕਲ ਜਾਣਾ। ਹੋਰ ਜਿਹੜਾ ਕੋਈ ਦਾਨ ਹੈ ਉਹਦੇ ਨਾਲ ਮਨੁੱਖ 84 ਦੇ ਚੱਕਰ ਵਿੱਚੋਂ ਤਾਂ ਨਹੀਂ ਨਿਕਲਦਾ, ਹੋਰ ਦਾਨ ਨਾਲ ਕੋਈ ਮਨੁੱਖ ਕੋਈ ਮਹਾਨ ਨਹੀਂ ਹੋ ਜਾਂਦਾ ਹੈ। ਬ੍ਰਹਮ ਵਿਦਿਆ ਦੇ ਨਾਲ ਮਨੁੱਖ ਮਹਾਨ ਤੋਂ ਮਹਾਨ ਹੋ ਜਾਂਦਾ, ਉਹਨੂੰ ਜਿਹਨੂੰ ਬ੍ਰਹਮ ਦਾਨ ਧਿਆਨ ਦੇ ਦਿੱਤਾ ਉਹ ਬ੍ਰਹਮ ਗਿਆਨੀ ਪੁਰਸ਼ ਬਣ ਜਾਏਗਾ, ਉਹ ਹੋਰ ਕਿੰਨਿਆਂ ਨੂੰ ਸੁਖੀ ਕਰੇਗਾ ਬ੍ਰਹਮ ਦਾ ਦਾਨ ਦੇ ਕੇ, ਬ੍ਰਹਮ ਵਿਦਿਆ ਪੜ੍ਹਾ ਕੇ। ਇਸ ਕਰਕੇ ਗਣਗਣ ਜਿਹੜੀ ਬ੍ਰਹਮ ਵਿਦਿਆ ਪੜ੍ਹਾਉਣੀ ਨੇ, ਪਰਮੇਸ਼ਰ ਸੰਬੰਧੀ ਵਿਦਿਆ ਪੜ੍ਹਾਉਣੀ, ਇਹ ਸਭ ਤੋਂ ਵੱਡਾ ਦਾਨ ਹੈ। ਕਹੋ ਤੰਤ ਕੋ ਮੰਤ, ਉਹ ਕਹਿੰਦੇ ਨਾਲ ਕਹਿੰਦੇ ਉਹਦਾ ਨਿਸ਼ਕਾਮਤਾ ਹੋਵੇ। ਇੱਕ ਤਾਂ ਇੱਛਾ ਰੱਖ ਕੇ ਕਿਸੇ ਨੂੰ ਪੜ੍ਹਾਉਣਾ ਹੁੰਦਾ ਨਾ, ਇੱਕ ਨਿਰਸ਼ਚਿਤ ਹੋ ਕੇ ਆਪਣਾ ਉਹਦੇ ਵਿੱਚ ਕੋਈ ਸਵਾਰਥ ਨਾ ਹੋਣਾ, ਆਪਣਾ ਮਤਲਬ ਨਹੀਂ ਹੈ ਹੁੰਦਾ ਵੀ ਚਲੋ ਇਹ ਆਪਾਂ ਇਹਨੂੰ ਚਾਰ ਕਢਾਈਆਂ ਨੇ ਆਪਾਂ ਨੂੰ ਕਈ ਕਰੀ ਕਰਾਈ ਜਾਂਦਾ। ਨਿਸ਼ਚਿਤ ਕਾਮਨਾ ਤੋਂ ਰਹਿਤ ਹੋ ਕੇ ਉਹ ਕਰਨਾ ਕਰਾਉਣਾ, ਜਿਵੇਂ ਉਹ ਸੰਤ ਬਾਬਾ ਅਮੀਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਨਿਸ਼ਚਿਤ ਹੋ ਕੇ ਆਪਣਾ ਸਵਾਲ ਛੱਡ ਕੇ ਵੀ ਇਹ ਕੁਝ ਪੜ੍ਹ ਲਿਖ ਜਾਏ, ਸਿਆਣਾ ਹੋ ਜਾਏ, ਤੇ ਅੱਗੇ ਕੁਝ ਨਾ ਪਰਉਪਕਾਰ ਕਰੇਗਾ, ਵਿਦਿਆ ਪੜ੍ਹਾਏਗਾ, ਇਸ ਨੂੰ ਸਾਹਮਣੇ ਰੱਖ ਕੇ ਉਹ ਪੜ੍ਹਾਉਂਦੇ ਹੁੰਦੇ ਸੀ। ਇਹ ਕੋਈ ਹੋਇਆ ਜਾ ਆ ਗਿਆ ਭਲਾ ਮਾਨਸ, ਉਹ ਕਹਿੰਦਾ ਮਹਾਰਾਜ ਇਹਨਾਂ ਨੂੰ ਨਾ ਪੜ੍ਹਾਓ ਬ੍ਰਹਮ ਵਿਦਿਆ, ਇਹਨਾਂ ਨੂੰ ਐਂ ਰੱਖੋ ਉਲੂ ਦੇ ਪੱਠੇ, ਅਨਪੜ੍ਹੀ ਰੱਖੋ ਇਹਨਾਂ ਨੂੰ। ਕਹਿੰਦੇ ਵੀ ਜੇ ਪੜ੍ਹਾ ਤੀ ਬ੍ਰਹਮ ਵਿਦਿਆ ਫਿਰ ਕੀ ਹੋਇਆ? ਕਹਿੰਦਾ ਫਿਰ ਤੁਹਾਡੇ ਕੋਲ ਤਾਂ ਰਹਿਣੇ ਨਹੀਂ, ਇਹ ਤੁਹਾਡੇ ਅਧੀਨ ਨਹੀਂ ਰਹਿਣੇ ਇਹ। ਇਸ ਕਰਕੇ ਤੁਸੀਂ ਇਹਨਾਂ ਨੂੰ ਬ੍ਰਹਮ ਵਿਦਿਆ ਨਾ ਪੜ੍ਹਾਓ, ਜੇ ਪੜ੍ਹਾ ਤੀ ਇੱਕ ਤਾਂ ਤੁਹਾਡੇ ਅਧੀਨ ਨਹੀਂ ਰਹਿਣੇ, ਤੁਹਾਡੇ ਕੋਲ ਨਹੀਂ ਰਹਿਣੇ ਇਹ।
ਦੋ ਕਦੇ ਨੁਕਸਾਨ ਹੋ ਜਾਣਗੇ। ਜੇ ਤੁਸੀਂ ਨਾ ਪੜ੍ਹਾਈ ਤੁਹਾਡੇ ਅਧੀਨ ਵੀ ਰਹਿਣਗੇ ਤੇ ਤੁਹਾਡੇ ਕੋਲੇ ਵੀ ਰਹਿਣਗੇ, ਇਹ ਲਾਭ ਹੋ ਜਾਓ। ਹੁਣ ਨਿਸ਼ਚਰ ਸੀ ਮਹਾਤਮਾ, ਉਹ ਹੱਸ ਕੇ ਕਹਿੰਦੇ ਵੀ ਇਸੇ ਕਰਕੇ ਤਾਂ ਅਸੀਂ ਪੜ੍ਹਾਉਂਦੇ ਹਾਂ ਵੀ ਸਾਡੇ ਅਧੀਨ ਨਾਲ ਸਾਰੀ ਜ਼ਿੰਦਗੀ ਰਹਿਣੇ, ਆਪਣੇ ਆਪਣੇ ਆਪੇ ਗੋਚਰੇ ਹੋ ਜਾਣ, ਆਪਣੇ ਜੋਗੇ ਬਣ ਜਾਣ, ਆਪਣੇ ਪੈਰਾਂ ਤੇ ਖੜਨ, ਵੀ ਸਾਡੇ ਨਾਲ ਅਧੀਨ ਰਹਿਣ, ਸਾਡੇ ਜੋਗੇ ਨਾ ਰਹਿਣ। ਇਹ ਨਿਸ਼ਕਾਮ ਨਿਸ਼ਚਿਤ ਸਵਾਰਥ, ਬਿਨਾਂ ਸਵਾਰਥ ਤੋਂ, ਬਿਨਾਂ ਮਤਲਬ ਤੋਂ ਕਿਸੇ ਨੂੰ ਬ੍ਰਹਮ ਵਿਦਿਆ ਪੜ੍ਹਾਉਣੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਹਨੂੰ ਕਿਹਾ ਜਾਂਦਾ ਹੈ। ਕਹੋ ਤੰਤ ਕੋ ਮੰਤ, ਹਾਂ ਕਵਨ ਕਹੋ ਤੰਤ ਕੋ ਮੰਤ, ਕਹਿੰਦੇ ਵੀ ਤੰਤਰ ਕਿਹੜਾ ਹੈ ਤੇ ਮੰਤਰ ਕਿਹੜਾ ਹੈ। ਹੋਰ ਤਾਂ ਇੰਦਰਜਾਲ ਪੁਸਤਕ ਹੈਗੀ ਹੈ, ਬਹੁਤ ਵੱਡਾ ਪੁਸਤਕ ਹੈ, ਬੜਾ ਪੋਥਾ, ਉਹਦੇ ਵਿੱਚ ਬੜੇ ਟੂਣੇ ਟਾਮਣ ਲਿਖੇ ਪਏ ਵੀ ਗੁਰਮਤ ਆਸ਼ੀ ਅਨੁਸਾਰ ਕਿਹੜਾ ਤੰਤਰ ਤੇ ਮੰਤਰ ਹੈ, ਟੂਣਾ ਤੇ ਉਹ ਮੰਤਰ ਕਿਹੜਾ ਹੈ। ਇੱਥੇ ਹੁਣ ਗੁਰਮਤ ਆਸ਼ੀ ਅਨੁਸਾਰ ਹੈ, ਸਤ ਨਾਮ ਅਰ ਵਾਹਿਗੁਰੂ ਤੰਤਰ ਮੰਤਰ ਨਿਰਧਾਰ। ਜਿਹੜਾ ਸਤ ਨਾਮ, ਫਿਰ ਕਹਿੰਦਾ ਵਾਹਿਗੁਰੂ, ਕਹਿੰਦੇ ਇਹ ਜਿਹੜੇ ਚਾਰ ਅੱਖਰ ਤਾਂ ਤੰਤਰ ਹੈ ਤੇ ਚਾਰ ਅੱਖਰ ਕਹਿੰਦੇ ਮੰਤਰ ਹੈ। ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ, ਸਤਨਾਮ ਨਹੀਂ ਕਹਿਣਾ ਚਾਹੀਦਾ। ਸਤਨਾਮ ਵੀ ਉਸੇ ਦਾ ਹੀ ਨਾਂ ਹੈ, ਫਿਰ ਤਾਂ ਇੱਕ ਓਂਕਾਰ ਸਤਨਾਮ ਕਿਹਾ, ਉੱਥੇ ਨਾ ਕਿਤੇ ਕਹਿੰਦੇ ਵੀ ਵਾਹਿਗੁਰੂ ਕਹਿਣਾ ਚਾਹੀਦਾ। ਵੀ ਉੱਥੇ ਪਹਿਲਾਂ ਇੱਕ ਓਂਕਾਰ ਤੋਂ ਬਾਅਦ ਸਤਨਾਮ ਲਿਖਿਆ। ਕਈ ਕਹਿੰਦੇ ਨਹੀਂ ਸਾਨੂੰ ਤਾਂ ਦਰੜਾਇਆ ਗੁਰਮੰਤਰ ਵਾਹਿਗੁਰੂ ਹੈ, ਸਤਨਾਮ ਨਹੀਂ ਨਾਲ ਕਹਿਣਾ। ਵੀ ਫਿਰ ਵੀ ਭਲਾ ਬਲੀ ਕੰਧਾਰੀ ਦਾ ਪਹਾੜ ਡਿੱਗ ਗੂਜੇ, ਸਤਨਾਮ ਪਹਿਲਾਂ ਕਹਿਤਾ ਹੈ ਉਸੇ ਦਈਆ। ਸਤਨਾਮ ਤੇਰਾ ਭਰਾ ਪੂਰਬਲਾ, ਵੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਨਾਮ ਸਤਨਾਮ ਹੈ, ਜਿਹੜਾ ਸਦਾ ਸਿਰ ਰਹੇ ਸਦਾ ਰਹੇ, ਉਸੇ ਨੂੰ ਸਤ ਕਿਹਾ ਜਾਂਦਾ। ਇਸ ਮਨੁੱਖ ਨੂੰ ਤਾਂ ਅਸੀਂ ਸੱਤ ਨਹੀਂ ਕਹਿ ਸਕਦੇ, ਮਨੁੱਖ ਹੁਣ ਹੈਗਾ, ਕੁਝ ਸਮੇਂ ਤੋਂ ਬਾਅਦ ਨਹੀਂ ਹੋਏਗਾ। ਇਹਦੇ ਨਾਲ ਇਹ ਸੱਤ ਲਫ਼ਜ਼ ਕਦੇ ਨਹੀਂ ਲੱਗੇਗਾ। ਜਿਹੜਾ ਸਦਾ ਰਹੇ, ਤਿੰਨੇ ਸਮਿਆਂ ਵਿੱਚ ਰਹੇ, ਪਹਿਲਾਂ ਵੀ ਹੋਵੇ, ਹੁਣ ਵੀ, ਅੱਗੇ ਨੂੰ ਵੀ ਹੋਵੇ, ਉਹਨੂੰ ਕਹਾਂਗੇ ਸੱਤ, ਉਸੇ ਨੂੰ ਕਹਾਂਗੇ ਅਵਿਨਾਸ਼ੀ। ਅਸੀਂ ਅਵਿਨਾਸ਼ੀ ਵੀ ਨਹੀਂ ਕਸਾ ਸਕਦੇ, ਅਸੀਂ ਸੱਤ ਵੀ ਨਹੀਂ ਕਸਾ ਸਕਦੇ ਹਾਂ। ਅਸੀਂ ਵਿਨਾਸ਼ੀ ਤੇ ਅਸੱਤ, ਇਹ ਸੰਗਿਆ ਸਾਡੇ ਨਾਲ ਕਿਸੇ ਦਿਨ ਲੱਗ ਜਾਏਗੀ। ਇਸ ਕਰਕੇ ਕਹਿੰਦੇ ਵੀ ਸਤਨਾਮ ਤੇ ਜਿਹੜਾ ਵਾਹਿਗੁਰੂ ਹੈ, ਇਹ ਅਸਲੀ ਕਹਿੰਦੇ ਤੰਤਰ ਮੰਤਰ ਨਿਰਣਾ ਕਰ ਲਓ, ਬਾਕੀ ਹੋਰ ਜਾਦੂ ਟੂਣੇ ਤਾਂ ਐਵੇਂ ਨਿਸ਼ਫਲ ਕੰਮੇ ਹਨ। ਦੋਹਰਾ ਕਹਾ ਰੰਕ ਰਾਜਾ ਕਵਨ, ਫੇਰ ਹੁਣ ਕਹਿੰਦੇ ਵੀ ਅਸਲੀ ਕੰਗਾਲ ਕਿਹੜਾ ਹੈ, ਜਿਹਦੇ ਕੋਲ ਚਾਰ ਦਮੜੇ ਨਾ ਹੋਏ, ਪਹਿਨਣ ਵਾਸਤੇ ਕੱਪੜੇ ਨਾ ਹੋਏ, ਖਾਣ ਨੂੰ ਕੁਝ ਨਾ ਹੋਇਆ, ਅਸੀਂ ਕਹਾਂਗਾ ਇਹ ਤਾਂ ਮਹਾਕਲਾ ਹੈ, ਨੰਗ ਮਲੰਗ ਹੈ। ਪਰ ਜਿਹੜਾ ਗੁਰਮਤ ਸਿਧਾਂਤ, ਉਸੇ ਅਨੁਸਾਰ ਕਿਹੜਾ ਮਹਾਕੰਗਾਲ ਹੈ। ਇਹ ਕਹਿੰਦੇ ਜਾ ਕੇ ਤ੍ਰਿਸ਼ਨਾ ਅਧਿਕ ਹੈ, ਸੋਈ ਰੰਕ ਪਛਾਣ। ਜਿਹਦੇ ਅੰਦਰ ਕਹਿੰਦੇ ਬਹੁਤ ਹੀ ਤ੍ਰਿਸ਼ਨਾ ਹੈ,
ਬਹੁਤ ਹੀ ਮਾਇਆ ਦੀ ਚਾਹਨਾ ਹੈ। ਕਹਿੰਦੇ ਸਭ ਤੋਂ ਵੱਡਾ ਕੰਗਾਲ ਪਛਾਣ, ਭਾਵੇਂ ਲੱਖਾਂ ਕਰੋੜਾਂ ਉਹਦੇ ਕੋਲ ਹੈਗੀ ਹੈ, ਅੰਦਰ ਤ੍ਰਿਸ਼ਨਾ ਜ਼ਿਆਦਾ ਹੈ ਕਰੋੜਾਂ ਹੁੰਦਿਆਂ ਹੋਇਆ, ਫਿਰ ਉਹ ਸਭ ਤੋਂ ਵੱਡਾ ਕੰਗਾਲ ਹੈ। ਜੇ ਉਹ ਸ਼ਾਸਕ ਅੰਦਰ ਇੱਕ ਵਾਰੀ ਉਹ ਸਾਰੀਆਂ ਫੌਜਾਂ ਨੂੰ ਨਾਲ ਲੈ ਕੇ ਚੱਲਿਆ ਸੀ ਚੜ੍ਹਦੀ ਤਰਫ ਨੂੰ, ਜਦੋਂ ਚੱਲਿਆ ਤੇ ਅੱਗੇ ਕੋਈ ਬਿਰਸ਼ ਦੀ ਛਾਇਆ ਹੇਠ ਉਹ ਨਦੀ ਦੇ ਕਿਨਾਰੇ ਬਿਰਸ਼ ਹੈ ਤੇ ਬਿਰਤੀ ਦੇ ਵਿੱਚ ਫਕੀਰ ਬੈਠਾ, ਅੱਖਾਂ ਬੰਦ ਕੀਤੀ। ਮਨ ਵਿੱਚ ਆਇਆ ਵੀ ਚਲੋ ਜਾਂਦੇ ਜਾਂਦੇ ਆ ਫਕੀਰ ਤੋਂ ਆਪਾਂ ਆਸ਼ੀਰਵਾਦ ਹੀ ਲੈ ਜਾਈਏ, ਵੀ ਇਲਾਕਾ ਜਿੱਤਾਂਗੇ ਉਸ ਇਲਾਕੇ ਦੀ ਮਾਇਆ ਸਾਡੇ ਕੋਲ ਆਊ, ਆਪਾਂ ਹੋਰ ਮਹਾਨ ਬਣ ਜਾਵਾਂਗੇ। ਚੌਂਕੜਾ ਮਾਰ ਕੇ ਬੈਠ ਗਿਆ। ਕੁਝ ਸਮੇਂ ਤੋਂ ਬਾਅਦ ਉਹ ਫਕੀਰ ਨੇ ਅੱਖਾਂ ਖੋਲੀਆਂ, ਦੇਖਿਆ ਹੁਣ ਸਿਰ ਤੇ ਧਾਰ ਸੀ, ਕਲਗੀ ਸੀ, ਜਿਗਾ ਸੀ, ਕੱਪੜੇ ਪਾਤਸ਼ਾਹੀ ਠਾਠ ਵਾਰ ਸੀ, ਫੌਜਾਂ ਸੀ, ਪਛਾਣ ਲਿਆ ਵੀ ਕੋਈ ਪਾਤਸ਼ਾਹ ਹੈ। ਕਹਿਣ ਲੱਗਿਆ ਪਾਤਸ਼ਾਹ ਜੀ ਇੱਧਰ ਕਿਵੇਂ ਚੱਕਰ ਲਾਏ? ਕਹਿੰਦੇ ਜਿਵੇਂ ਚੜ੍ਹਦੀ ਤਰਫ ਨੂੰ ਫਤਿਹ ਕਰਨ ਲਈ ਜਾ ਰਿਹਾ ਸੀ, ਫੌਜਾਂ ਲੈ ਕੇ ਤੁਹਾਡੇ ਵੱਲੀ ਨਿਗਾਹ ਗਈ, ਤੁਸੀਂ ਬਰੇਤੀ ਵਿੱਚ ਬੈਠੇ, ਰੱਬ ਦੇ ਫਕੀਰ ਖੁਦਾ ਦੇ ਬੰਦੇ ਬੈਠੇ ਸੀ, ਮੈਂ ਆਖਿਆ ਚਲੋ ਤੁਹਾਡੇ ਅਸ਼ੀਰ ਹੀ ਲਵਾ ਹੀ ਲੈ ਜਾਈਏ ਵੀ ਮੇਰੀ ਵਿਜੇ ਹੋਵੇ। ਉਸ ਵੇਲੇ ਕਹਿਣ ਲੱਗਿਆ ਵੀ ਜੇ ਤੂੰ ਇਹ ਚੜ੍ਹਦੀ ਤਰਫ ਨੂੰ ਫਤਿਹ ਕਰ ਲਵੇ ਤੇ ਫੇਰ ਭਲਾ ਕੀ ਕਰੇਗਾ? ਕਹਿੰਦਾ ਫੇਰ ਮਾਰਿਆ ਮੈਂ ਟੇਕੇ ਥੋੜੋ ਪੈਣਾ, ਫਿਰ ਮੈਂ ਦੱਖਣ ਦੀ ਤਰਫ ਨੂੰ ਬੀੜਾ ਚੁੱਕ ਲੂ, ਉਧਰ ਨੂੰ ਚੱਲ ਪਊਗਾ। ਕਹਿੰਦੇ ਚਲੋ ਭਲਾ, ਖੁਦਾ ਭਲਾ ਕਰੇ ਤੇਰੇ ਬਲ ਹੋਵੇ, ਉਹ ਦੱਖਣ ਦੀ ਤਰਫ ਦੀ ਤੇਰੀ ਫਤਿਹ ਹੋ ਜਾਵੇ। ਫੇਰ ਕਹਿੰਦੇ ਫਿਰ ਸ਼ਿਵ ਦੀ ਤਰਫ, ਚਲੋ ਇੱਧਰ ਵੀ ਮੋਰਚਾ ਫਤਿਹ ਹੋਵੇ। ਕਹਿੰਦੇ ਫਿਰ ਪਹਾੜ ਦੀ ਤਰਫ, ਕਹਿੰਦੇ ਫੇਰ ਫਿਰ ਮੈਂ ਕਹਿੰਦੇ ਉੱਪਰਲੇ ਜਿਹੜੇ ਲੋਕ ਹੈ ਉਧਰ ਨੂੰ ਕਹਿੰਦੇ ਚੜ੍ਹਾਈ ਕਰੂੰ। ਕਹਿੰਦੇ ਚਲੋ ਉੱਧਰ ਵੀ ਉੱਪਰ ਵੀ ਫਤਿਹ ਹੋ ਜਾਏ, ਫਿਰ ਕਹਿੰਦੇ ਹੇਠਾਂ ਪਤਾਲਾਂ ਵਿੱਚ ਉੱਧਰ ਜਾਊਂ ਫਤਿਹ ਕਰ। ਕਹਿੰਦੇ ਚਲੋ ਇਹ ਵੀ ਸਾਰੇ ਮੋਰਚੇ ਫਤਿਹ ਹੋ ਜਾਣ, ਹੇਠਾਂ ਥਾਂ ਠਾਂ ਆਕਾਸ਼ਾ ਪਤਾਲਾਂ ਵਿੱਚ ਤੇਰਾ ਰਾਜ ਭਾਗ, ਤੇਰੀ ਪਾਤਸ਼ਾਹੀ ਕਾਇਮ ਹੋ ਜਾਏ। ਕਹਿੰਦਾ ਜੀ ਫਿਰ ਮੈਂ ਆਰਾਮ ਨਾਲ ਬੈਠੂੰਗਾ। ਕਹਿੰਦੇ ਜਾ ਏ, ਤੇਰੇ ਵਰਗਾ ਕੋਈ ਦੁਨੀਆਂ ਵਿੱਚ ਕਮਾਲ ਹੋਣਾ? ਕੋਈ ਦੋ ਰੋਟੀਆਂ ਦਾ ਹੋਊ, ਕੱਪੜੇ ਧੋਣੇ ਦਾ ਹੋਊ, ਤੂੰ ਤਾਂ ਬਹੁਤ ਵੱਡਾ ਕੰਗਾਲ ਹੈ। ਕਹਿੰਦਾ ਜੀ ਮੈਂ ਕੰਗਾਲ ਹਾਂ, ਮੈਂ ਇਸ ਸਮੇਂ ਦਾ ਸ਼ਾਹ ਸਿਕੰਦਰ ਹੈ, ਚੱਕਰਵਰਤੀ ਪਾਤਸ਼ਾਹੀ ਮੇਰੇ ਕੋਲ। ਉਹ ਕਹਿੰਦੇ ਤੇਰੇ ਅੱਗੇ ਤਾਂ ਕੋਈ ਭੁੱਖੜ ਦਾਸ ਨਹੀਂ ਹੋਣਾ, ਕੰਗਾਲ ਹੀ ਨਹੀਂ ਹੋਣਾ, ਐਡੀ ਵੱਡੀ ਪਾਤਸ਼ਾਹੀ ਪਾ ਕੇ ਅਜੇ ਫਿਰ ਤੂੰ ਕਹਿੰਦੇ ਇੱਧਰ ਉੱਧਰ ਨੂੰ ਝੁਕਦਾ ਫਿਰਦਾ, ਗੇੜੇ ਕੱਢਦਾ। ਇਸ ਕਰਕੇ ਇੱਥੇ ਕਹਿੰਦੇ ਜਾ ਕੇ ਤ੍ਰਿਸ਼ਨਾ ਅਲਗ ਹੈ, ਜਿਹਦੇ ਹਿਰਦੇ ਅੰਦਰ ਕਦੇ ਮਾਇਆ ਦੀ ਜ਼ਿਆਦਾ ਚਾਹਨਾ ਹੈ, ਵਹੀ ਪਰਮ ਕੰਗਾਲ, ਉਹ ਸਭ ਤੋਂ ਵੱਡਾ ਕੰਗਾਲ ਹੈ। ਕੰਗਲਾ ਮਲੰਗ ਮਲੰਗ ਪੁਰਸ਼ ਹੈ ਰਾਜਾ ਕਵਨ। ਹੁਣ ਕਹਿੰਦੇ ਮਹਾਰਾਜ ਦੱਸੋ ਵੀ ਅਸਲੀ ਦੁਨੀਆਂ ਵਿੱਚ ਰਾਜਾ ਕਿਹੜਾ ਹੈ? ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਲਿਖਿਆ,
ਜਿਹਦਾ ਮਰਜ਼ੀ ਪਾਤਸ਼ਾਹੀ ਹੋਵੇ, ਰਾਤ ਨੂੰ ਵਿਚਾਰਿਆਂ ਨੂੰ ਨੀਂਦ ਨਹੀਂ ਆਉਂਦੀ, ਰਾਜ ਭਾਗ ਕਿਹੜਾ ਇਹਨਾਂ ਦਾ? ਇੱਧਰ ਹੁਣ ਕਹਿੰਦੇ ਵੀ ਅਸਲੀ ਰਾਜਾ ਕਿਹੜਾ ਹੈ? ਤਾਂ ਮਹਾਰਾਜ ਕਹਿੰਦੇ ਸੰਤੋਖੀ ਉਤਸ਼ਾਹ ਯੁੱਧ, ਜਿਹਦੇ ਮਨ ਵਿੱਚ ਸੰਤੋਖ ਹੈ ਤੇ ਹਮੇਸ਼ਾ ਪਰਉਪਕਾਰ ਕਰਨ ਵਾਸਤੇ ਉਤਸ਼ਾਹ ਸਹਿਤ ਸਾਬਤਾ ਰਹਿੰਦਾ ਰਾਜਾ ਲਿਖੋ ਜਾਨ, ਉਸਨੂੰ ਕਹਿੰਦੇ ਦੁਨੀਆਂ ਦਾ ਰਾਜਾ ਪਛਾਣ ਲਓ ਜਿਹੜਾ ਸੰਤੋਖੀ ਹੈ, ਜਿਸਦਾ ਲਾਭ ਤਥਾ ਸੰਤੁਸ਼ਟ, ਭਾਵੇਂ ਕੋਲ ਕੁਛ ਨਹੀਂ ਹੈ ਪਰ ਅੰਦਰ ਮਨ ਦੇ ਸੰਤੋਖ ਹੈ, ਉਹ ਰਜਿਆ ਹੋਇਆ ਮਨੁੱਖ ਰਾਜਾ ਮਹਾਰਾਜਾ ਹੈ, ਜਿਹਦੇ ਮਨ ਵਿੱਚ ਹਮੇਸ਼ਾ ਉਤਸ਼ਾਹ ਹੈ ਪਰਉਪਕਾਰ ਕਰਨ ਲਈ, ਉਹ ਅਸਲੀ ਰਾਜਾ ਪਛਾਣ ਲਓ। ਹਰਖ ਸੋਗ ਹੈ ਕਵਨ, ਬਾਦਸ਼ਾਹ ਤਾਂ ਖੁਸ਼ੀ ਕੀ ਹੈ ਤੇ ਗਮੀ ਕੀ ਹੈ, ਸੋਗ ਕਿਹੜਾ ਹੈ ਤੇ ਪ੍ਰਸੰਨਤਾ ਕਪਣਾ ਕਿਹੜਾ ਹੈ? ਦੱਸਦੇ ਦੋ ਦਾ ਤਿਆਗਨ ਹਰਖ ਹੈ, ਜਿਹੜਾ ਦੁਚਿੱਤਾ ਆਪਣ ਮਨ ਵਿੱਚੋਂ ਛੱਡ ਦੇਣਾ ਹੈ ਵੀ ਆਹ ਕਰੀਏ ਕਿ ਨਾ ਕਰੀਏ, ਇਹ ਛੱਡ ਦੇਣਾ, ਇਹਦੇ ਵਰਗੀ ਹੋਰ ਕਹਿੰਦੇ ਕੋਈ ਖੁਸ਼ੀ ਨਹੀਂ ਪ੍ਰਸੰਨਤਾ ਨਹੀਂ ਹੈ। ਜਿਹਦੇ ਮਨ ਵਿੱਚ ਦੁਚਿੱਤਾ ਆਪਣਾ ਨਹੀਂ ਨਾ ਹੈਗਾ ਉਹ ਮਨੁੱਖ ਖੁਸ਼ ਰਹੂਗਾ, ਕਿਉਂਕਿ ਉਹਨੂੰ ਪਤਾ ਵੀ ਜੋ ਕੁਛ ਹੋਣਾ ਉਹ ਹੋ ਹੀ ਜਾਣਾ ਹੈ। ਜਿਹੜਾ ਜਿਹਦਾ ਮਨ ਦੁਚਿੱਤਾ ਆਪਣ ਦੁਰਦਾ ਵਿੱਚ ਹੈ, ਕਦੇ ਐ ਨਾ ਹੋ ਜਾਵੇ, ਕਿਤੇ ਐ ਨਾ ਹੋ ਜਾਵੇ, ਕਿਤੇ ਓ ਨਾ ਹੋ ਜਾਵੇ, ਸਾਰੀ ਸਾਰੀ ਬੈਠਾ ਬਿਹਲਾ ਭੜਕੀ ਜਾਊ, ਔਖਾ ਹੋਈ ਜਾਊਗਾ, ਬਿਨਾਂ ਕਿਸੇ ਮਾਰੇ ਕੁੱਟੇ ਤੋਂ ਨਾ ਕਿਸੇ ਦੁਆਣੇ ਤੋਂ। ਇਹ ਕਰਕੇ ਕਹਿੰਦੇ ਜਿਹਦੇ ਮਨ ਦੇ ਵਿੱਚ ਦੁਬਧਾ ਹੈ ਨੀ, ਦੁਚਿੱਤਾ ਆਪਣ ਨਹੀਂ ਨਾ ਛੱਡਤੀ ਹੈ ਦੁਚਿੱਤਾਪਣ, ਵੀ ਜੋ ਹੋ ਜਾਣਾ ਪਰਮੇਸ਼ਰ ਦੇ ਪਾਣੇ ਵਿੱਚ ਹੋ ਜਾਣਾ ਹੈ, ਮੇਰੇ ਕਰਿਆ ਕਰਿਆ ਕੁਛ ਨਹੀਂ ਹੋਣਾ ਹੈ, ਐਸਾ ਜਿਹੜਾ ਕਹਿੰਦੇ ਛੱਡ ਦੇਣਾ, ਇਹਦੇ ਵਰਗੀ ਹੋਰ ਖੁਸ਼ੀ ਨਹੀਂ ਪ੍ਰਸੰਨਤਾ ਨਹੀਂ ਹੈ। ਸੋਗ ਹੈ ਕਵਨ, ਤੇ ਸੋਗ ਕਿਹੜਾ ਅਸਲੀ ਹੈ? ਕਹਿੰਦੇ ਇਸ ਤਰ੍ਹਾਂ ਚਿੰਤਾ ਜਾਨੋ ਸੋਗ, ਜਿਹਦੇ ਮਨ ਨੂੰ ਚਿੰਤਾ ਲੱਗੀ ਹੈ ਸਮਝੋ ਸਭ ਤੋਂ ਵੱਡਾ ਕਹਿੰਦੇ ਸੋਗ ਦਾ ਰੋਗ ਲੱਗਿਆ, ਉਹਦੇ ਵਰਗਾ ਕੋਈ ਹੋਰ ਸੋਗੀ ਨਹੀਂ ਹੈ। ਦੂਜਾ ਤਾਂ ਚਲੋ ਘਰ ਦੇ ਵਿੱਚ ਕੋਈ ਬੱਚਾ ਚੜਾਈ ਕਰ ਗਿਆ, ਉਹ 10-20 ਦਿਨ ਯਾਦ ਰਹੂਗਾ, ਕੋਈ ਘਰ ਦੇ ਵਿੱਚ ਕੋਈ ਹੋਰ ਉਹੋ ਜਿਹੇ ਪੈਦਾ ਹੋ ਗਿਆ ਉਹਦੇ ਤਾਂ ਫਿਰ ਉਹ ਸੋਗ ਖਤਮ ਹੋ ਜਾਊ, ਖੁਸ਼ੀ ਆ ਜਾਊਗੀ। ਇਹ ਜਿਹਦੇ ਅੰਦਰ ਚਿੰਤਾ ਹੈ ਉਹਦੇ ਵਰਗਾ ਕੋਈ ਸੋਗ ਧਾਰਨ ਵਾਲਾ ਸੋਗੀ ਮਨੁੱਖ ਨਹੀਂ, ਉਹ ਸਭ ਤੋਂ ਵੱਡਾ ਸੋਗੀ ਹੈ। ਕੋ ਰੋਗੀ ਰਾਗੀ ਕਵਨ, ਇਸਰਾ ਰੋਗੀ ਕਿਹੜਾ ਹੈ? ਇੱਥੇ ਕਹਿੰਦੇ ਰੋਗੀ ਵਿਸ਼ਿਆ ਸ਼ਕਤ ਹੈ, ਜਿਹੜਾ ਵਿਕਾਰਾਂ ਵਿੱਚ ਫਸਿਆ ਹੋਇਆ ਪੁਰਸ਼ ਹੈ ਉਹ ਸਭ ਤੋਂ ਵੱਡਾ ਰੋਗੀ ਹੈ। ਰਾਗੀ ਕਵਨ, ਇਸੇ ਤਰ੍ਹਾਂ ਪ੍ਰੇਮੀ ਪਿਆਰਾ ਕਿਹੜਾ ਹੈ? ਕਹਿੰਦੇ ਰਾਗੀ ਚਿੱਤ ਅਰੋਗ, ਜਿਹੜਾ ਆਪਣੇ ਚਿੱਤ ਨੂੰ ਮਾੜੇ ਪਾਸੇ ਤੋਂ ਰੋਕ ਕੇ ਰੱਖਦਾ ਉਹ ਅਸਲੀ ਪ੍ਰੇਮੀ ਪਿਆਰਾ ਮਨੁੱਖ ਹੈ। ਕਹੋ ਤਤ ਮੋਹ ਤਵਨ, ਹਾਂ ਕਹੋ ਤਤ ਮੋਹ ਤਵਨ, ਇਹ ਮੈਨੂੰ ਤਤ ਦੀ ਗੱਲ ਕਹੋ ਜੀ। ਮਹਾਰਾਜ ਕਹਿੰਦੇ ਤੈਨੂੰ ਤਤ ਦੀ ਗੱਲ ਅਸੀਂ ਕਹਿ ਦਿੱਤੀ ਹੈ। ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ, ਸਮੇਂ ਜਿਹੜਾ ਸਮਾਂ ਹੈ ਜਿੰਨਾ ਕੁ ਨੀਯਤ ਕੀਤਾ ਕਰੀਬਨ ਪੂਰਾ ਹੋ ਗਿਆ ਹੈ। ਅਗਲੇ ਜਿਹੜੇ ਕੋਈ ਆਪਣੇ ਦੋ ਤਿੰਨ ਦੋਹਰੇ ਰਹਿੰਦੇ ਹੈ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰ ਲਾਂਗੇ, ਲਾਹਾ ਲੈ ਲਵਾਂਗੇ, ਕਿਉਂਕਿ ਫਿਰ ਅੱਧਾ ਘੰਟਾ ਇਹਦੇ ਵਿੱਚ
ਹੋਰ ਲੱਗ ਜਾਏਗਾ, ਸਮਾਂ ਉੱਪਰ ਚਲਾ ਜਾਏਗਾ। ਸੋ ਇਸ ਕਰਕੇ ਅੱਜ ਦੇ ਦੀਵਾਨ ਦੀ ਸਮਾਪਤੀ ਆਪਾਂ ਇੱਥੇ ਕਰੀਏ। ਬਾਕੀ ਰਹਿੰਦੀ ਹੈ ਜੀ ਪ੍ਰਸ਼ਨਾਵਤਾਂ ਦੀ ਵਿਚਾਰ ਆਇਓ, ਕੱਲ ਦੇ ਦੀਵਾਨ ਵਿੱਚ ਕਰਾਂਗੇ। ਆਖਰੀ ਪੰਕਤੀਆਂ ਪੜ੍ਹ ਕੇ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਕਹਾ ਰੰਕ ਰਾਜਾ ਕਵਨ, ਹਰਖ ਸੋਗ ਹੈ ਕਵਨ, ਕੋ ਰੋਗੀ ਰਾਗੀ ਕਵਨ, ਕਹੋ ਤਤ ਮੋਹ ਤਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਛੁਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਰਾਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਈ। ਆਏ ਪ੍ਰਭ ਸ਼ਰਨ ਕਿਰਪਾ ਨਿਰਜ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਚ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਰੁਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਰੁਪਾਰੇ ਉਤਾਰਨ ਹਾਰ। ਚਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਿਹਨ ਜਹਿ, ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਪਉ ਪ੍ਰਕਾਸ਼, ਅਮਿਤੋ ਜਿਤਿ ਜੈ, ਕੋਟ ਇੰਦਰ ਇੰਦਰਾਨ, ਸਾਹੇ ਸਾਹਣ ਗਿਣ ਜੈ, ਤ੍ਰਿਪਵਨ ਮਿਹਿ ਪਸੁਰ ਨਰ ਅਸੁਰ, ਨੇਤ ਨੇਤ ਬਨ ਤਿਰਨ ਕਹਿਤ, ਤੈ ਸਰਵਨਾਮ ਕਥੈ ਕਵਨ, ਕਰਮ ਨਾਮ ਵਰਣਤ ਸਮਤ, ਅਸ ਕਿਰਪਾਨ ਖੰਡੋ ਖੜਗ,
ਟੁਪਕ ਤਵਰ ਯਾਰਤੀ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ ਤੀਰ ਤੁਹੀ ਸਹਿਤੀ ਤੁਹੀ ਤਬਰ ਤਰਵਾਰ ਨਾਮ ਤਿਹਾਰੂ ਜੋ ਜਪੈ ਪੈ ਸਿੰਧ ਪਵਪਾਰ ਕਾਲ ਤੁਹੀ ਕਾਲੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਲੈ ਲਿਹੂ ਉਭਾਰੀ ਸਰਵ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੂ ਬਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਇਹ ਤੁਮ ਹੈ ਕਰੋ ਸਹਾਇ ਮੋਕੋ ਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਗਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕਵਨ ਸ੍ਰਿਸ਼ਟ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸੰਗਤ ਰੂਪ ਜੁੜ ਕੇ ਕੀਰਤਨ ਤੋਂ ਉਪਰੰਤ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜੋ ਆਪਣੇ ਮੁਖਾਰਬਿੰਦ ਰਾਹੀਂ ਪਵਿੱਤਰ ਬਾਣੀ
ਉਚਾਰਨ ਕੀਤੀ ਹੈ। ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਵਿਚਕਾਰ ਲਿਖੀ ਹੋਈ ਹੈ, ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਕੁਝ ਦਿਨ ਤੋਂ ਅਕਾਲ ਉਸਤ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਸ ਚਿਹਰੇ ਦੋਹਰੇ ਹਨ, ਉਹ ਪ੍ਰਸ਼ਨ ਰੂਪ ਦੇ ਵਿੱਚ ਉਚਾਰਨ ਕੀਤੇ ਹਨ ਅਤੇ ਉਹਨਾਂ ਦੇ ਵਿੱਚ ਹੀ ਪ੍ਰਹੇਲ ਕਾਲ ਅਲੰਕਾਰ ਦੁਆਰਾ ਅਖੀਰਲੀਆਂ ਪੰਕਤੀਆਂ ਵਿੱਚ ਉੱਤਰ ਵੀ ਦਿੱਤੇ ਹੋਏ ਨੇ। ਉਹਨਾਂ ਦੀ ਵਿਚਾਰ ਆਪਾਂ ਰਣ ਮੁੜ ਕੇ ਕਈ ਰੋਜ਼ ਵਿੱਚੋਂ ਕਰੀ ਜਾ ਰਹੇ ਹਾਂ। ਦੋ ਅਰਥ ਆਪਾਂ ਕਰ ਲਏ ਸਨ। ਕੱਲ੍ਹ ਦੇ ਦੀਵਾਨ ਵਿੱਚ ਤੀਸਰਾ ਜਿਹੜਾ ਅਰਥ ਹੈ, ਜੋ ਜਿਵੇਂ ਦੋਹਰੇ ਹਨ ਉਸੇ ਤਰ੍ਹਾਂ ਦੋਹਰਿਆਂ ਵਿੱਚ ਹੀ ਉਹਨਾਂ ਦੇ ਉੱਤਰ ਹਨ। ਉਸ ਸੰਪਰਦਾ ਵਿੱਚ ਵੀ ਇਹਨਾਂ ਨੂੰ ਪ੍ਰਮਾਨਤਾ ਹੈ। ਮਹਾਨ ਕੋਸ਼ ਵਿੱਚ ਵੀ ਭਾਈ ਕਾਨ ਸਿੰਘ ਨਾਭਾ ਜੀ ਨੇ ਇਹ ਦੋਹਰੇ ਉੱਤਰ ਰੂਪ ਦੇ ਵਿੱਚ ਇੱਕ ਸਮੇਂ ਸ੍ਰੀ ਆਤਮਾ ਜਿੱਥੇ ਪਰ ਹੈ ਉਹਦੇ ਨਾਲ ਇਹ ਦਿੱਤੇ ਨੇ ਕਿ ਨਾਲ ਉਹਨਾਂ ਨੇ ਇਹ ਵੀ ਕੋਸ਼ ਵਿੱਚ ਲਿਖਦਾ ਵੀ ਇਹ ਜਿਹੜੇ ਸੰਪਰਦਾਇ ਗਿਆਨੀ ਹੈ ਉਹ ਇਹਨਾਂ ਨੂੰ ਯਥਾਰਥ ਰੂਪ ਜਾਣਦੇ ਹੈ ਵੀ ਇਹ ਪ੍ਰਸ਼ਨਾਂ ਦੇ ਜਿਹੜੇ ਉੱਤਰ ਹੈ ਇਹਨਾਂ ਦੋਹਰਿਆਂ ਵਿੱਚ ਠੀਕ ਹੈ। ਇਹਨਾਂ ਦੋਹਰਿਆਂ ਰਾਹੀਂ ਜਿਹੜੇ ਸੰਪਰਦਾਈ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਦੋਹਰਿਆਂ ਦੀ ਵਿਚਾਰ ਕਰਦੇ ਨੇ, ਕਥਾ ਕਰਦੇ ਨੇ। ਉਹ ਕੱਲੇ ਦੀਵਾਨ ਵਿੱਚ ਆਪਾਂ ਜਿਹੜੇ ਤੀਸਰੇ ਅਰਥ ਰੂਪ ਦੇ ਵਿੱਚ ਦੋਹਰੇ ਹਨ ਉਹਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਛੇਕ ਦੋਹਰਿਆਂ ਦੀ ਆਪਾਂ ਵਿਚਾਰ ਕੱਲ੍ਹ ਪੂਰੀ ਕਰ ਲਈ ਸੀ। ਸੱਤਵਾਂ ਦੋਹਰਾ ਪ੍ਰਾਰੰਭ ਹੋ ਰਿਹਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਿਆਂ ਨੇ ਸੱਤਵੇਂ ਦੋਹਰੇ ਵਿੱਚ ਪ੍ਰਸ਼ਨ ਕੀਤਾ ਹੈ ਕਿ ਕਵਨ ਰੇਸ਼ਟ ਕੋ ਪੁਸ਼ਟ ਹੈ, ਇਸ ਤਰ੍ਹਾਂ ਕਹਿ ਸ੍ਰੇਸ਼ਟ ਕੋ ਵਿਚਾਰ, ਕਵਨ ਰੇਸ਼ਟ ਕੋ ਪ੍ਰਿਸ਼ਟ ਹੈ, ਕਹੋ ਸਕਲ ਵਿਕਸਾਰ। ਇਹਦੇ ਉੱਤਰ ਵਿੱਚ ਵੀ ਕਵਨ ਰੇਸ਼ਟ ਅਸਲ ਵਿੱਚ ਰਿਸ਼ਟਮ ਕਿਹੜਾ ਹੈ, ਰਿਸ਼ਟ ਦਾ ਅਰਥ ਰਜਿਆ ਪੁੱਜਿਆ ਵੀ ਹੁੰਦਾ ਹੈ। ਸੰਸਕ੍ਰਿਤ ਵਿੱਚ ਲਾਹ ਜਾਂਦਾ ਹੈ ਰਿਸ਼ਟ, ਵੀ ਖੁਸ਼ ਰਹਿਣ ਵਾਲਾ ਮਨੁੱਖ, ਪ੍ਰਸੰਨ ਰਹਿਣ ਵਾਲਾ ਮਨੁੱਖ। ਇਸ ਕਰਕੇ ਕਵਨ ਰਿਸ਼ਟ, ਇਸ ਲਈ ਕਿਹੜਾ ਮਨੁੱਖ ਰਿਸ਼ਟ ਰਹਿਣ ਵਾਲਾ, ਖੁਸ਼ ਰਹਿਣ ਵਾਲਾ, ਪ੍ਰਸੰਨ ਰਹਿਣ ਵਾਲਾ ਹੈ। ਇਹਦੇ ਉੱਤਰ ਵਿੱਚ ਇਹ ਲਫ਼ਜ਼ ਨੇ ਸਹਿਤ ਵਿਵੇਕ ਸੋ ਰਿਸ਼ਟ ਹੈ, ਜਿਹੜਾ ਮਨੁੱਖ
ਜੀਵ ਇਸ ਦੀ ਏਕਤਾ ਦੀ ਵਿਚਾਰ ਕਰਨ ਵਾਲਾ ਹੈ, ਉਹੀ ਮਨੁੱਖ ਅਸਲ ਰਿਸ਼ਟ ਹੈ, ਰਹਿਣ ਵਾਲਾ, ਖੁਸ਼ ਰਹਿਣ ਵਾਲਾ, ਪ੍ਰਸੰਨ ਰਹਿਣ ਵਾਲਾ ਹੈ। ਜੀਵ ਕੀ ਹੈ, ਈਸ਼ਵਰ ਕੀ ਹੈ, ਬ੍ਰਹਮ ਕੀ ਹੈ, ਜਿਹੜਾ ਮਨੁੱਖ ਇਹ ਨਹੀਂ ਨਾ ਵਿਚਾਰ ਕਰਦਾ, ਇਹਦੀ ਕੋਈ ਸਮਝ ਪੂੰਜ ਨਹੀਂ। ਜਿੰਨੀ ਉਹਦੇ ਕੋਲ ਮਰਜ਼ੀ ਮਾਇਆ ਹੋਵੇ, ਜਿੰਨਾ ਮਰਜ਼ੀ ਕੋਈ ਪਦਵੀ ਦਾ ਮਾਲਕ ਹੋਵੇ ਤੇ ਕਿੰਨੇ ਉਹਦੇ ਮਗਰ ਹੋਣ, ਜਿਸ ਵਡਿਆਈ ਕਰਨ ਵਾਲੇ ਪਰ ਉਹ ਰਿਸ਼ਟ ਨਹੀਂ ਹੋਵੇਗਾ, ਖੁਸ਼ ਨਹੀਂ ਰਹੇਗਾ ਤੇ ਪ੍ਰਸੰਨ ਨਹੀਂ ਰਹੇਗਾ। ਆਹ ਜਿਹੜਾ ਕੋਈ ਵਿਚਾਰਵਾਨ ਪੁਰਸ਼ ਹੈ, ਉਹੀ ਹਮੇਸ਼ਾ ਰਿਸ਼ਟ ਰਹਿੰਦਾ ਹੈ, ਖੁਸ਼ ਰਹਿੰਦਾ, ਪ੍ਰਸੰਨ ਰਹਿੰਦਾ ਹੈ। ਬਿਨਾਂ ਵਿਚਾਰ ਤੋਂ ਮਨੁੱਖ ਕਦੇ ਨਹੀਂ ਖੁਸ਼ ਰਹੇਗਾ, ਕਦੇ ਪ੍ਰਸੰਨ ਨਹੀਂ ਹੋਏਗਾ, ਕਿਉਂਕਿ ਬਿਨਾਂ ਵਿਚਾਰ ਤੋਂ ਤਾਂ ਮਨੁੱਖ ਵਹਿਮੀ ਹੁੰਦਾ, ਭਰਮੀ ਹੁੰਦਾ ਹੈ। ਵਿਚਾਰ ਵਾਲਾ ਜਿਹੜਾ ਪੁਰਸ਼ ਹੈ, ਵਿਚਾਰ ਕਰਕੇ ਨਿਰਣਾ ਕਰ ਲੈਂਦਾ ਹੈ, ਤੱਥ ਕੱਢ ਲੈਂਦਾ ਹੈ। ਇਸ ਕਰਕੇ ਇਹ ਉੱਤਰ ਹੈ, ਸਹਿਤ ਵਿਵੇਕ ਸ੍ਰੇਸ਼ਟ ਹੈ। ਜਿਹੜਾ ਵਿਵੇਕ ਸਹਿਤ ਪੁਰਸ਼ ਹੈ, ਯਾਨੀ ਈਸ਼ਰੀ ਦੀ ਏਕਤਾ ਦੀ ਵਿਚਾਰ ਕਰਨ ਵਾਲਾ ਪੁਰਸ਼ ਹੈ, ਜਾਂ ਵਿਵੇਕੀ ਪੁਰਸ਼ ਹੈ, ਵਿਚਾਰਵਾਨ ਪੁਰਖ ਹੈ, ਉਹੀ ਅਸਲੀ ਦੁਨੀਆਂ ਵਿੱਚ ਕਹਿੰਦੇ ਰਿਸ਼ਟ ਹੈ, ਪ੍ਰਸੰਨ ਰਹਿੰਦਾ ਹੈ, ਉਹੀ ਮਨੁੱਖ ਅਸਲੀ ਖੁਸ਼ ਰਹਿਣ ਵਾਲਾ ਹੈ। ਇਸ ਤਰ੍ਹਾਂ ਹੀ ਕਵਨ ਵਿਸ਼ਟ ਸੋ ਕੋ ਪੁਸ਼ਟ ਹੈ, ਵੀ ਕਿਹੜਾ ਮਨੁੱਖ ਉਹ ਪਰਾਕਰਮ ਵਾਲਾ ਹੈ, ਕਿਹੜਾ ਮਨੁੱਖ ਤਕੜਾ ਹੈ, ਕਿਹੜਾ ਬਲਵਾਨ ਹੈ, ਕਿਹੜਾ ਬਲ ਵਾਲਾ ਹੈ। ਪੁਸ਼ਟ ਪਰਾਕਰਮਵਾਨ ਜਿਹੜਾ ਆਤਮਕ ਬਲ ਵਾਲਾ ਪੁਰਸ਼ ਹੈ ਨਾ, ਉਹ ਹੈ ਅਸਲੀ ਪੁਸ਼ਟ, ਉਹ ਹੈ ਤਕੜਾ। ਜਾਂ ਜਿਹੜਾ ਕੋਈ ਬੁੱਧੀਵਾਨ ਪੁਰਸ਼ ਹੈ, ਸਿਆਣਾ ਪੁਰਸ਼ ਹੈ, ਉਹ ਭਾਵੇਂ ਸਰੀਰ ਕਰਕੇ ਬੜਾ ਹੀ ਹੈ, ਪਰ ਫਿਰ ਵੀ ਉਹ ਸਰੀਰ ਕਰਕੇ ਜਿਹੜੇ ਤਕੜੇ ਮਨੁੱਖ ਹੁੰਦੇ, ਉਹਨਾਂ ਵਿੱਚੋਂ ਉਹ ਬੁੱਧੀ ਕਰਕੇ ਜ਼ਿਆਦਾ ਤਕੜਾ ਹੁੰਦਾ ਹੈ। ਯਾਨੀ ਬੁੱਧਵਾਨ ਉਹ ਸਰੀਰ ਕਰਕੇ ਭਾਵੇਂ ਤਕੜਾ ਨਹੀਂ ਹੈ, ਪਰ ਫਿਰ ਵੀ ਉਹ ਸਰੀਰ ਕਰਕੇ ਤਕੜੇ ਮਨੁੱਖ ਨਾਲੋਂ ਜ਼ਿਆਦਾ ਤਕੜਾ, ਜ਼ਿਆਦਾ ਬਲਵਾਨ ਹੈ। ਉਹ ਸਾਰ ਕਿਤਾਬਲੀ ਦੇ ਵਿੱਚ ਬੁੱਧੀਵਾਨ ਦੇ ਸੰਬੰਧ ਵਿੱਚ ਇੱਕ ਦੋਹਰਾ ਆਇਆ ਹੈ, ਦ੍ਰਿਸ਼ਟਾਂਤ ਬਣਾਉਣ ਦਿੱਤਾ ਹੈ ਸ਼ੇਰ ਦਾ ਤੇ ਸਹਿ ਦਾ। ਹੁਣ ਸਹਿ ਦੇਖ ਲਓ, ਸਰੀਰ ਕਰਕੇ ਕੋਈ ਤਕੜਾ ਥੋੜਾ ਹੁੰਦਾ ਹੈ, ਉਧਰ ਜਿਹੜਾ ਸ਼ੇਰ ਹੈ, ਸਰੀਰ ਕਰਕੇ ਬੜਾ ਬਲ ਵਾਲਾ, ਬੜਾ ਤਕੜਾ ਹੁੰਦਾ ਹੈ, ਬੜੇ ਬੜੇ ਪੰਛੀ ਨੂੰ ਮਾਰ ਕੇ ਪਸ਼ੂਆਂ ਨੇ ਪਾਲ ਕੇ ਸਿੱਟ ਦਿੰਦਾ ਹੈ, ਜਿਹਦਾ ਭਵਕ ਜੀ ਮਾਰਦਾ ਹੈ, ਭਵਕ ਨਾਲ ਹੀ ਕਈ ਜਿਹੜੇ ਪਸ਼ੂ ਹੈ ਉਹ ਲਘੂ ਸ਼ੰਕਾ ਕਰਨ ਲੱਗ ਪੈਂਦੇ ਨੇ, ਇੰਨੇ ਡਰ ਜਾਂਦੇ ਨੇ, ਤੇ ਜਦੋਂ ਸਾਹਮਣੇ ਆ ਜਾਂਦਾ ਫਿਰ ਤਾਂ ਕਹਿਣਾ ਕੀ ਹੈ,
ਕਹਿੰਦੇ ਵੀ ਐਡਾ ਜਿਹੜਾ ਤਕੜਾ ਸ਼ੇਰ ਹੈ ਪਰ ਬੁੱਧੀ ਕਰਕੇ ਨਹੀਂ ਸਕਦਾ ਸੀ, ਬੁੱਧੀ ਕਰਕੇ ਸਿਆਣਾ ਹੈ ਨਹੀਂ ਸੀ, ਤੇ ਸਾਹਿਬ ਹੈ ਤਾਂ ਮਾੜਾ ਜਿਹਾ ਸੀ, ਮਰੂਗਾ ਜਿਹਾ ਸੀ, ਬੁੱਧੀ ਕਰਕੇ ਸਿਆਣਾ ਸੀ। ਕਹਿੰਦੇ ਉਹ ਬੁੱਧੀ ਦੇ ਬਲ ਨਾਲ ਉਹਨੇ ਸ਼ੇਰ ਨੂੰ ਮਰ ਮਰਾ ਦਿੱਤਾ। ਕਾਰਨ ਕੀ ਬਣਿਆ? ਕਹਿੰਦੇ ਜਿਹੜਾ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਰੋਜ਼ ਕਹਿੰਦੇ ਉਹ ਪਸ਼ੂਆਂ ਨੂੰ ਮਾਰਦਾ, ਪੜ ਪੜ ਖਾਂਦਾ, ਜਿੰਨੇ ਜੰਗਲ ਦੇ ਕਹਿੰਦੇ ਪਸ਼ੂ ਹੈ ਇਕੱਠੇ ਹੋ ਕੇ ਵਿਚਾਰਾਂ ਕਰਨ ਲੱਗੇ ਵੀ ਰੋਜ਼ ਆਪਾਂ ਨੂੰ ਤੰਗ ਕਰਦਾ ਇਹ ਸ਼ੇਰ, ਰੋਜ਼ ਸਾਡੇ ਭਾਦੀ ਬਣ ਜਾਂਦੀ ਹੈ, ਭਾਜਣਾ ਪਾ ਦਿੰਦਾ, ਜੇ ਰੋਜ਼ ਦਾ ਰੌਲਾ ਆਪਾਂ ਮੁਕਾਈਏ। ਕਹਿੰਦੇ ਇਹ ਆਪਣੇ ਭੋਜਨ ਵਾਸਤੇ ਹੀ ਐਸਾ ਕੁਛ ਕਰਦਾ। ਕਹਿੰਦੇ ਗੱਲ ਤਾਂ ਐਵੇਂ ਹੀ ਹੈ, ਆਪਣੇ ਭੋਜਨ ਵਾਸਤੇ ਹੀ ਸਾਨੂੰ ਮਾਰਦਾ ਤੇ ਪਾੜਦਾ ਹੈ, ਤੇ ਆਪਾਂ ਉਹ ਕਰੋ ਵੀ ਜਿੰਨੇ ਤਰ੍ਹਾਂ ਦੇ ਆਪਾਂ ਪਸ਼ੂ ਡੰਗਰ ਹੈਗੇ ਹੈ ਉਹਨਾਂ ਵਿੱਚੋਂ ਕਹਿੰਦੇ ਇੱਕ ਰੋਜ਼ ਦੇ ਕੋਲ ਆਪੇ ਹੀ ਚਲਿਆ ਜਾਇਆ ਕਰੇ। ਇਹਦਾ ਵੀ ਠੀਕ ਹੈ, ਜਿਹੜੇ ਗਿੱਦੜਾਂ ਵਿੱਚੋਂ ਹੈ ਉਹਨਾਂ ਦੀ ਇੱਕ ਦਿਨ ਦੀ ਬਾਰੀ ਹੋਊਗੀ, ਹੋ ਜਾਊਗਾ ਕੋਈ ਗਿੱਦੜ ਇੱਕ ਦਿਨ, ਰਿੱਛਾਂ ਵਿੱਚੋਂ ਕੋਈ ਰਿੱਛ ਜਾਊਗਾ, ਹਾਥੀਆਂ ਵਿੱਚੋਂ ਹਾਥੀ ਜਾਊ, ਬਘਿਆੜਾਂ ਵਿੱਚੋਂ ਬਘਿਆੜ ਜਾਊਗਾ, ਹਰਨਾਂ ਵਿੱਚੋਂ ਹਰਨ ਜਾਊ, ਬਾਰਾਂ ਸਿੰਘਾਂ ਵਿੱਚੋਂ ਬਾਰਾਂ ਸਿੰਘਾਂ, ਰੋਜ਼ਾਂ ਵਿੱਚੋਂ ਰੋਜ਼ ਜਾਊ। ਜਿੰਨੇ ਆਪਾਂ ਇਹ ਪਸ਼ੂ ਰਹਿੰਦੇ ਹਾਂ ਜੰਗਲ ਵਿੱਚ ਸਾਰਿਆਂ ਵਿੱਚੋਂ ਇੱਕ ਇੱਕ ਦੀ ਬਾਰੀ ਰੋਜ਼ ਹੋਵੇ, ਹੋ ਜਾਵੇ। ਕਹਿੰਦੇ ਠੀਕ ਹੈ, ਤੇ ਉਹ ਸਲਾਹ ਕਰਕੇ ਕਹਿੰਦੇ ਫਿਰ ਸ਼ੇਰ ਕੋਲ ਆ ਕੇ ਇਕੱਠੇ ਹੋ ਕੇ ਕਹਿੰਦੇ ਵੀ ਆਪਣੇ ਖੁਰਾਕ ਵਾਸਤੇ ਤੂੰ ਸਾਨੂੰ ਬੜਾ ਤੰਗ ਕਰਦਾ, ਤੇ ਇਹ ਤੇਰਾ ਅਸੀਂ ਖੁਰਾਕ ਦਾ ਪ੍ਰਬੰਧ ਕਰ ਦਿੰਦੇ ਹਾਂ। ਉਹ ਕੀ ਹੈ ਵੀ ਸਾਡੇ ਵਿੱਚੋਂ ਇੱਕ ਜਣਾ ਆਪੇ ਤੇਰੇ ਕੋਲ ਪਹੁੰਚ ਜਾਇਆ ਕਰੇਗਾ, ਤੂੰ ਉਹਨੂੰ ਮਾਰ ਲਿਆ ਕਰੀ, ਖਾ ਲਿਆ ਕਰੀ, ਆਪਣੀ ਖੁਰਾਕ ਪੂਰੇ ਕਰ ਲਿਆ ਕਰੀ। ਕਹਿੰਦਾ ਫਿਰ ਮੈਨੂੰ ਕੀ ਲੋੜ ਹੈ ਚੱਕਰ ਲਾਉਣ ਦੀ, ਜੇ ਤੁਸੀਂ ਆਪੇ ਹੀ ਆਓ, ਹੁਣ ਮੈਂ ਭੁੱਖ ਤਾਂ ਦੂਰ ਕਰਨੀ ਹੈ, ਇਹ ਤਾਂ ਵਧੀਆ ਸਲਾਹ ਤੁਹਾਡੀ, ਮੈਨੂੰ ਮਨਜ਼ੂਰ ਹੈ। ਕਹਿੰਦੇ ਇਸ ਤਰ੍ਹਾਂ ਜਿੰਨੇ ਜੰਗਲ ਵਿੱਚ ਰਹਿਣ ਵਾਲੇ ਸੀ ਵਾਰੀ ਵਾਰੀ ਉਹ ਜਾਂਦੇ ਰਹੇ, ਉਹਨਾਂ ਨੂੰ ਮਾਰ ਕੇ ਪੜ ਕੇ ਖਾਂਦਾ ਰਿਹਾ। ਇੱਕ ਵਾਰੀ ਕਹਿੰਦੇ ਜਿਹੜੇ ਸਹੀ ਹਨ ਇਹ ਜਿੰਨੇ ਰਹਿੰਦੇ ਉਹਨਾਂ ਵਿੱਚੋਂ ਬਾਰੀ ਜੀ ਆ ਗਈ, ਇੱਕ ਸਹੇ ਨੂੰ ਕਹਿਣ ਲੱਗੇ ਵੀ ਤੂੰ ਅੱਜ ਉਹਦੀ ਜਾ ਕੇ ਖੁਰਾਕ ਬਣ। ਉਹ ਸਿਆਣਾ ਸੀ, ਸ਼ੈਤਾਨ ਸੀ, ਇਹ ਵੀ ਸ਼ੇਰ ਮੁਰੇ ਕੁਛ ਨਹੀਂ, ਕਹਿੰਦੇ ਆਪਾਂ ਕੋਈ ਨਾ ਕੋਈ ਬੁੱਧੀ ਦਾ ਬਲ ਵਰਤੀਏ, ਸ਼ੈਤਾਨੀ ਕਰੀਏ, ਇਹ ਰੋਜ਼ ਤੰਗ ਕਰਦਾ, ਇਹਨੂੰ ਆਪਾਂ ਕਿਉਂ ਨਾ ਮਰਵਾ ਦਈਏ, ਇਹਨੂੰ ਖਤਮ ਕਰਾ ਦਈਏ, ਕਿਹੜਾ ਛੁੱਟੇ। ਕਹਿ ਰਹੇ ਉਹਨੂੰ ਸੋਚ ਗਈ ਗੱਲ, ਕਿਉਂਕਿ ਬੁੱਧੀਵਾਨ ਸੀ ਸਹਾ,
ਇਸ ਤਰ੍ਹਾਂ ਕਹਿੰਦੇ ਸੋਚ ਵਿਚਾਰ ਕੇ ਨਾ ਨਿਰਣਾ ਕਰਕੇ ਫਿਰ ਉਹ ਲੇਟ ਗਿਆ ਸ਼ੇਰ ਕੋਲ ਉਧਰੋਂ ਬੈਠਾ ਬੁਖਾਰ ਤੇ ਆਇਆ ਉਡੀਕ ਵਿੱਚ ਕਰ ਰਿਹਾ ਵੀ ਆਇਆ ਕਿਉਂ ਨਹੀਂ ਹੈ ਬਹੁਤਾ ਲੇਟ ਜਿਹਾ ਹੋ ਕੇ ਗਿਆ ਨਾ ਦਿਸਿਆ ਦੂਰੋਂ ਸ਼ੇਰ ਨੂੰ ਕਹਿੰਦਾ ਇੱਕ ਤਾਂ ਹੈ ਤੂੰ ਮਰੂਆ ਜਾ ਭੋਰਾ ਕਾ ਇੱਕ ਆਇਆ ਲੇਟ ਤੈਨੂੰ ਕੋਈ ਮਾੜੀ ਮੋਟੀ ਅਕਲਬੁੱਧ ਹੈ ਨੀ ਮੈਂ ਜੰਗਲ ਦਾ ਪਾਤਸ਼ਾਹ ਹਾਂ ਇਹ ਹੁਕਮ ਡੁੱਲੀ ਕਿਵੇਂ ਹੋਈ ਹੈ ਲੇਟ ਕਿਵੇਂ ਹੋਇਆ ਉਸਿਆ ਕਹਿੰਦੇ ਸਿਆਣਾ ਸੀ ਉਹ ਕਹਿੰਦਾ ਵੀ ਠੀਕ ਹੈ ਆਇਆ ਤਾਂ ਲੇਟ ਹੈ ਪਰ ਮੇਰੀ ਗੱਲ ਸੁਣ ਲਓ ਫਿਰ ਮੈਨੂੰ ਤੁਸੀਂ ਮਾਰਿਓ ਫਿਰ ਆਪਣੀ ਭੋਜਨ ਖੁਰਾਕ ਬਣਾਇਓ ਪਰ ਮੇਰੀ ਦੁੱਖ ਦੀ ਬਿਥਿਆ ਸੁਣ ਲਓ ਵੀ ਕਿਸ ਕਰਕੇ ਮੈਂ ਲੇਟ ਹੋ ਗਿਆ ਮੇਰਾ ਦੱਸ ਹੋਏ ਕਿਵੇਂ ਲੇਟ ਹੋਇਆ ਕਹਿਣ ਲੱਗਾ ਜੀ ਕੀ ਦੱਸੀਏ ਇੱਕ ਤਾਂ ਤੁਸੀਂ ਜੰਗਲ ਦੇ ਸਾਡੇ ਪਾਤਸ਼ਾਹ ਹੋ ਰਾਜੇ ਹੋ ਇੱਕ ਤੁਹਾਡੇ ਦਾ ਬਰਾਬਰ ਦਾ ਕਹਿੰਦੇ ਹੋਰ ਸ਼ੇਰ ਹੈ ਇਸੇ ਜੰਗਲ ਵਿੱਚ ਇੱਕ ਜਣਾ ਉਧਰ ਜਾਂਦਾ ਇੱਕ ਜਣਾ ਇੱਧਰ ਆਉਂਦਾ ਕੀ ਕਰੀਏ ਪਾਤਸ਼ਾਹ ਰਾਜੇ ਅੱਜ ਸਾਡੇ ਦੋਹਾਂ ਭਰਾਵਾਂ ਦੀ ਵਾਰੀ ਇਕੱਠਿਆਂ ਦੀ ਆ ਗਈ ਤੇ ਆਪੋ ਵਿੱਚ ਹੀ ਅਸੀਂ ਕਹਿਣ ਲੱਗੇ ਵੀ ਦੇਖੋ ਕਿਹੋ ਜਿਹੀ ਨੇਤ ਬਣੀ ਹੈ ਇਕੱਠਿਆਂ ਦੀ ਮੌਤ ਆ ਗਈ ਵੀ ਉਧਰ ਤੂੰ ਚਲੇ ਜਾਣਾ ਇੱਧਰ ਮੈਂ ਚਲੇ ਜਾਣਾ ਇਕੱਠੇ ਮਰ ਜਾਣਾ ਹੈ ਇਸ ਤਰ੍ਹਾਂ ਆਪੋ ਵਿੱਚ ਹੀ ਅਸੀਂ ਦੋਵੇਂ ਭਰਾ ਸਹੇ ਜੱਫੀਆਂ ਪਾਉਂਦੇ ਮਿਲਦੇ ਮਿਲਦੇ ਕਿ ਲੇਟ ਹੋ ਗਏ ਇਹ ਅਖੀਰੀ ਇਹ ਮੇਲਾ ਹੈ ਉਹਨਾਂ ਜੀ ਛੱਡਣ ਨੂੰ ਨਾ ਕਰੇ ਨਾ ਮੇਰਾ ਭਰਾ ਨੂੰ ਛੱਡਣ ਨੂੰ ਜੀ ਕਰੇ ਇਸ ਕਰਕੇ ਪਾਤਸ਼ਾਹ ਜੀ ਕੋਈ ਗੁੱਸਾ ਨਾ ਮਨੋ ਵੀ ਉਹ ਉਧਰ ਗਿਆ ਤੇ ਮੈਂ ਇੱਧਰ ਆ ਗਿਆ ਉਹ ਵਿਛੜਦੇ ਵਿਛੜਦੇ ਲੇਟ ਹੋ ਗਏ ਉਹ ਬਿਸਮ ਸੀ ਸ਼ੇਰ ਕਹਿੰਦਾ ਉਹ ਕੌਣ ਹੈ ਮੇਰੇ ਬਰਾਬਰ ਹੋ ਰਿਹਾ ਸੀ ਜੰਗਲ ਵਿੱਚ ਸ਼ੇਰ ਮੈਨੂੰ ਦਿਖਾ ਪਹਿਲਾਂ ਉਹਨੂੰ ਹੀ ਮੈਂ ਕਹਿੰਦਾ ਖਤਮ ਕਰੂੰਗਾ ਫਿਰ ਤੇਰੇ ਨਾਲ ਗੱਲ ਕਰੂੰ ਕਹਿੰਦਾ ਜੀ ਚੱਲੋ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਸ਼ੇਰ ਤੁਹਾਡੇ ਵਰਗਾ ਹੋਰ ਪਾਤਸ਼ਾਹ ਜੰਗਲ ਦਾ ਉਹ ਇਸ ਤਰ੍ਹਾਂ ਕਹਿੰਦੇ ਉਹ ਸ਼ਹਿਰ ਮੂਹਰੇ ਲੱਗ ਪਿਆ ਸ਼ੇਰ ਮਗਰ ਤੁਰਿਆ ਆਇਆ ਤੇ ਖੂਹ ਦੀ ਮੌਣ ਤੇ ਆ ਕੇ ਖੜ ਗਿਆ ਤੇ ਸ਼ੇਰ ਨੂੰ ਕਹਿੰਦਾ ਆਓ ਜੀ ਪਾਤਸ਼ਾਹ ਦੇਖੋ ਹੇਠਾਂ ਝਾਤੀ ਮਾਰ ਕੇ ਖੂਹ ਵਿੱਚ ਤੁਹਾਡੇ ਬਰਾਬਰ ਦਾ ਕਹਿੰਦੇ ਉਹ ਬਲੀ ਖੜਾ ਹੈ ਖੂਹ ਦੇ ਵਿੱਚ ਹੁਣ ਉਹ ਜੋ ਸ਼ੇਰ ਜਾ ਕੇ ਮੌਣ ਤੇ ਖੜੋਤਾ ਤੇ ਸਹਿਆ ਉਹਦੇ ਦੋਹਾਂ ਪੈਰਾਂ ਦੇ ਵਿਚਕਾਰ ਜੇ ਖੜ ਗਿਆ ਲੱਤਾਂ ਦੇ ਖਿੱਚ ਖੜ ਗਿਆ ਹੁਣ ਪਾਣੀ ਵੀ ਤਾਂ ਦਿਸਣਾ ਹੀ ਸੀ ਸ਼ੇਰ ਵੀ ਦਿਸਣਾ ਤੇ ਸਿਹਾ ਵੀ ਦਿਸਣਾ ਸੀ ਕਹਿਣ ਲੱਗਾ ਦੇਖੋ ਪਾਤਸ਼ਾਹ ਜੀ ਝਾਤੀ ਮਾਰ ਕੇ ਉਹ ਹੈ ਨਾ ਕਹਿੰਦੇ ਖੂਹ ਦੇ ਵਿੱਚ ਦੂਜਾ ਸ਼ੇਰ ਤੇ ਮੇਰਾ ਭਰਾ ਵੀ ਕਹਿੰਦੇ ਵੇਖ ਲਓ ਜੇ ਮੈਂ ਤੁਹਾਡੇ ਚਰਨਾਂ ਵਿੱਚ ਖੜੋਤਾ ਉਹ ਵੀ ਵਿਚਾਰਾ ਕਹਿੰਦੇ ਉਸਦੇ ਚਰਨਾਂ ਵਿੱਚ ਹੀ ਖੜੋਤਾ ਸਾਡੀ ਦੋਹਾਂ ਦੀ ਕਹਿੰਦੇ ਮੌਤ ਆ ਗਈ ਇੱਧਰ ਤੁਸੀਂ ਇਸ ਕਰਕੇ ਮੈਂ ਲੇਟ ਹੋ ਗਿਆ ਹੁਣ ਤੁਸੀਂ ਜਾਣੋ ਉਹ ਜਾਣੇ
ਮੈਂ ਤੁਹਾਨੂੰ ਦੱਸਦਾ ਵੀ ਇਹ ਲੇਟ ਹੋਣ ਦਾ ਕਾਰਨ ਹੈ। ਕਹਿਣ ਲੱਗਿਆ ਵੀ ਤੂੰ ਮਾੜਾ ਜਿਹਾ ਪਰੇ ਹੋ ਤੇ ਮੈਂ ਪਹਿਲਾਂ ਇਹਦਾ ਮੁਕਾਬਲਾ ਕਰ ਰਿਹਾ, ਇਹਨੂੰ ਮਾਰੂੰਗਾ ਆਪਣੇ ਦੁਸ਼ਮਣ ਨੂੰ, ਮੇਰੇ ਬਿਨਾਂ ਨਹੀਂ ਇੱਥੇ ਕੋਈ ਹੋਰ ਜੰਗਲ ਵਿੱਚ ਰਹਿ ਸਕਦਾ। ਕਹਿੰਦੇ ਉਸਨੇ ਫਿਰ ਭਵਕ ਮਾਰੀ, ਹੁਣ ਖੂਹ ਵੇਲੇ ਮੂੰਹ ਨੂੰ ਮਾਰੀ ਭਵਕ ਤੇ ਖੂਹ ਦੇ ਵਿੱਚੋਂ ਦੁਬਾਰਾ ਬਾਜ ਤਾਂ ਮੁੜਵੀਂ ਆਉਣੀ ਸੀ ਨਾ, ਤੇ ਉਹ ਆਪਣੀ ਜਿਹੜੀ ਭਵਕ ਸੀ ਨਾ ਉਹਦੇ ਵਿੱਚੋਂ ਦੁਬਾਰਾ ਉੱਠ ਕੇ ਰੂਹ ਦੇ ਵਿੱਚੋਂ ਉਵੇਂ ਆਈ। ਮੈਂ ਆਖਿਆ ਵੀ ਇਹ ਤਾਂ ਬਿਲਕੁਲ ਹੀ ਮੇਰੇ ਵਾਂਗੂ ਭਵਕ ਮਾਰਦਾ, ਇਹ ਵੀ ਮੁਕਾਬਲਾ ਕਰੂਗਾ। ਦੂਜੀ ਵਾਰ ਭਵਕ ਮਾਰੀ ਆ, ਫਿਰ ਉਵੇਂ ਉਹ ਵਿੱਚੋਂ ਆਵਾਜ਼ ਤਾਂ ਆਉਣੀ ਸੀ ਨਾ, ਉਵੇਂ ਆਈ। ਬਸ ਛਾਲ ਮਾਰੀ, ਖੂਹ ਦੇ ਵਿੱਚ ਜਾ ਡਿੱਗ ਗਿਆ ਸ਼ੇਰ। ਜਿਹੜਾ ਸਹਿਰਾ ਸੀ ਛਾਲਾਂ ਮਾਰਦਾ ਦਰੰਗੇ ਮਾਰਦਾ, ਕੋਈ ਕਹਿੰਦੇ ਚਲੋ ਫਾਹਾ ਵੱਢਿਆ, ਰੋਜ਼ ਤੰਗ ਕਰਦਾ ਸੀ, ਆਪੇ ਮਰ ਗਈ ਉਸਦੇ ਪਾਣੀ ਟੱਪੀ। ਉਹ ਨੱਚਦਾ ਟੱਪਦਾ ਫਿਰੇ, ਬਾਕੀ ਜਿਹੜੇ ਉਹ ਰਛ ਰੁਛ ਜੇ ਸੀ, ਵਿਗਿਆਰ ਗੂੜ ਜੇ ਸੀ, ਚਿੱਤਰੇ ਸੀ, ਹਰਨ ਸੀ, ਉਹ ਕਹਿੰਦੇ ਵੀ ਅੱਜ ਤਾਂ ਤੇਰੀ ਵਾਰੀ ਸੀ, ਤੇ ਤੂੰ ਤਾਂ ਦਣਗੇ ਮਾਰਦਾ ਹੋਣਾ, ਛਾਲਾਂ ਮਾਰਦਾ, ਤੂੰ ਨੀ ਗਿਆ ਉਹਦੇ। ਕਹਿੰਦਾ ਉਹਦਾ ਫਾਹਾ ਵੱਢਿਆ, ਬੇਫਿਕਰ ਹੋ ਕੇ ਫਿਰ ਉਹ ਰੋਜ਼ ਤੰਗ ਕਰ ਸਕਦਾ ਸੀ ਨਾ ਬਲੀ ਸ਼ੇਰ, ਉਹਦਾ ਮੈਂ ਫਾਹਾ ਵੱਢਿਆ। ਕਹਿੰਦੇ ਉਹ ਐਡੇ ਤਕੜੇ ਦਾ, ਕਹਿੰਦੇ ਮੈਂ ਬਸ ਕਹਿੰਦੇ ਬੁੱਧੀ ਬਲ ਵਰਤ ਲਿਆ, ਇਹ ਤਾਂ ਮੈਂ ਮਾੜਾ ਜਿਹਾ ਸੀ, ਪਰ ਬੁੱਧੀ ਬਲ ਦੇ ਨਾਲ ਮੈਂ ਕਹਿੰਦਾ ਉਹਨੂੰ ਸਿੱਟਤਾ ਮਰਵਾਤਾ। ਕਹਿੰਦੇ ਇਹ ਕਿਵੇਂ ਮੰਨੀਏ, ਕਹਿੰਦੇ ਚੱਲੋ ਮੇਰੇ ਨਾਲ। ਖੂਹ ਤੇ ਲਿਆ, ਕਹਿੰਦੇ ਆ ਪਿਆ ਸਿੱਟਿਆ, ਇੱਥੋਂ ਨੀ ਨਿਕਲ ਸਕੇਗਾ ਹੁਣ, ਬਸ ਇੱਥੇ ਭੁੱਖਾ ਤੇ ਆਇਆ ਮਰ ਜਾਏਗਾ, ਉਹੀ ਕੱਢੂ ਨਾ ਜਿਹਨੇ ਆਪ ਮਰਨਾ ਹੋਵੇ, ਸ਼ੇਰ ਨੂੰ ਕਿਹੜਾ ਕੱਢਦਾ ਹੁੰਦਾ। ਇਸ ਤਰ੍ਹਾਂ ਬਈ ਕਵਨ ਰਿਸ਼ ਕੋ ਪੁਸ਼ਟ ਹੈ, ਇਹਦੇ ਜਿਹੜਾ ਬਲ ਵਾਲਾ ਹੈ ਨਾ ਉਹ ਰਿਸ਼ ਤਕੜਾ ਹੀ ਹੁੰਦਾ, ਜਿਹਦੇ ਅੰਦਰ ਬੁੱਧੀ ਦਾ ਬਲ ਹੈ। ਤੇ ਆਤਮਕ ਬਲ ਵਾਲਾ ਜਿਹੜਾ ਪੁਰਸ਼ ਹੈ ਉਹ ਕਹਿੰਦੇ ਪੁਸ਼ਟ ਹੁੰਦਾ, ਤਕੜਾ ਹੁੰਦਾ ਹੈ। ਆਤਮਕ ਬਲ ਵਾਲਾ ਤਕੜਾ ਕਿਵੇਂ ਮਨੁੱਖ ਹੈ, ਵੀ ਉਹ ਇੱਕ ਬਚਨ ਕਹਿ ਰਹੇ ਧਰਤੀ ਉੱਠ ਜੂਗੀ, ਇੱਕ ਮਾੜਾ ਜਿਹਾ ਪੁਰਨਾ ਕਰ ਰਹੇ ਸਭ ਕੁਝ ਖਤਮ ਹੋ ਜਾਊ। ਜਿਹੜਾ ਮਨੁੱਖ ਆਤਮਕ ਬਲ ਵਾਲ ਸ਼ੀਰ ਕਰਕੇ ਭਾਵੇਂ ਕਿਹੋ ਜਿਹਾ ਮਾੜਾ ਜਿਹਾ ਹੋਵੇ ਉਹ, ਪਰ ਉਹ ਜਬ ਤਬ ਕਮਾਈ ਕਰਕੇ ਉਹ ਆਤਮਕ ਵਾਲੀ ਬਣਿਆ ਹੋਇਆ, ਉਹਦਰੋਂ ਬੜਾ ਤਾਕਤਵਰ ਹੈ, ਜਿਸ ਕਰਕੇ ਇੱਥੇ ਕਹਿੰਦੇ ਜਿਹੜਾ ਪਰਾਕਰਮ ਵਾਲਾ ਹੈ, ਆਤਮਕ ਬਲ ਵਾਲਾ ਪੁਰਸ਼ ਹੈ, ਉਹ ਬਹੁਤ ਤਕੜਾ ਹੈ, ਉਹ ਮਹਾਨ ਮੋਟਾ ਤਾਜ਼ਾ ਹੈ। ਹੋਰ ਕੋਈ ਜਿਵੇਂ ਪਹਿਲਵਾਨ ਮੋਟ ਹੁੰਦੇ, ਤਕੜੇ ਮੋਟੇ ਤਾਜ਼ੇ ਹੁੰਦੇ ਹੈ, ਇਹ ਨਹੀਂ ਹੈ। ਉਹ ਪੁਸ਼ਟ ਪਰਾਕਰਮਵਾਨ ਜਿਹੜਾ ਆਤਮਕ ਬਲ ਵਾਲਾ ਪੁਰਸ਼ ਹੈ, ਉਹੀ ਸੰਸਾਰ ਦੇ ਵੀ ਸਭ ਤੋਂ ਵੱਡਾ ਕਹਿੰਦੇ ਪੁਸ਼ਟ ਹੈ,
ਸਭ ਤੋਂ ਵੱਡਾ ਤਕੜਾ ਹੈ, ਮੋਟਾ ਤਾਜ਼ਾ ਹੈ। ਹਾਂ, ਉਹ ਕਹਿੰਦੇ ਨੇ ਵੀ ਇਹ ਮਨੁੱਖ ਵਿਹੜਾ ਰਿਸ਼ਟ ਪੁਸ਼ਟ ਹੈ, ਰਿਸ਼ਟ ਪੁਸ਼ਟ ਦਾ ਵੀ ਮੋਟਾ ਤਾਜ਼ਾ ਹੈ, ਵੀ ਤੰਦਰੁਸਤ ਵੀ ਹੈ ਤੇ ਉਂਝ ਵੀ ਇਹ ਤਕੜਾ ਹੈ। ਇਸ ਕਰਕੇ ਜਿਹੜਾ ਕੋਈ ਤੰਦਰੁਸਤ ਹੋਵੇ ਉਹੀ ਖੁਸ਼ ਰਹਿੰਦਾ ਹੁੰਦਾ, ਜਿਹੜਾ ਰੋਗਾਂ ਨਾਲ ਘਿਰਿਆ ਉਹਨੇ ਖੁਸ਼ ਪ੍ਰਸੰਨ ਕੀ ਰਹਿਣਾ। ਇਸ ਕਰਕੇ ਰਿਸ਼ਟ ਅਰਥ ਵੀ ਤੰਦਰੁਸਤ ਕਿਹੜਾ ਹੈ, ਰੋਗ ਤੋਂ ਰਹਿਤ ਮਨੁੱਖ ਨਿਰੋਗ ਕਿਹੜਾ ਹੈ। ਜਿਹੜੇ ਕਹਿੰਦੇ ਵੀ ਜਿਹੜਾ ਵਿਵੇਕਵਾਨ ਪੁਰਸ਼ ਹੈ ਉਹੀ ਕਹਿੰਦੇ ਰਿਸ਼ਟ ਹੁੰਦਾ ਹੈ, ਜਿਹੜਾ ਆਤਮਕ ਵਾਲਾ ਪੁਰਸ਼ ਹੈ ਉਹੀ ਪੁਸ਼ਟ ਤਕੜਾ ਹੁੰਦਾ ਹੈ। ਕਹਾ ਸ੍ਰੇਸ਼ਟ ਕੋ ਵਿਚਾਰ, ਇਸੇ ਤਰ੍ਹਾਂ ਸ੍ਰਿਸ਼ਟੀ ਦਾ ਵੀ ਕੀ ਵਿਚਾਰ ਹੈ, ਵੀ ਸ੍ਰਿਸ਼ਟੀ ਕੀ ਵਸਤੂ ਹੈ। ਇਹਦੇ ਉੱਤਰ ਵਿੱਚ ਦੋਹਰਾ ਹੈ, ਮਿਰਗ ਤ੍ਰਿਸ਼ਨਾ ਹਰ ਸੁਪਨ ਬਤ, ਸ੍ਰਿਸ਼ਟ ਦਸਾ ਲਿਓ ਜਾਨ। ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਹੁੰਦਾ ਹੈ ਉਹ ਦੇਖਣ ਮਾਤਰ ਹੀ ਹੁੰਦਾ ਹੈ, ਅਸਲੀ ਜਲ ਨਹੀਂ ਹੁੰਦਾ ਹੈ। ਜਦੋਂ ਹਰ ਨੂੰ ਕਿਤੇ ਜੇਠ ਹੜ੍ਹ ਦੇ ਮਹੀਨੇ ਵਿੱਚ ਤਿਉਹਾਰ ਲੱਗਦੀ ਹੈ ਪਾਣੀ ਦੀ, ਇੱਧਰ ਉੱਧਰ ਤੱਕਦਾ ਹੈ। ਇਸੇ ਤਰ੍ਹਾਂ ਹਵਾ ਦੇ ਵੇਗ ਦੇ ਨਾਲ ਉੱਚੇ ਠੰਡ ਟਿੱਬਿਆਂ ਵਿੱਚ ਜਿਹੜਾ ਕੋਈ ਰੇਤਾ ਉੱਡ ਰਿਹਾ ਹੁੰਦਾ ਹੈ ਉਹ ਸੂਰਜ ਦੀਆਂ ਕਿਰਨਾਂ ਨਾਲ ਚਮਕਦਾ। ਇਸ ਤਰ੍ਹਾਂ ਜਿਹੜਾ ਕੋਈ ਉਹ ਦੋ ਟਿੱਬਿਆਂ ਦੇ ਵਿਚਕਾਰ ਜਿਹੜਾ ਰੇਤਾ ਉੱਡ ਰਿਹਾ ਹੁੰਦਾ, ਚਮਕ ਰਿਹਾ ਹੁੰਦਾ ਹੈ, ਤੇ ਮਿਰਗ ਨੂੰ ਭੁਲੇਖਾ ਪੈ ਜਾਂਦਾ ਵੀ ਇਹ ਬੜੀ ਪਾਣੀ ਦੀ ਨਹਿਰ ਚੱਲ ਰਹੀ ਹੈ, ਪਾਣੀ ਦਾ ਦਰਿਆ ਚੱਲ ਰਿਹਾ ਹੁੰਦਾ। ਤਾਂ ਦੋ ਟਿੱਬਿਆਂ ਦੇ ਵਿਚਕਾਰ ਉਹ ਰੇਤਾ ਉੱਡ ਰਿਹਾ ਹੁੰਦਾ ਹੈ, ਹਵਾ ਨਾਲ ਸੂਰਜ ਦੀ ਕਿਰਨਾਂ ਨਾਲ ਚਮਕ ਰਿਹਾ ਹੈ, ਤੇ ਉਹਨੂੰ ਭੁਲੇਖਾ ਪੈ ਜਾਂਦਾ ਵੀ ਇਹ ਪਾਣੀ ਦੀ ਨਹਿਰ ਚੱਲ ਰਹੀ ਹੈ। ਇਸ ਤਰ੍ਹਾਂ ਜਿਹੜਾ ਉਹ ਰੇਤੇ ਨੂੰ ਜਾਣੀ ਪਾਣੀ ਮੰਨ ਕੇ ਭੱਜਦਾ ਹੈ ਨਾ, ਉਹ ਮਾਰੂ ਥਲ ਟਿੱਬਿਆਂ ਵੱਲ ਨੂੰ, ਉਹਨੂੰ ਕਹਿੰਦੇ ਮਿਰਗ ਤ੍ਰਿਸ਼ਨਾ ਦਾ ਜਲ। ਉਹ ਹੁੰਦਾ ਤਾਂ ਰੇਤਾ ਹੈ, ਭੁਲੇਖਾ ਪੈਂਦਾ ਵੀ ਇਹ ਬਹੁਤ ਵਧੀਆ ਪਾਣੀ ਦਾ ਵਹਿਣ ਵਗ ਰਿਹਾ, ਪ੍ਰਵਾਹ ਚੱਲ ਰਿਹਾ ਹੈ। ਜਿਵੇਂ ਐਵੇਂ ਦੇਖਣ ਮਾਤਰ ਹੀ ਹੁੰਦਾ ਹੈ, ਹੁੰਦਾ ਰੇਤਾ ਉੜਦਾ ਤੇ ਭੁਲੇਖਾ ਪਾਣੀ ਦਾ ਪੈਂਦਾ। ਇਸੇ ਤਰ੍ਹਾਂ ਇਹ ਸ੍ਰਿਸ਼ਟੀ ਦੇ ਹਾਲ ਜਲ ਨੂੰ ਮਿਰਗ ਤ੍ਰਿਸ਼ਨਾ ਦੇ ਜਲ ਵਿੱਚ, ਜਾਂ ਜਿਵੇਂ ਸੁਪਨਾ ਹੁੰਦਾ ਹੈ, ਜਾਂ ਸੁਪਨਾ ਹੋਏ ਬੈਸ ਰਾਜਾ ਨੇਤਰ ਪਸਾਰਾ ਤੇ ਨਰਾਰਤ ਕਾਜਾ। ਜਿਵੇਂ ਸੁਪਨੇ ਦੇ ਵਿੱਚ ਮਨੁੱਖ ਕੋਈ ਲੱਕੜਹਾਰਾ ਰਾਜਾ ਮਹਾਰਾਜਾ ਬਣ ਕੇ ਬੈਠ ਜਾਏ, ਜਦੋਂ ਨੇਤਰ ਖੋਲਦਾ ਤੇ ਫਿਰ ਬਸ ਖਤਮ, ਫਿਰ ਉਹੀ ਕਹਿੰਦੇ ਲੱਕੜਹਾਰਾ। ਇਸ ਤਰ੍ਹਾਂ ਕਹਿੰਦੇ ਜਿਹੜਾ ਸੰਸਾਰ ਦੀ ਗੱਲ ਵੀ ਇਹੀ ਵਿਚਾਰ ਵੀ ਇਹੀ ਹੈ ਕਿ ਮਿਸ਼ਰ ਤ੍ਰਿਸ਼ਨਾ ਦੇ ਜਲ ਵਾਂਗੂ ਝੂਠਾ ਹੈ, ਸੁਪਨੇ ਵਰਤ ਵੀ ਇਹ ਮਿਥਿਆਈ ਹੈ। ਕਵਨ ਸ੍ਰੇਸ਼ਟ ਕੋ ਪ੍ਰਿਸ਼ਟ ਹੈ, ਇਸੇ ਤਰ੍ਹਾਂ ਦੁਨੀਆਂ ਵਿੱਚ ਸ੍ਰੇਸ਼ਟ ਮਨੁੱਖ ਕਿਹੜਾ ਹੈ। ਹਾਂ ਤਾਂ ਕੋਈ ਵੀ ਕਿਸੇ ਕਹੂ ਮੈਂ ਸਭ ਤੋਂ ਸ੍ਰੇਸ਼ਟ ਮਨੁੱਖ ਹੈ, ਸੂਝਵਾਨ ਦੂਰ ਅੰਦੇਸ਼ ਪੜ੍ਹਿਆ ਲਿਖਿਆ ਮਨੁੱਖ ਹੈ। ਇੱਥੇ ਪ੍ਰਸ਼ਨ ਹੈ ਮਹਾਰਾਜ ਵੱਲੋਂ, ਕਵਨ ਸ੍ਰੇਸ਼ਟ, ਵੀ ਕਿਹੜਾ ਦੁਨੀਆਂ ਵਿੱਚ ਸ੍ਰੇਸ਼ਟ ਮਨੁੱਖ ਹੈ।
ਉੱਤਰ ਵਿੱਚ ਮਾਨਸ ਤਨ ਸਫਲੋ ਕੀਓ ਜਿਨ ਸ਼ੁਭ ਕਰਮ ਕਮਾਏ ਸੋਈ ਸ੍ਰੇਸ਼ਟ ਜਿਹਨੇ ਮਨੁੱਖ ਜਨਮ ਸਫਲਾ ਕਰ ਲਿਆ ਉਹ ਕਿਵੇਂ ਕੀਤਾ ਜਿਹਨੇ ਸ਼ੁਭ ਕਰਮ ਚੰਗੇ ਕਰਮ ਕਰਕੇ ਕਰਕੇ ਮਨੁੱਖ ਜਨਮ ਸਫਲ ਕਰ ਲਿਆ ਉਹ ਹੀ ਮਨੁੱਖ ਸ੍ਰੇਸ਼ਟ ਹੈ ਜਾਂਤੇ ਉਲਟ ਇਹ ਤਾਂ ਉਲਟ ਜਿਹੜਾ ਉਹੀ ਭ੍ਰਿਸ਼ਟ ਹੈ ਉਹ ਨੀਚ ਹੈ ਪੁਰਸ਼ ਮਾੜਾ ਮੰਦਾ ਹੈ ਜਿਹੜਾ ਕੋਈ ਕਰਮ ਕਰਦਾ ਹੈ ਜਿਹਨੇ ਮਨੁੱਖ ਜਨਮ ਐਵੇਂ ਵਿਸ਼ਿਆਂ ਵਿੱਚ ਲੱਗ ਕੇ ਗੁਆ ਲਿਆ ਉਹੀ ਭ੍ਰਿਸ਼ਟ ਪੁਰਸ਼ ਹੈ ਉਹੀ ਨੀਚ ਪੁਰਸ਼ ਹੈ ਨਿਕਰਿਆ ਗਰਕਿਆ ਹੋਇਆ ਮਨੁੱਖ ਹੈ ਕਹੋ ਸਕਲ ਵਿਸਥਾਰ ਇਹ ਪ੍ਰਸ਼ਨ ਸੀ ਇਹ ਸਾਰਾ ਕਹਿੰਦੇ ਜੋ ਇਹ ਪ੍ਰਸ਼ਨ ਨੂੰ ਵਿਸਥਾਰ ਨਾਲ ਕਹੋ ਖੋਲ ਕੇ ਕਹੋ ਉੱਤਰ ਵਿੱਚ ਕਹੋ ਸਕਲ ਵਿਸਥਾਰ ਕਹਿੰਦੇ ਵਿਸਥਾਰ ਪੂਰਵ ਸਾਰਾ ਕਹਿ ਦਿੱਤਾ ਹੈ ਆਖ ਦਿੱਤਾ ਹੈ ਦੋਹਰਾ ਕਹਾ ਕਰਮ ਕੋ ਕਰਮ ਹੈ ਅੱਗੇ ਹੁਣ ਜਿਹੜਾ ਅੱਠਵਾਂ ਦੋਹਰਾ ਉਹਦੇ ਵਿੱਚ ਪ੍ਰਸ਼ਨ ਹਨ ਕਹਾ ਕਰਮ ਕੋ ਕਰਮ ਹੈ ਵੀ ਸ੍ਰੇਸ਼ਟ ਕਰਮ ਕੀ ਹੈ ਤੇ ਕੁਕਰਮ ਕੀ ਹੈ ਖੋਟਾ ਕਰਮ ਕਿਹਨੂੰ ਕਿਹਾ ਜਾਂਦਾ ਤੇ ਸ੍ਰੇਸ਼ਟ ਕੰਮ ਕੰਮ ਕਰਮ ਕਿਹਨੂੰ ਕਿਹਾ ਜਾਂਦਾ ਹੈ ਉੱਤਰ ਵਿੱਚ ਹੈ ਸਦਾਚਾਰ ਜਗ ਕਰਮ ਹੈ ਜਿਹੜਾ ਚੰਗਾ ਕਰਤੱਵ ਕਰਨਾ ਚੰਗੇ ਕੰਮ ਕਰਨੇ ਹੈ ਸੰਸਾਰ ਵਿੱਚ ਇਹੀ ਸ੍ਰੇਸ਼ਟ ਕਰਮ ਹੈ ਕੁਕਰਮ ਹੈ ਜਿਹੜਾ ਦੁਰਾਚਾਰ ਕਰਨਾ ਖੋਟੇ ਕੰਮ ਕਰਨੇ ਭੈੜੇ ਕੰਮ ਕਰਨੇ ਇਹੀ ਕਹਿੰਦੇ ਕੁਕਰਮ ਹੈ ਕਹਾ ਪਰਮ ਕੋ ਨਾਸ ਇਸੇ ਤਾਂ ਪਰਮਾਂ ਦਾ ਜਿਹੜਾ ਭੁਲੇਖਿਆਂ ਦਾ ਨਾਸ ਕਿੱਥੇ ਪਰਮ ਦਾ ਨਾਸ ਕਿਵੇਂ ਤੇਰਾ ਗੁਰਸਿੱਖਿਆ ਕਰ ਬ੍ਰਹਮ ਪੋ ਗਿਆਨ ਨਾਸ ਹੋਏ ਪਰਮ ਵੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਜਿਹੜਾ ਬ੍ਰਹਮ ਦਾ ਗਿਆਨ ਹੋ ਜਾਣਾ ਹੈ ਇਹਦੇ ਨਾਲ ਸਾਰੇ ਭਰਮ ਭੁਲੇਖੇ ਨਾਸ ਹੋ ਜਾਂਦੇ ਜਿੱਥੇ ਬ੍ਰਹਮ ਗਿਆਨ ਹੋ ਗਿਆ ਉੱਥੇ ਸਾਰੇ ਪੰਜ ਤਰ੍ਹਾਂ ਦੇ ਭਰਮਾਂ ਭੁਲੇਖਿਆਂ ਦਾ ਨਾਸ ਹੋ ਜਾਂਦਾ ਹੈ ਕਹਾ ਚੇਤਨ ਕੀ ਚੇਸਟਾ ਅੱਗੇ ਪ੍ਰਸ਼ਨ ਹੈ ਉਹ ਚੇਤਨ ਦੀ ਚੇਸ਼ਟਾ ਕਿੱਥੇ ਹੈ ਜਾਂ ਚੇਤਨ ਦੀ ਚੇਸ਼ਟਾ ਕੀ ਹੈ ਕਿਰਿਆ ਕਹਾ ਕੇ ਕੀ ਹੈ ਕਿਆ ਹੈ ਚੇਤਨ ਦੀ ਕਿਰਿਆ ਉੱਤਰ ਹੈ ਮਾਇਆ ਕੇ ਸੰਯੋਗ ਕਰ ਮਾਇਆ ਦੇ ਸੰਬੰਧ ਕਰਕੇ ਜਿਹੜੀ ਚੇਤਨ ਦੇ ਵਿੱਚੋਂ ਚੇਸ਼ਟਾ ਹੁੰਦੀ ਕਿਰਿਆ ਹੁੰਦੀ ਹੈ ਇਸੇ ਨੂੰ ਕਹਿੰਦੇ ਚੇਸ਼ਟਾ ਜਾਣ ਲਓ ਮਾਇਆ ਦੇ ਸੰਬੰਧ ਕਰਕੇ ਜਿਹੜੀ ਚੇਤਨ ਵਿੱਚੋਂ ਕੋਈ ਕਿਰਿਆ ਹੁੰਦੀ ਹੈ ਇਸੇ ਦਾ ਨਾਂ ਚੇਸ਼ਟਾ ਸਮਝ ਲਓ ਕਹਾ ਅਚੇਤ ਪ੍ਰਕਾਸ਼ ਜਿਹੜਾ ਅਚੇਤ ਦਾ ਪ੍ਰਕਾਸ਼ ਹੈ ਉਹ ਕਿਆ ਹੈ ਕਿੱਥੇ ਹੈ ਕਹਿੰਦੇ ਹਨ ਤ੍ਰਿਗੁਣ ਅਸੰਗਤ ਬ੍ਰਹਮ ਤਿੰਨਾਂ ਗੁਣਾਂ ਤੋਂ ਅਸੰਗ ਹੋ ਜਾਣਾ ਪਰੇ ਹੋ ਜਾਣਾ ਹੇ ਬ੍ਰਹਮ ਜਿਵੇਂ ਬ੍ਰਹਮ ਦੇ ਵਿੱਚ ਵੀ ਜਿਹੜਾ ਕੋਈ ਲੀਨ ਹੋ ਜਾਂਦਾ ਉਹ ਤਿੰਨਾਂ ਗੁਣਾਂ ਤੋਂ ਅਸੰਗ ਹੋ ਜਾਂਦਾ ਹੈ
ਇਸਾ ਤਿੰਨਾ ਗੁਣਾ ਤੋਂ ਜਿਹੜਾ ਅਸੰਗ ਪੁਰਸ਼ ਹੈ ਉਹ ਵੀ ਚੇਸ਼ਟਾ ਕਿਰਿਆ ਤੋਂ ਬਿਨਾਂ ਹੋ ਜਾਂਦਾ, ਉਹਦੀ ਹੰਗਤਾ ਸਹਿਤ ਕਿਰਿਆ ਨਹੀਂ ਹੁੰਦੀ ਹੈ। ਸਤਹਿ ਸਿੱਧ ਜਿਵੇਂ ਬੱਚਾ ਐਵੇਂ ਹੱਥ ਪੈਰ ਜਾ ਮਾਰੀ ਜਾਂਦਾ ਹੁੰਦਾ, ਉਹਦੀ ਕੋਈ ਕਿਰਿਆ ਹੁੰਦੀ ਹੈ ਪਰ ਉਹ ਐਵੇਂ ਨਿਸ਼ਕਰ ਕਿਰਿਆ ਹੁੰਦੀ ਹੈ। ਇਸ ਤਰ੍ਹਾਂ ਹਮੈ ਤੋਂ ਰਹਿਤ ਜਿਹੜਾ ਕੋਈ ਮਨੁੱਖ ਕਿਰਿਆ ਕਰ ਰਿਹਾ ਉਹਦੀ ਬੱਚਾ ਕਿਰਿਆ ਵਰਗੀ ਬੱਚਿਆਂ ਵਰਗੀ ਕਿਰਿਆ ਨਿਸ਼ਕਲ ਆ, ਉਹਦਾ ਉਹਨੂੰ ਫਲ ਨਹੀਂ ਮਿਲਦਾ। ਅਸੀਂ ਜਿਹੜੀ ਕਿਰਿਆ ਕਰਾਂਗੇ ਤੁਹਾਡੀ ਉਹਦੇ ਵਿੱਚ ਹਮੈ ਹੋਏਗੀ ਵੀ ਮੈਂ ਇਹ ਕਰ ਰਿਹਾ, ਮੈਂ ਪੁੰਨ ਕਰ ਰਿਹਾ, ਮੈਂ ਦਾਨ ਕਰ ਰਿਹਾ, ਮੈਂ ਧਰਮ ਕਰ ਰਿਹਾ, ਮੈਂ ਸ਼ੁਭ ਕਰਮ ਕਰ ਰਿਹਾ ਹਾਂ, ਇਸ ਕਰਕੇ ਉਹਦਾ ਫਿਰ ਫਲ ਮਿਲਦਾ ਹੈ ਚੰਗੇ ਮੰਦੇ ਕੀਤੇ ਦਾ। ਇਸ ਕਰਕੇ ਇੱਥੇ ਕਹਿੰਦੇ ਹਨ ਵੀ ਤ੍ਰਿਗੁਣ ਅਸੰਗਤ ਬ੍ਰਹਮ ਤੇ ਅਚੇਸ਼ਟਾ ਮਾਨ, ਤਿੰਨਾਂ ਗੁਣਾਂ ਤੋਂ ਜਿਹੜਾ ਅਸੰਗ ਹੋ ਜਾਣਾ, ਜਿਹੜਾ ਅਸੰਗ ਹੋ ਜਾਂਦਾ ਪਰੇ ਹੋ ਜਾਂਦਾ, ਉਹਦੀ ਚੇਸ਼ਟਾ ਜਿਹੜੀ ਕਿਰਿਆ ਹੁੰਦੀ ਹੈ ਉਹ ਚੇਤ ਹੁੰਦੀ ਹੈ, ਯਾਨੀ ਉਹਦੀ ਕਿਰਿਆ ਦਾ ਉਹਨੂੰ ਫਲ ਨਹੀਂ ਮਿਲਦਾ ਹੈ। ਇਸੇ ਤਰ੍ਹਾਂ ਜਿਹੜਾ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਉਹ ਵੀ ਅਚੇਸ਼ਟ ਹੋ ਜਾਂਦਾ, ਉਹਦੀ ਜਿਹੜੀ ਕਿਰਿਆ ਹੈ ਉਹ ਅਕਿਰਿਆ ਹੀ ਹੁੰਦੀ ਹੈ, ਕਿਉਂਕਿ ਉਹ ਮਹਾਨ ਪ੍ਰਕਾਸ਼ ਹੈ ਬ੍ਰਹਮ ਗਿਆਨ ਦਾ। ਦੋਹਰਾ ਕਹਾ ਨੇਮ ਸੰਜਮ ਕਹਾ, ਇਸੇ ਤਰ੍ਹਾਂ ਨੇਮ ਕੀ ਹੈ, ਨੇਮ ਕਿਆ ਹੈ, ਇਹਦਾ ਉੱਤਰ ਹੈ ਇੱਕ ਰਸ ਜਪ ਤਾ ਬਾਰ ਬਰਤ ਧਾਰਵੋ, ਇੱਕ ਰਸ ਜਪ ਕਰਨ ਦਾ ਜਿਹੜਾ ਵਰਤ ਰੱਖਣਾ ਹੈ, ਨਿਜ ਰੱਖਣਾ ਹੈ ਵੀ ਮੈਂ ਰਹਿੰਦੀ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਜਾਪ ਕਰੀ ਜਾਣਾ, ਇਹੋ ਜਿਹਾ ਜਿਹੜਾ ਕੋਈ ਵਰਤ ਧਾਰਨਾ ਹੈ ਨਿਯਮ ਧਾਰਨਾ ਹੈ ਇੱਕ ਰਸ ਜਪ ਕਰਨ ਦਾ, ਤਾਂ ਉਹ ਕਹੀਏ ਨੇਮ, ਇਹਨੂੰ ਅਸਲੀ ਸ੍ਰੇਸ਼ਟ ਨੇਮ ਕਿਹਾ ਜਾਂਦਾ ਹੈ। ਵੀ ਕਹਿੰਦਾ ਵੀ ਅਸੀਂ ਨੇਮ ਕਰ ਲਿਆ, ਅਸੀਂ ਹੁਣ ਘਰੋਂ ਨਿਕਲ ਗਏ ਹਾਂ, ਸਾਰੀ ਜ਼ਿੰਦਗੀ ਘਰੇ ਨਹੀਂ ਬਣਨਾ ਹੈ, ਅਸੀਂ ਹੁਣ ਪੈਰਾਂ ਤੋਂ ਜੁੱਤਾ ਲਾ ਤਾ, ਸਾਰੀ ਜ਼ਿੰਦਗੀ ਜੁੱਤਾ ਨਹੀਂ ਪਾਉਣਾ, ਕੰਡੇ ਮਰਾਉਣੇ, ਜਾਂ ਅਸੀਂ ਕੱਪੜੇ ਲਾ ਤੇ ਸਾਰੀ ਜ਼ਿੰਦਗੀ ਅਸੀਂ ਕੱਪੜੇ ਨਹੀਂ ਪਾਉਣੇ, ਜਾਂ ਇਸ ਤਰ੍ਹਾਂ ਦਾ ਨੇਮ ਹੈ ਅਸੀਂ ਵੀ ਹੁਣ ਰੋਟੀ ਨਹੀਂ ਖਾਣੀ, ਫਲ ਫਰੂਟ ਖਾਣਾ ਹੈ, ਅੰਨ ਨਹੀਂ ਖਾਣਾ ਹੈ, ਇਸ ਤਰ੍ਹਾਂ ਦੇ ਜਿਹੜੇ ਨੇਮ ਹੈ ਉਹ ਕੋਈ ਬਹੁਤੇ ਲਾਭਦਾਇਕ ਨਹੀਂ ਹੈ। ਅਸਲ ਵਿੱਚ ਵੀ ਇਹ ਨਿਯਮ ਧਾਰਨਾ ਵੀ ਮੈਂ ਸਾਰੀ ਜ਼ਿੰਦਗੀ ਜਾਪੀ ਕਰਨਾ, ਪਰਮੇਸ਼ਰ ਨੂੰ ਜਪਣਾ ਹੈ, ਇਹ ਸਵਾਸ ਸਿਮਰੋ ਗੋਬਿੰਦ ਨਾਏ ਆਪਣਾ ਸਿਮਰਨ ਕਰਦਿਆਂ ਜਪ ਤਪ ਕਰਦਿਆਂ ਜ਼ਿੰਦਗੀ ਬਸਰ ਕਰਨੀ ਹੈ, ਇਹ ਅਸਲੀ ਸ੍ਰੇਸ਼ਟ ਨੇਮ ਹੈ। ਸੰਜਮ ਕਹਾ, ਇਹ ਸੰਜਮ ਕੀ ਹੈ, ਤੇ ਉੱਤਰ ਤਿਆਗ ਫਜ਼ੂਲੀ ਸਰਵਦਾ, ਜਿਹੜੇ ਐਵੇਂ ਫਜ਼ੂਲ ਦੇ ਨਿਕੰਮੇ ਜੇ ਕੰਮ ਕਰਨੇ ਛੱਡਦੇ ਨੇ, ਮਸ਼ਹੂਰ ਨਿਸ਼ਫਲ ਕਿਰਿਆ ਜਿਹਦਾ ਕੋਈ ਮਿਲੇ ਨਾ ਉਹ ਫਜ਼ੂਲ ਕਿਰਿਆ ਹੈ, ਜਿਵੇਂ ਆ ਕੋਈ ਹੁਣ ਖਾਈ ਪੀ ਜਾਂਦੇ ਆ ਨਾ ਫਜ਼ੂਲ,
ਉਹਦਾ ਕੁਝ ਮਿਲਦਾ ਥੋੜੋ ਹੈ, ਰੱਬ ਦੇ ਘਰ ਵਿੱਚ ਜਾ ਕੇ ਉੱਥੇ ਥੋੜੋ ਮਿਲਣਾ, ਉੱਥੇ ਨਿਸ਼ਫਲ ਕਿਰਿਆ ਦਾ ਕੁਛ ਨੀ, ਫਜੂਲੀ ਕਿਰਿਆ ਦਾ ਕੁਛ ਨੀ ਮਿਲਦਾ ਹੈ। ਜਿਹੜੀ ਸ਼ੋਭ ਕਿਰਿਆ ਉਹਦਾ ਸਭ ਕੁਛ, ਉਹ ਤਾਂ ਮਨ ਕਰਕੇ ਵੀ ਸ਼ੋਭ ਪਰਮੇ ਦਾ ਫਲ ਮਿਲੂਗਾ ਇੱਕ ਰਸ। ਸੋ ਇਸ ਕਰਕੇ ਤਿਆਗ ਫਜੂਲੀ ਸਰਵੈਵੇਂ ਫਜੂਲ ਦੇ ਨਿਕੰਮੇ ਕਰਮ ਜਿਹੜੇ ਛੱਡ ਦੇਣੇ ਹਨ, ਇਹ ਨੀ ਕਰਨੇ ਮੈਂ ਵੀ, ਇਹ ਅਸਲੀ ਸੰਜਮ ਹੈ, ਇਹ ਬੜਾ ਸੰਜਮ ਦਾਇਕ ਖੇਮ ਖੇਮ ਨਾ ਸੁਖ ਦਾ, ਇਹ ਬੜਾ ਜਿਹੜਾ ਸੰਜਮ ਹੈ ਬੜਾ ਸੁਖ ਦੇਣ ਵਾਲਾ ਹੈ। ਜਿਹੜੇ ਨਿਕੰਮੇ ਭੈੜੇ ਕਰਮ ਕਰਨੇ ਛੱਡ ਦੇਣੇ ਹਨ, ਅਸਲੀ ਸੰਜਮ ਸੁਖ ਦੇਣ ਵਾਲਾ ਹੈ। ਕਹਾ ਗਿਆਨ ਅਗਿਆਨ, ਇਸੇ ਤਰ੍ਹਾਂ ਗਿਆਨ ਕੀ ਹੈ ਤੇ ਅਗਿਆਨ ਕੀ ਹੈ, ਤਾਂ ਉੱਤਰ ਹੈ ਗਿਆਨ ਯਥਾਰਥ ਵਸਤੂ ਕੋ, ਜਿਹੜੀ ਯਥਾਰਥ ਵਸਤੂ ਉਹਦਾ ਯਥਾਰਥ ਗਿਆਨ ਹੋ ਜਾਣਾ। ਯਥਾਰਥ ਵਸਤੂ ਕੀ ਹੈ? ਪਰਮੇਸ਼ਰ ਯਥਾਰਥ ਵਸਤੂ ਹੈ, ਅਸਲੀ ਵਸਤੂ ਹੈ, ਸਦਾ ਰਹਿਣ ਵਾਲੀ ਵਸਤੂ ਹੈ, ਬਾਕੀ ਜਿੰਨੀਆਂ ਵਸਤੂਆਂ ਤੋਂ ਬਗੈਰ ਹੈ ਸਭ ਝੂਠੀਆਂ ਨਾਸਵੰਤ ਹੈ। ਇਸ ਕਰਕੇ ਯਥਾਰਥ ਵਸਤੂ ਬ੍ਰਹਮ ਹੈ, ਉਸ ਬ੍ਰਹਮ ਦਾ ਗਿਆਨ ਯਥਾਰਥ ਹੋ ਜਾਣਾ, ਸਹੀ ਸਹੀ ਹੋ ਜਾਣਾ, ਜਿਹਨੂੰ ਅਪੋਕਸ਼ ਗਿਆਨ ਕਹਿ ਦਿੰਦੇ ਜਾਂ ਨਿਆਇਕ ਮਤ ਵਾਲੇ ਪਰਮਾ ਗਿਆਨ ਕਹਿ ਦਿੰਦੇ ਹਨ। ਆਪਾਂ ਇਹ ਸਿੱਧਾ ਕਹਿ ਦਿੰਦੇ ਹਾਂ ਵੀ ਪ੍ਰਤੱਖ ਗਿਆਨ, ਸਹੀ ਸਹੀ ਗਿਆਨ ਇੱਕ ਹੁੰਦਾ ਹੈ, ਉਹ ਪਰੋਖ ਗਿਆਨ ਉਹ ਸਤ ਸ਼ਾਸਤਰ ਦੁਆਰਾ ਹੁੰਦਾ ਹੈ। ਜਿਵੇਂ ਅਸੀਂ ਕੋਈ ਜਿਹੜੀ ਸਤ ਸ਼ਾਸਤਰ ਦੇ ਵਿੱਚ ਪੁਸਤਕ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਕੋਈ ਗਿਆਨ ਪ੍ਰਾਪਤ ਹੁੰਦਾ, ਉਹ ਪਰੋਖ ਗਿਆਨ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਸਤ ਸਰੂਪ ਹੈ, ਇੱਕ ਦੱਸਦੇ ਆ ਵੀ ਵਾਹਿਗੁਰੂ ਇੱਕ ਹੈ, ਵਾਹਿਗੁਰੂ ਸਭ ਦਾ ਪ੍ਰਕਾਸ਼ਕ ਹੈ, ਵਾਹਿਗੁਰੂ ਸਦਾ ਰਹਿਣ ਵਾਲਾ, ਵਾਹਿਗੁਰੂ ਸਦਾ ਪ੍ਰਸਿੱਧ ਹੈ, ਉਹ ਕਰਤਾ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਅਕਾਲ ਸਰੂਪ ਹੈ। ਇਸ ਤਰ੍ਹਾਂ ਪਰੋਖ ਗਿਆਨ ਹੋ ਗਿਆ ਨਾ ਇਹ ਸਤ ਯਥਾਰਥ ਗਿਆਨ, ਪਰ ਉਹ ਦਿਸਦਾ ਨਹੀਂ ਰਿਹਾ ਵੀ ਆਹ ਇੱਕ ਹੈ, ਗਿਆਨ ਹੋ ਗਿਆ ਉਸਦਾ। ਜਦੋਂ ਅਸੀਂ ਅਭਿਆਸ ਕਮਾਈ ਕਰਾਂਗੇ ਗੁਰੂ ਦੁਆਰਾ, ਫਿਰ ਜਿਹੜਾ ਅਦਵੈਤ ਸਰੂਪ ਹੈ, ਜਿਹੋ ਜਿਹੀ ਭਾਵਨਾ ਰਾਹੀਂ ਅਸੀਂ ਧਿਆਨ ਕਰੇਗਾ, ਉਹੋ ਜਿਹੇ ਰੂਪ ਦੇ ਵਿੱਚ ਸਾਨੂੰ ਉਹਦੇ ਦਰਸ਼ਨ ਹੋਣਗੇ। ਉਹ ਜਿਹੜਾ ਅਸੀਂ ਦਰਸ਼ਨ ਕਰਾਂਗੇ ਉਹ ਗਿਆਨ ਅਪਰੋਕਸ਼ ਹੋਵੇਗਾ। ਜਿਹੜਾ ਇਹ ਸੁਣਾ ਕੇ ਸਾਨੂੰ ਹੋ ਰਿਹਾ ਹੈ ਪਰੋਖ ਗਿਆਨ ਹੈ, ਇਹ ਵੀ ਯਥਾਰਥ ਗਿਆਨ, ਪਰ ਉਹ ਅਪਰੋਖਸ਼ ਗਿਆਨ ਅਸਲੀ ਯਥਾਰਥ ਗਿਆਨ ਹੈ, ਸਹੀ ਗਿਆਨ ਹੈ। ਇਸ ਕਰਕੇ ਕਹਿੰਦੇ ਜਿਹੜਾ ਯਥਾਰਥ ਵਸਤੂ ਦਾ ਯਥਾਰਥ ਗਿਆਨ ਹੋਣਾ, ਅਸਲੀ ਵਸਤੂ ਦਾ ਅਸਲੀ ਗਿਆਨ ਹੋਣਾ, ਇਸ ਸੁਣ ਜਿਹੜੇ ਗਿਆਨੀ ਪੁਰਸ਼ ਗਿਆਨ ਕਹਿੰਦੇ ਹਨ ਅਗਿਆਨ। ਇਸੇ ਤਰ੍ਹਾਂ ਲੱਖਣ ਔਰ ਕੋ ਔਰ ਹੀ ਜਹੀ ਰੂਪ ਅਗਿਆਨ, ਜਿਹੜਾ ਕੋਈ ਵਸਤੂ ਜਿਹੋ ਜਿਹੀ ਹੋਣੀ ਉਹਨੂੰ ਹੋਰ ਰੂਪ ਚ ਜਾਣਦਾ, ਇਹਦਾ ਨਾਮ ਅਗਿਆਨ ਹੈ। ਜਿਵੇਂ ਰੱਸੀ ਪਈ ਹੋਈ ਹੈ ਬਿੰਗੀ ਢੇਡੀ,
ਉਹ ਹਨੇਰੇ ਵਿੱਚ ਪਈ, ਹੁਣ ਮੂੰਹ ਹਨੇਰੇ ਵਿੱਚ ਪਈ, ਜਾਣ ਕੇ ਮਨੁੱਖ ਹੋਰ ਹੀ ਜਾਣ ਲੈਂਦਾ ਕੀ ਜਾਣਦਾ ਵੀ ਇਹ ਤਾਂ ਬਹੁਤ ਵੱਡਾ ਭਿਆਨਕ ਸੱਪ ਪਿਆ। ਇਸ ਤਰ੍ਹਾਂ ਵਸਤੂ ਹੋਰ ਹੋਣੀ, ਉਹਨੂੰ ਹੋਰ ਤਰ੍ਹਾਂ ਦਾ ਲੱਗਣਾ, ਹੋਰ ਤਰ੍ਹਾਂ ਦਾ ਜਾਣਾ, ਉਸੇ ਦਾ ਨਾਮ ਅਗਿਆਨ ਹੈ। ਉਸ ਰੱਸੀ ਵਿੱਚ ਸੱਪ ਪ੍ਰਤੀਤ ਹੋਣਾ ਸਮਝ ਲਓ ਇਹ ਅਗਿਆਨ ਦਾ ਲਕਸ਼ਣ। ਇਸ ਨੂੰ ਅਗਿਆਨ ਕਿਹਾ ਜਾਂਦਾ ਹੈ। ਕੋ ਰੋਗੀ ਸੋਗੀ ਕਵਨਾ। ਹਾਂ, ਸੰਸਾਰ ਦੇ ਵਿੱਚ ਅਸਲੀ ਰੋਗੀ ਕਿਹਾ ਹੈ, ਕੌਣ ਹੈ, ਤੇ ਸੋਗੀ ਕਿਹੜਾ ਹੈ? ਆਮ ਤਾਂ ਹੁਣ ਜਿਹਨੂੰ ਕੋਈ ਨਾ ਕੋਈ ਲੱਗੀ ਹੋਈ ਬਿਮਾਰੀ, ਅਸੀਂ ਉਹਨੂੰ ਕਹਿੰਦੇ ਵੀ ਇਹ ਰੋਗੀ ਹੈ, ਕੋਈ ਹਾਰਟ ਦਾ ਰੋਗੀ ਹੈ, ਕੋਈ ਸ਼ੂਗਰ ਰੋਗੀ ਹੈ। ਇਸੇ ਤਰ੍ਹਾਂ ਕਈਆਂ ਨੂੰ ਆ ਦੂਜਾ ਹੋਰ ਲੱਗੇ ਹੋਏ ਹੱਥ ਜਾ ਬਲਬ ਹੈ, ਕਈਆਂ ਨੂੰ ਅਜੀਰਣ ਰੋਗ ਹੈ, ਕਈਆਂ ਨੂੰ ਤਾਪ ਬੁਖਾਰ ਬਣਿਆ ਰਹਿੰਦਾ ਹੈ, ਇਹ ਅਡੋਡੀ ਰੋਗੀ ਹੈ। ਪਰ ਇੱਧਰ ਦੂਜੇ ਰੂਪ ਦੇ ਵਿੱਚ ਕਿਹੜਾ ਪਰਮਾਰਥ ਵਿੱਚ ਕਿਹੜਾ ਰੋਗੀ ਹੈ? ਕਹਿੰਦੇ ਰੋਗੀ ਸਦਾ ਅਸੰਜਮੀ, ਜਿਹਦਾ ਕੋਈ ਪਤ ਪਰਹੇਜ ਨਹੀਂ, ਜਿਹਦਾ ਕੋਈ ਦੀਨ ਮਾਨ ਨਹੀਂ, ਉਹ ਕਹਿੰਦੇ ਅਸਲੀ ਰੋਗੀ ਹੈ। ਜਿਹੜਾ ਸਰਲ ਪੱਕੀ ਹੈ ਨਾ, ਕੁਛ ਨਹੀਂ ਛੱਡਦਾ। ਇਸ ਕਰਕੇ ਹੋਇਆ ਜਿਹੜਾ ਅਸੰਜਮੀ ਹੈ, ਜਿਹਦਾ ਕੋਈ ਪਤ ਪਰਹੇਜੀ ਨਹੀਂ, ਸਰਲ ਪੱਕੀ, ਸਭ ਕੁਝ ਖਾ ਪੀ ਜਾਣ ਵਾਲਾ, ਕਹਿੰਦੇ ਕੁਛ ਨਹੀਂ ਲੱਗਦਾ ਹੈ, ਉਹ ਕਹਿੰਦੇ ਰੋਗੀ ਹੈ ਸਭ ਤੋਂ ਵੱਡਾ ਮਨੁੱਖ। ਸੋਗੀ ਕਵਨ, ਤੇ ਸੋਗੀ ਕੌਣ ਹੈ, ਸੋਗ ਵਾਲਾ ਮਨੁੱਖ ਕਿਹੜਾ ਹੈ? ਤਾਂ ਉੱਤਰ ਚਿੰਤਾਵਾਨ ਸੋਗੀ, ਜਿਹਨੂੰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾ ਨੇ ਘੇਰਿਆ ਹੋਇਆ ਹੈ, ਚਿੰਤਾ ਨਾਲ ਫੜਿਆ ਮਨੁੱਖ ਹੈ, ਉਹ ਸੋਗੀ ਹੈ ਅਸਲ। ਕਹਾ ਧਰਮ ਕੀ ਹਾਨ। ਹਾਂ, ਪਰਮਾ ਦੀ ਹਾਨੀ ਕਿੱਥੇ ਹੁੰਦੀ ਹੈ? ਦੱਸਦੇ ਜਾਤ ਪਾਤ ਅਰਸ਼ੂਤ ਕੋ ਤਿਆਗਨ ਭਰਮ ਕੀ ਹਾਨ। ਜਾਤ ਬਰਾਦਰੀ ਸ਼ੋਰ ਜਾਤ, ਇਹਦਾ ਜਿਹੜਾ ਤਿਆਗ ਦੇਣਾ, ਇਹ ਜਿਹੜਾ ਛੱਡ ਦੇਣਾ ਹੈ, ਸਮਝ ਲਓ ਵੀ ਇਹ ਤੋਂ ਰਹਿਤ ਹੋ ਜਾਣਾ। ਜਿਸ ਕਹੋ ਕਬੀਰ ਏ ਰਾਮ ਕੀ ਅਸੰਭਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੁਗ ਪੁਜਿਆ, ਕੌਣ ਭਲੇ ਕੌਣ ਮੰਦੇ, ਲੋਗਾ ਭਰਮ ਨਾ ਭੁੱਲੋ ਪਾਈ, ਖਾਲ ਖਲ ਖਲਕ ਮੈਂ ਖਾਲ ਪੂਰ ਰਿਓ ਸਭ ਠਾਈ। ਇਹ ਭਰਮ ਵਿੱਚ ਪੈ ਕੇ ਮਨੁੱਖ ਨਾ ਵੱਲੋ, ਜਿਹੜਾ ਅੱਲਾ ਪਰਮੇਸ਼ਰ ਉਸੇ ਨੇ ਕਹਿੰਦੇ ਨੂਰ ਪੈਦਾ ਕੀਤਾ, ਜਲਵਾ ਪੈਦਾ ਕੀਤਾ, ਉਸੇ ਦੁਆਰਾ ਸਾਰੇ ਜਿਹੜੇ ਬੰਦੇ ਹੈ ਪੈਦਾ ਹੋਏ, ਉਹਦੇ ਜਲਵੇ ਤੋਂ, ਇੱਕੋ ਜਲਵੇ ਤੋਂ, ਇੱਕੋ ਪ੍ਰਕਾਸ਼ ਤੋਂ ਸਾਰੇ ਪੈਦਾ ਹੋਏ। ਫਿਰ ਇਹਦੇ ਵਿੱਚ ਕੌਣ ਮੰਦੇ ਤੇ ਕਿਹੜੇ ਚੰਗੇ ਹਨ? ਐਸਾ ਕਹਿੰਦਾ ਜਿਹੜਾ ਜਾਤ ਵਿਰੋਧੀ ਤੇ ਸ਼ੂਰ ਸ਼ਿਆਦ ਦਾ ਉਹ ਤਿਆਗ ਕਰਨਾ, ਇਹ ਸਮਝ ਲੋ ਭਰਮ ਦੀ ਹਾਨੀ ਹੋ ਗਈ, ਭਰਮ ਨਾਸ਼ ਹੋ ਗਿਆ ਹੈ। ਤੋਹਰਾ ਕੋ ਸੂਰਾ ਸੁੰਦਰ ਕਵਨ। ਹਾਂ, ਫਿਰ ਪ੍ਰਸ਼ਨ ਹੈ ਅੱਗੇ ਦਸਵੇਂ ਦੋਹਰੇ ਵਿੱਚ, ਅਕੀਲਾ ਦੋਹਰਾ ਕੋ ਸੂਰਾ, ਭਰਮ ਕੀ ਹੈ ਮੇਰੀਆਂ ਧਰਮ ਕੀ ਹਾਂ, ਕਿਹਾ ਧਰਮ ਕੀ ਹਾਨ, ਧਰਮ ਦੀ ਹਾਨੀ ਕਿੱਥੇ ਹੁੰਦੀ ਹੈ? ਜਿੱਥੇ ਕਹਿੰਦੇ ਉਹ
ਧਰਮ ਦਾ ਨਾਸ਼ ਹੋ ਰਿਹਾ ਹੋਵੇ, ਜਿੱਥੇ ਅਧਰਮ ਹੋ ਰਿਹਾ ਹੋਵੇ, ਪਾਪ ਹੋ ਰਿਹਾ ਹੋਵੇ, ਉੱਥੇ ਧਰਮ ਦੀ ਹਾਨੀ ਹੁੰਦੀ ਹੈ। ਜਿੱਥੇ ਪਾਪ ਹੋ ਰਿਹਾ ਹੋਵੇ, ਅਧਰਮੀ ਲੋਕ ਇਕੱਠੇ ਹੋਏ ਹੋਣ, ਕੋ ਸੂਰਾ ਸੁੰਦਰ ਕਵਨ, ਸੂਰਮਾ ਕੌਣ ਹੈ ਤੇ ਸੁੰਦਰ ਕਿਹੜਾ ਹੈ? ਤਾਂ ਕਹਿੰਦੇ ਮਨ ਕਾ ਜੇਤਾ ਸੂਰ ਹੈ, ਜਿਹੜਾ ਮਨ ਨੂੰ ਜਿੱਤਣ ਵਾਲਾ ਹੈ, ਮਨ ਨੂੰ ਕਾਬੇ ਕਰਕੇ ਰੱਖਣ ਵਾਲਾ ਹੈ, ਉਹੀ ਸੂਰਮਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸੁੰਦਰ ਕਵਨ ਹੋਣਾ ਸੁਨੱਖਾ ਸੁੰਦਰ ਕਿਹੜਾ ਹੈ? ਕਹਿੰਦੇ ਗੁਣਵਾਨ ਜਿਹੜਾ ਮਨੁੱਖ ਹੈ ਨਾ, ਉਹ ਸੁੰਦਰ ਹੈ। ਉਹ ਭਾਵੇਂ ਕੋਝਾ ਵੀ ਹੈ, ਪਰ ਫੇਰ ਵੀ ਸੋਹਣਾ ਹੈ, ਸੁੰਦਰ ਹੈ। ਜੋ ਅਸ਼ਟਾਵਕਰ ਜਿੱਥਾਂ ਸਰੀਰ ਕਰਕੇ ਸੋਹਣਾ ਸੁਨੱਖਾ ਹੈ ਨਹੀਂ ਸੀ ਨਾ, ਅੱਠ ਬਲ ਪੈਂਦੇ ਸੀ ਸਰੀਰ ਵਿੱਚ, ਪਰ ਗੁਣਵਾਨ ਸੀ। ਜੋ ਰਾਜੇ ਜਨਕ ਦੀ ਸਭਾ ਦੇ ਵਿੱਚ ਬੈਠਾ, ਜਿਹੜੇ ਸਾਰੇ ਸੋਹਣੇ ਬਣੇ ਬੈਠੇ ਸੀ, ਸਾਰਿਆਂ ਨੂੰ ਮਾਤ ਪਾ ਦਿੱਤੀ ਸੀ ਉਹਨੇ, ਨੀਵੀਂ ਪਾ ਕੇ ਬਹਿ ਗਏ ਸੀ, ਕਿਉਂਕਿ ਗੁਣਵਾਨ ਸੀ ਉਹ। ਜਦੋਂ ਗਿਆ ਸਾਰੇ ਇਹਦੇ ਸਰੀਰ ਵੱਲ ਦੇਖ ਦੇਖ ਕੇ ਵਿਦਵਾਨ ਨਾ ਗੁਰਵਾਨ ਹੱਸਣ ਲੱਗੇ, ਤਾੜੀਆਂ ਮਾਰ ਕੇ, ਲੈ ਦਊ ਜਨਕ ਰਾਜੇ ਨੂੰ ਬ੍ਰਹਮ ਗਿਆਨ। ਉਹ ਬੈਠਦਿਆਂ ਸਾਰੀ ਜਨਕ ਰਾਜੇ ਨੂੰ ਕਹਿਣ ਲੱਗਾ ਵੀ ਆਹ ਤੁਸੀਂ ਚਮਾਰ ਕਿਵੇਂ ਬਿਠਾਏ ਇੱਥੇ, ਇਹਨਾਂ ਨੂੰ ਕੱਢੋ ਉੱਥੇ, ਜੇ ਮੇਥੋਂ ਬ੍ਰਹਮ ਗਿਆਨ ਲੈਣਾ। ਉਹ ਜਿੰਨੇ ਗਿਆਨੀ ਧਿਆਨੀ ਸੀ ਸਾਰੇ ਟੱਪ ਪਏ, ਸਾਨੂੰ ਚਮਾਰ ਕਹਿੰਦਾ, ਅਸੀਂ ਕਿਵੇਂ ਚਮਿਆਰ ਹੈ? ਉਹ ਕਹਿੰਦੇ ਜਿਹੜਾ ਚਮਿਆਰ ਹੁੰਦਾ ਚੰਮ ਵੀ ਨਾ ਹੁੰਦਾ, ਵੀ ਇਹ ਕਿਹੜੇ ਪਸ਼ੂ ਦਾ, ਤੇ ਤੁਸੀਂ ਵੀ ਮੇਰੇ ਚੰਮ ਨੂੰ ਹੀ ਵੇਖੀ ਜਾਂਦੇ, ਮੇਰਾ ਅੰਦਰਲਾ ਗਿਆਨ ਤਾਂ ਨੀ ਦੇਖਦਾ, ਅੰਦਰਲੇ ਗਿਆਨ ਚ ਨਾ ਨੀ ਕੋਈ ਫਰਕ। ਅਰੇ ਚੁੱਪ ਹੋ ਗਏ ਵੀ ਗੱਲ ਤਾਂ ਠੀਕ ਹੈ, ਵੀ ਬਾਹਰ ਸਰੀਰ ਠੀਕ ਹੈ, ਗਿਆਨ ਦੇ ਵਿੱਚ ਤਾਂ ਨੀ ਕੋਈ ਬਿੰਗ ਢਿੰਡ। ਜਾਣ ਲਿਆ ਵੀ ਇਹ ਵੀ ਕੁਝ ਨਾ ਕੁਝ ਕਰੂਗਾ ਜਿਹਨੇ ਆਹ ਕੁਝ ਕਹਿਤਾ। ਉਸ ਤੋਂ ਬਾਅਦ ਫਿਰ ਜਨਕ ਰਾਜਾ ਕਹਿਣ ਲੱਗਾ ਜੀ, ਸ੍ਰੀ ਕਰਕੇ ਤਾਂ ਠੀਕ ਹੈ ਐਸੇ ਵੈਸੇ ਹੋ, ਪਰ ਗੁਣਵਾਨ ਕਰਕੇ ਤੁਸੀਂ ਸੁੰਦਰ ਸੋਹਣੇ ਹੀ ਹੋ। ਮੇਰਾ ਜਿਹੜਾ ਭਰਮ ਭੁਲੇਖਾ ਦੂਰ ਕਰੋ, ਇਹਦੇ ਦੱਸੋ ਜੀ ਰਾਜਨ। ਕਹਿਣ ਲੱਗਾ ਜੀ ਮੇਰਾ ਪ੍ਰਸ਼ਨ ਹੈ, ਇਹਦਾ ਉੱਤਰ ਵੀ ਉਸੇ ਰੂਪ ਵਿੱਚ ਹੀ ਤੁਸੀਂ ਦਿਓ ਜਿਵੇਂ ਮੈਂ ਪ੍ਰਸ਼ਨ ਗੁਪਤ ਰੂਪ ਵਿੱਚ ਹੀ ਰਮਜ ਨਾਲ ਹੀ ਕਰ ਰਿਹਾ। ਕਹਿੰਦੇ ਐਸਾ ਹੀ ਹੋਏਗਾ। ਰਾਜਨ ਬੋਲੋ, ਕਹਿੰਦੇ ਜੀ ਦੱਸੋ ਅਸ਼ਟਾਵਕਰ ਗੁਰੂ ਜੀ ਬਹੁਤ ਸੱਚਾ ਕਿ ਬੇਸੱਚਾ? ਕਹਿੰਦੇ ਵੀ ਜਿਵੇਂ ਤੂੰ ਪੁੱਛਿਆ ਰਮਜ ਨਾਲ ਗੁਪਤ ਰੂਪ ਵਿੱਚ, ਉਵੇਂ ਦੱਸਾਂ ਕਿ ਸਪਸ਼ਟ? ਕਹਿੰਦੇ ਨਹੀਂ ਜੀ, ਉਸੇ ਤਰ੍ਹਾਂ ਹੀ ਦੱਸ ਦਿਓ। ਕਹਿੰਦੇ ਜੈਸਾ ਬਹੁ ਵੈਸਾ ਵੀ। ਉੱਠ ਕੇ ਚਰਨੀ ਪੈ ਗਿਆ ਜਨਕ ਰਾਜਾ। ਉਹ ਦੂਜੇ ਕਹਿੰਦੇ ਮਹਾਰਾਜ ਇਹ ਕੀ ਇਹਨੇ ਕਹਿਤਾ? ਕਹਿੰਦੇ ਇਹਨੇ ਕਹਿਤਾ ਜਿਹੜਾ ਕੋਈ ਕਹਿਣਾ ਸੀ, ਜਿਹੜੀ ਅਸਲੀ ਗੱਲ ਹੈ ਉਹ ਇਹਨੇ ਕਹਿਤੀ ਹੈ। ਇਹ ਗੁਣਵਾਨ ਪੁਰਸ਼ ਹੈ, ਦੇਖਣ ਨੂੰ ਇਹਦੇ ਅੱਠ ਵਾਲ ਸਰੀਰ ਪਾਉਂਦੇ, ਬਿੰਗਾ ਟੇਢਾ ਦਿਖਦਾ, ਪਰ ਹੈ ਬੜਾ ਗੁਣਵਾਨ ਸੁੰਦਰ ਮਨੁੱਖ ਹੈ ਇਹ।
ਫਿਰ ਆ ਸਵੇਰੇ ਉਹ ਜਾਣ ਲਿਆ, ਕਹਿੰਦਾ ਵੀ ਠੀਕ ਹੈ, ਉਹ ਕਾਰਨ ਕੀ ਉਹਨੂੰ ਸੁਪਨਾ ਇਹੋ ਜਿਹਾ ਜਨਕੂ ਆਇਆ ਸੀ, ਕੋਈ ਬਹੁਤ ਇਹਨੇ ਪੁੱਠੇ ਸਿੱਧੇ ਜਨਮ ਧਾਰੇ ਸੀ। ਅਖੀਰ ਤੇ ਫਿਰ ਇਹ ਜਣੀ ਬਹੁਤ ਹੀ ਗਰੀਬ ਜਿਹਾ ਇਹ ਬਣ ਗਿਆ ਹੈ ਤੇ ਭੁੱਖਾ ਤੇ ਆਇਆ ਹੈ। ਅੱਠ ਦਿਨ ਭੁੱਖੇ ਨੂੰ ਕੁਝ ਨਾ ਮਿਲਿਆ, ਫਿਰ ਬਹੁਤ ਔਖਾ ਸੁਪਨੇ ਵਿੱਚ ਹੀ ਕਹਿੰਦੇ ਵੀ ਦੇਖੋ ਕਿਸੇ ਸਮੇਂ ਰਾਜੇ ਮਹਾਰਾਜੇ ਹੁੰਦੇ ਸੀ, ਕਿਤੇ ਅਜਾ ਗਰੀਬ ਬਣੇ, ਦੁੱਖ ਭੁੱਖ ਨਾ ਮਰਦੇ ਫਿਰਦੇ ਆ, ਬਹੁਤ ਮਾੜਾ ਸਮਾਂ ਆ ਗਿਆ ਵੀ ਚਲੋ ਹੁਣ ਰੋਟੀ ਦਾ ਬੰਦੋਬਸਤ ਕਰੀਏ, ਕਿਤੇ ਖਾਈਏ, ਪੇਟ ਪੂਰਤੀ ਕਰੀਏ। ਸੁਪਨੇ ਵਿੱਚ ਹੀ ਜਨਕ ਰਾਜਾ ਤੁਰਦਾ ਤੁਰਦਾ ਅੱਗੇ ਛੇਤਰ ਜਾ ਆਇਆ, ਕਹਿੰਦਾ ਵੀ ਇੱਥੋਂ ਆਪਾਂ ਕੁਝ ਨਾ ਕੁਝ ਲੈ ਕੇ ਖਾਈਏ, ਪੇੜ ਭਰੀਏ, ਭੁੱਖ ਨਿਵਰਤ ਕਰੀਏ। ਜਦੋਂ ਛੇਤਰ ਵਿੱਚ ਗਿਆ ਉਹ ਕਹਿੰਦਾ ਵੀ ਆਹ ਬਹੁਤ ਵਧੀਆ ਖਿਚੜੀ ਬਣੀ ਹੋਈ ਹੈ ਤੇ ਪਰ ਬਰਤਨ ਆਪਣਾ ਲੈਣਾ ਪਊਗਾ, ਤੈਨੂੰ ਭਾਂਡਾ ਆਪਣਾ ਲੈਣਾ ਪਊਗਾ। ਫਿਰ ਕਹਿੰਦਾ ਵੀ ਭਾਂਡਾ ਤਾਂ ਮੇਰੇ ਕੋਲ ਹੈ ਨਹੀਂ ਗਾ, ਕਹਿੰਦੇ ਵੀ ਭਾਂਡਾ ਨਹੀਂ ਇੱਥੋਂ ਮਿਲਦਾ। ਫਿਰ ਉਹ ਵੀ ਚਲੋ ਇੱਥੋਂ ਆਪਾਂ ਦੋ ਚਾਰ ਪੈਸੇ ਮੰਗੋ, ਉਹਦਾ ਆਪਾਂ ਭਾਂਡਾ ਲੈ ਲਾਂਗੇ, ਫਿਰ ਇਹਦੇ ਵਿੱਚ ਖਿਚੜੀ ਪੁਆ ਲਾਂਗੇ ਤੇ ਖਾ ਲਾਂਗੇ। ਫਿਰ ਮੰਗਣ ਤੁਰ ਪਿਆ, ਜਿੱਥੋਂ ਮੰਗੇ ਕੋਈ ਨਾ ਦੇਵੇ। ਮੰਗਦਿਆਂ ਮੰਗਦਿਆਂ ਮਸਾਂ ਇੱਕ ਪੈਸਾ ਮਿਲਿਆ। ਫਿਰ ਆ ਗਿਆ ਜਨਕ ਰਾਜਾ, ਕਹਿੰਦਾ ਵੀ ਹੁਣ ਇੱਕ ਪੈਸੇ ਦਾ ਤਰੇੜ ਜੀ ਵਾਲਾ ਭਾਂਡਾ ਮਿਲਿਆ। ਘੁਮਿਆਰ ਕਹਿੰਦਾ ਵੀ ਸਾਬਤਾ ਤਾਂ ਨਹੀਂ ਮਿਲਦਾ, ਇੱਕ ਪੈਸਾ ਜੇ ਸਾਬਤਾ ਲੈਣਾ ਤਾਂ ਦੋ ਪੈਸੇ ਦੇ। ਚਲੋ ਕਹਿੰਦਾ ਵੀ ਇਹ ਤੂੰ ਇੱਕ ਪੈਸਾ ਇਹਦੇ ਨਾਲ ਤੇੜ ਵਾਲਾ ਲੈ ਲਾ, ਵੀ ਇਹ ਸਾਬਤੇ ਦਾ ਕੰਮ ਜਾ ਕਰੂ, ਉੱਪਰੋਂ ਤੇੜ ਜੀ ਆਈ ਹੋਈ ਹੈ, ਵਿੱਚ ਨਹੀਂ ਤੇੜ ਇਹਦੇ, ਕੰਮ ਪੂਰਾ ਸਾਬਤੇ ਵਾਲਾ ਦਊ। ਕਹਿੰਦਾ ਚਲੋ ਠੀਕ ਆ ਗਿਆ। ਕਹਿੰਦਾ ਜੀ ਛੇਤੀ ਦੇ ਕੇ ਭਾਓ ਖਿਚੜੀ, ਮੈਂ ਬਹੁਤ ਭੁੱਖਾ ਹੈ 7 ਦਿਨਾਂ ਦਾ। ਉਹਨੇ ਕੜਛਾ ਜਿਹਾ ਭਰਿਆ ਲਾਂਗਰੀ ਨੇ, ਸਿੱਟਦਾ ਇਹਦੇ ਘੁਬਲੇ ਵਿੱਚ, ਉੱਤੇ ਥੋੜਾ ਜਿਹਾ ਘਿਓ ਜਿਹਾ ਵੀ ਪਾ ਤਾ। ਜਨਕ ਰਾਜਾ ਸੁਪਨੇ ਵਿੱਚ ਹੀ ਬੜਾ ਖੁਸ਼ ਹੋਇਆ, ਕਹਿੰਦਾ ਵੀ ਹੁਣ ਗੱਲ ਬਣੂਗੀ। ਫਿਰ ਕਹਿੰਦਾ ਵੀ ਤੱਤੀ ਤੱਤੀ ਖਿਚੜੀ ਹੈ, ਆਪਾਂ ਥੋੜਾ ਜਿਹਾ ਪਾਸੇ ਹੋ ਕੇ ਨਾ ਪਰੇ ਹੋ ਕੇ ਖਾਈਏ, ਹੌਲੀ ਹੌਲੀ ਠੰਡੀ ਕਰਕੇ। ਆ ਜਦੋਂ ਖਿਚੜ ਦਾ ਭਾਂਡਾ ਜਿਹਾ ਭਰਾ ਕੇ ਤੇ ਪਾਸੇ ਨੂੰ ਆਉਣ ਲੱਗਿਆ, ਦੋ ਟੱਟੇ ਆਪੋ ਵਿੱਚ ਹੀ ਭਿੜਦੇ ਭਿੜਦੇ ਇਹਦੇ ਵੱਲ ਨੂੰ ਆਏ, ਵਿਚਾਲੇ ਜਨਕ ਰਾਜੇ ਨੂੰ ਲੈ ਲਿਆ। ਉਹ ਇੱਕ ਨੇ ਢੁੱਡ ਜੀ ਮਾਰੀ, ਜਨਕ ਰਾਜੇ ਦਾ ਵਿਚਾਰੇ ਦਾ ਕੁੱਲਾ ਜਾ ਕਿੱਧਰ, ਆਪ ਵਿਚਾਰਾ ਕਿੱਧਰ। ਬਸ ਇਹਦੇ ਨਾਲ ਹੀ ਬਸ ਇਹਦੀ ਅੱਖ ਖੁੱਲ ਗਈ, ਸੁਪਨਾ ਖਤਮ ਹੋ ਗਿਆ। ਹੁਣ ਰਾਜਾ ਕਿਸੇ ਨੂੰ ਦੱਸ ਨਹੀਂ ਸਕਦਾ ਵੀ ਰਾਤ ਨੂੰ ਮੈਂ ਇਸ ਤਰ੍ਹਾਂ ਬਣ ਗਿਆ ਸੀਗਾ, ਵੀ ਵਪਾਰੀਆਂ ਨੇ ਮੈਂ ਤਾਂ ਭੁੱਖਾ ਚਾਹਿਆ ਸੀ, ਮੈਂ ਪੈਸੇ ਮੰਗਦਾ ਸੀ, ਭਾਂਡਾ ਵੀ ਮੈਨੂੰ ਇਹੋ ਜਿਹਾ ਮਿਲਿਆ, ਖਿਚੜੀ ਵੀ ਮਿਲੀ ਆ, ਢੱਡਿਆਂ ਨੇ ਮੈਨੂੰ ਵਿੱਚ ਲੈ ਲਿਆ, ਸੱਟ ਲਿਆ ਸੀ, ਉਹ ਦੱਸੇ ਨਾ ਡਰਦਾ ਮੁਕਾਬਲ ਕਰਨਗੇ। ਇਹ ਤਰ੍ਹਾਂ ਉਹ ਪੁੱਛਦਾ ਉਹਨੂੰ ਜਸ਼ਟਾ ਬੱਕਰ ਨੂੰ, ਉਹ ਕਹਿੰਦਾ ਵੀ ਵੈਸਾ ਬਹੁ ਵੈਸਾ ਵੇ, ਵੀ ਜਿਹੋ ਜਿਹਾ ਸੁਪਨਾ ਝੂਠਾ
ਐਵੇਂ ਆ ਸੰਸਾਰ ਵੀ ਝੂਠਾ ਹੈ। ਜਿਵੇਂ ਉਹ ਨੀ ਸੱਚਾ ਨਾ ਸੁਪਨਾ ਤੇਰਾ, ਉਹ ਵੀ ਦੇਖਣ ਮਾਤਰ ਹੀ ਆ, ਰਾਤ ਨੂੰ ਹੀ ਦੇਖਦਾ ਸੀ, ਹੁਣ ਤਾਂ ਨੀ, ਹੁਣ ਤਾਂ ਤੂੰ ਜਨਕ ਰਾਜਾ ਹੀ ਹੈ। ਇਹ ਵੀ ਸੰਸਾਰ ਹੈ, ਰੋਜ਼ ਇਸ ਤਰ੍ਹਾਂ ਇਹ ਕਹਿਣ ਲੱਗਾ ਜੀ ਹੁਣ ਮੈਨੂੰ ਫਿਰ ਬ੍ਰਹਮ ਗਿਆਨ ਦਿਓ, ਜਿਸ ਕਰਕੇ ਮੁੜ ਕੇ ਭਰਮ ਭੁਲੇਖਾ ਨਾ ਪਵੇ। ਕਹਿਣ ਲੱਗਿਆ ਬ੍ਰਹਮ ਗਿਆਨ ਲੈਣਾ ਤੇ ਜੇ ਤੋਂ ਲੈਣਾ ਉਹਨੂੰ ਕੁਛ ਦੇ, ਦਕਸ਼ਨਾ ਦੇ। ਕਹਿੰਦੇ ਜੀ ਮੰਗੋ। ਕਹਿੰਦੇ ਤਿੰਨਾਂ ਚੋਂ ਇੱਕ ਚੀਜ਼ ਦੇ ਰਹੇ, ਤੇਰੇ ਕੋਲ ਤਿੰਨ ਚੀਜ਼ਾਂ ਹੈ, ਇੱਕ ਤਾਂ ਹੈਗਾ ਮਨ, ਦੂਜਾ ਹੈਗਾ ਧਨ ਪਦਾਰਥ, ਤੀਜਾ ਹੈਗਾ ਕਹਿੰਦੇ ਸਰੀਰ। ਤਿੰਨਾਂ ਚੋਂ ਇੱਕ ਦੇ ਤੇ ਲੈ ਲਾ ਬ੍ਰਹਮ ਗਿਆਨ। ਫਿਰ ਸੋਚਣ ਲੱਗਿਆ ਜਨਕ ਰਾਜਾ ਵੀ ਜੇ ਧਨ ਦੇ ਦਿੱਤਾ ਜਨਕ ਅਸ਼ਟਬੱਕਰ ਨੂੰ, ਫਿਰ ਆਪਾਂ ਨੰਗ ਮਲੰਗ ਹੋ ਜਾਵਾਂਗੇ, ਆਪਾਂ ਫਿਰ ਰਾਜੇ ਮਹਾਰਾਜੇ ਖਾਵੇ। ਇਸੇ ਤਰ੍ਹਾਂ ਸਰੀਰ ਦੇ ਦਿੱਤਾ ਤੇ ਫਿਰ ਸਰੀਰ ਇਹਨਾਂ ਦਾ ਹੋ ਜਾਊ, ਜੇ ਤੈਨੂੰ ਮਰਜ਼ੀ ਕਹੇ ਬਾਹੋਂ ਫੜ ਕੇ ਲੈ ਜਾਣ, ਫਿਰ ਇਹਨਾਂ ਦੇ ਬਸ ਹੋ ਜਾਵਾਂਗੇ, ਫਿਰ ਆਪਣੀ ਨੀ ਹਕੂਮਤ ਰਹਿਣੀ, ਫਿਰ ਤਾਂ ਇਹ ਹੀ ਹੋਣਗੇ ਰਾਜੇ ਮਹਾਰਾਜੇ। ਕਹਿੰਦਾ ਜੀ ਮਾੜਾ ਜਿਹਾ ਮੈਨੂੰ ਸਮਾਂ ਦਿਓ, ਮੈਂ ਘਰੇ ਕਹਿੰਦੇ ਵਿਚਾਰ ਕਰੇ ਆਵਾਂ, ਫਿਰ ਦਿੰਦਾ ਦਕਸ਼ਨਾ। ਘਰੇ ਗਿਆ, ਰਾਣੀਆਂ ਮਹਾਰਾਣੀਆਂ ਨੂੰ ਪੁੱਛਣ ਲੱਗਿਆ ਵੀ ਗੁਰੂ ਤੋਂ ਬ੍ਰਹਮ ਗਿਆਨ ਲੈਣਾ ਮੈਨੇ, ਉਹ ਤਿੰਨਾਂ ਚ ਇੱਕ ਚੀਜ਼ ਮੰਗਦੇ ਆ, ਜਾਂ ਤਾਂ ਵੀ ਮਨ ਦੇ ਦੇ, ਜਾਂ ਧਨ ਦੇ ਦੇ, ਜਾਂ ਸਰੀਰ ਦੇ ਦੇ, ਤੇ ਮੈਨੂੰ ਤਾਂ ਸਮਝ ਆਈ ਨੀ ਹੈ ਵੀ ਹੁਣ ਦੱਸੋ ਆਪਾਂ ਗੁਰੂ ਤੋਂ ਬ੍ਰਹਮ ਗਿਆਨ ਲੈਣਾ ਕੀ ਦੇਈਏ। ਰਾਣੀਆਂ ਕਹਿੰਦੀਆਂ ਜੀ ਜੇ ਤੁਸੀਂ ਸਰੀਰ ਦੇ ਦਿੱਤਾ, ਫਿਰ ਸਰੀਰ ਨੂੰ ਜਿਹਦੇ ਨੂੰ ਮਰਜ਼ੀ ਫੜ ਕੇ ਲੈ, ਸਾਡੇ ਕੋਲ ਤਾਂ ਅਸੀਂ ਰਹਿ ਨਹੀਂ ਸਕਦੇ, ਸਾਡੇ ਵੱਲੋਂ ਤਾਂ ਗਏ, ਇੱਥੇ ਮਹਿਲਾ ਮੂਲਾ ਚ ਨਹੀਂ ਆ ਸਕਦੇ, ਕਿਉਂਕਿ ਸਰੀਰ ਤੁਸੀਂ ਉਹਨਾਂ ਨੂੰ ਦੇ ਤਾ, ਉਹ ਬਾਹੋਂ ਫੜਨਗੇ ਜਿਹਦੇ ਨੂੰ ਮਰਜ਼ੀ ਖਿੱਚੀ ਫਿਰਨਗੇ। ਦੇ ਧਨ ਦੇ ਦਿੱਤਾ, ਫਿਰ ਵੀ ਆਪਣੇ ਕੋਲ ਕੁਛ ਨਹੀਂ ਰਹਿਣਾ, ਫਿਰ ਉਹ ਮਾਲਕ ਹੋ ਗਿਆ, ਆਪਾਂ ਤਾਂ ਨੰਗ ਮਲੰਗ। ਕਹਿੰਦੇ ਜੀ ਫਿਰ ਕਹਿੰਦੇ ਆ ਮਨ ਦੇ ਦਿਓ, ਨਾ ਆਪਣੇ ਬਸ ਹੁੰਦਾ, ਨਾ ਤੁਹਾਡੇ, ਨਾ ਹੋਰ ਕਿਸੇ ਦੇ, ਇਹਦਾ ਕੀ ਲੈਣਗੇ ਉਹ। ਇਹ ਕਹਿ ਦੋ ਜੀ ਮਨ ਦੇ ਤੁਹਾਨੂੰ ਦਿੱਤਾ, ਫਿਰ ਇਹ ਠੀਕ ਹੈ। ਜਾ ਕੇ ਕਹਿਣ ਲੱਗਿਆ ਜੀ ਧਨ ਨਹੀਂ ਦਿੰਦੇ, ਸਰੀਰ ਨਹੀਂ ਦਿੰਦੇ, ਮਨ ਲੈ ਲਓ, ਮਨ ਦਕਸ਼ਣਾ ਵਿੱਚ ਦਿੰਦੇ ਆ। ਕਹਿੰਦੇ ਵੀ ਬਹੁਤ, ਫਿਰ ਤਾਂ ਉੱਤਮ ਦਕਸ਼ਣਾ ਦਿੱਤੀ ਹੈ, ਜੇ ਤੂੰ ਮਨ ਦੇ ਦਿੱਤਾ ਤੇ ਸਭ ਕੁਝ ਤਾਂ ਇਹਦੇ ਵਿੱਚ ਹੀ ਆ ਜਾਂਦਾ ਹੈ। ਕਹਿੰਦੇ ਬਸ ਫਿਰ ਚੁੜੀ ਛੱਡ। ਕਹਿੰਦੇ ਲਓ ਜੀ ਚੁਲੀ ਛੱਡਤੀ, ਅੱਜ ਤੋਂ ਬਾਅਦ ਤੁਹਾਡਾ ਮਨ ਹੋ ਗਿਆ। ਕਹਿੰਦੇ ਚੰਗਾ ਬਹਿਦਾ ਚੌਂਕੜਾ ਮਾਰ ਕੇ ਦਿੰਦੇ ਤੈਨੂੰ ਬ੍ਰਹਮ ਗਿਆਨ। ਉਸ ਵੇਲੇ ਕਹਿੰਦੇ ਵੀ ਆ ਤਾਂ ਬੜੇ ਭਾਗ ਜਾ ਕੇ ਬੜਾ ਭਾਗਾਂ ਵਾਲਾ ਦਿਨ ਚੜਿਆ, ਅੱਜ ਗੁਰੂ ਜੀ ਪਾਸੋਂ ਅਸ਼ਟਾ ਬੱਕਰ ਤੋਂ ਅਸੀਂ ਬ੍ਰਹਮ ਗਿਆਨ ਲੈਣਾ ਹੈ। ਹਾਂਜੀ, ਜਦੋਂ ਫੁਰਨਾ ਜਾ ਹੁਣ ਮਨ ਨਾਲ ਹੀ ਕਰਨਾ ਇਹਨੇ। ਉਹ ਕਹਿੰਦਾ ਵੀ ਲੈਣਾ ਬ੍ਰਹਮ ਗਿਆਨ ਹੈ, ਤੇ ਜਿਹੜੀ ਵਸਤੂ ਹੁਣ ਮੈਨੂੰ ਦੇ ਚੁੱਕਿਆ ਉਹ ਤੋਂ ਕਿਵੇਂ ਕੰਮ ਲੈਂਦਾ।
ਜਿਹੜਾ ਮਨ ਹੈ ਉਹ ਤਾਂ ਹੁਣ ਤੂੰ ਮੈਨੂੰ ਦੇ ਚੁੱਕਿਆ, ਫੁਰ ਮੇਰੇ ਨਾਲ ਤੂੰ ਕਿਉਂ ਕਰਦਾ ਬਈ? ਜਿਹੜੀ ਮੈਨੂੰ ਭੇਟਾ ਕਰਤੀ ਉਹਦੇ ਨਾਲ ਤਾਂ ਹੁਣ ਮੈਂ ਫੁਰਨਾ ਕਰੂੰਗਾ, ਤੂੰ ਨੀ ਇਹਦੋਂ ਕੰਮ ਲੈ ਸਕਦਾ। ਫਿਰ ਉਹ ਕਹਿੰਦਾ ਵੀ ਗੱਲ ਤਾਂ ਗੁਰੂ ਜੀ ਠੀਕ ਕਹਿੰਦੇ ਹੈ, ਇਹ ਮੰਤਵ ਮੈਂ ਇਹਨਾਂ ਨੂੰ ਦੇ ਦਿੱਤਾ ਸੀ, ਹੁਣ ਇਹ ਤੋਂ ਲੈਣਾ। ਕਹਿੰਦੇ ਵੀ ਇਹਦਾ ਹਿੱਸਾ ਹੀ ਹੈ ਚਿੱਤ, ਜਿਹੜੀਆਂ ਚਤਵਨੀਆਂ ਕਰਦਾ ਤੂੰ ਇਹਦੇ ਵਿੱਚ ਹੀ ਆ ਗਿਆ। ਫਿਰ ਨਿਰਣੇ ਜੇ ਕਰਨ ਲੱਗਿਆ, ਫਿਰ ਕਹਿੰਦਾ ਵੀ ਇਹ ਜਿਹੜਾ ਨਿਰਣਾ ਕਰਨਾ ਇਹਦਾ ਹੀ ਹਿੱਸਾ ਹੈ, ਇਹ ਬੁੱਧੀ ਰੂਪ ਜਦੋਂ ਨਿਰਣਾ ਕਰਦਾ ਉਦੋਂ ਇਹਦਾ ਨਾਂ ਬੁੱਧੀ ਹੁੰਦਾ, ਜਦੋਂ ਚਿਤਵਨੀ ਕਰਦਾ ਉਦੋਂ ਇਹਦਾ ਨਾਂ ਚਿੱਤ ਹੁੰਦਾ, ਜਦੋਂ ਫੁਰਨੇ ਕਰਦਾ ਇਸੇ ਦਾ ਨਾਮ ਮਨ ਹੁੰਦਾ ਇਸ ਬਿਰਤੀ ਦਾ। ਅਹੂ ਭਾਵ ਜਾ ਕਰਨ ਲੱਗ ਵੀ ਹਾਂ ਗੁਰੂ ਜੀ ਠੀਕ ਕਹਿੰਦੇ, ਮੈਂ ਇਹਨਾਂ ਨੂੰ ਦੇ ਦਿੱਤਾ, ਇਹਦੇ ਨਾਲ ਵੀ ਮੈਨੂੰ ਆਹ ਨੀ ਕਰਨਾ। ਉਹ ਕਹਿੰਦੇ ਵੀ ਇਹ ਅਹੂ ਭਾਵ ਬਿਰਤੀ ਵੀ ਤੂੰ ਸਾਨੂੰ ਭੇਟਾ ਕਰ ਰਿਹਾ ਹੈ, ਇਹ ਹੱਤਿਆ ਕਰਨ ਦਾ ਧਰਮ ਹੀ ਹੈ। ਇਹਦਾ ਬਸ ਮਨ ਰੁਕ ਗਿਆ, ਰੁਕੇ ਹੋਏ ਮਨ ਦੇ ਵਿੱਚ ਪ੍ਰਕਾਸ਼ ਗਿਆਨ ਹੋਈ, ਜਨ ਸਮਾਧੀ ਲੱਗ ਗਈ। ਇਸ ਤਰ੍ਹਾਂ ਇਹ ਜਿੱਦਾਂ ਜਿਹੜਾ ਅਸ਼ਟਾਵਕਰ ਸੋਹਣਾ ਸੁਨੱਖਾ ਹੈ ਨਹੀਂ ਸੀ, ਪਰ ਊ ਦੂਜੇ ਰੂਪ ਦੇ ਵਿੱਚ ਗੁਣਵਾਨ ਵੀ ਸੀਗਾ, ਬ੍ਰਹਮਵੇਤਾ ਤਤਵੇਤਾ ਸੀ। ਮਹਾਰਾਜ ਕਹਿੰਦੇ ਭਾਈ ਸੁੰਦਰ ਹੈ ਗੁਣਵਾਨ, ਜਿਹੜਾ ਗੁਣਾਂ ਵਾਲਾ ਪੁਰਸ਼ ਹੈ ਉਹ ਭਾਵੇਂ ਕਿਹੋ ਜਿਹਾ ਕੋਝਾ ਕਰੂਪ ਜਿਹਾ ਹੋਵੇ, ਉਹ ਸੋਹਣਾ ਸੁਨੱਖ ਹੀ ਹੁੰਦਾ ਹੈ। ਸਭਾ ਦੇ ਵਿੱਚ ਬੈਠਾ ਉਹ ਜਿਹੜਾ ਗੁਣਵਾਨ ਸੁੰਦਰ ਲੱਗਦਾ, ਸੋਹਣਾ ਲੱਗਦਾ, ਸਜਦਾ ਹੁੰਦਾ ਹੈ। ਕਹਾ ਯੋਗ ਕੋ ਸਾਰ, ਇਸੇ ਤਰ੍ਹਾਂ ਜਿਹੜਾ ਯੋਗ ਦਾ ਸਾਰ ਕੀ ਹੈ, ਯੋਗ ਦਾ ਸਿਧਾਂਤ ਕੀ ਹੈ, ਸ੍ਰੇਸ਼ਟ ਯੋਗ ਕਿਹੜਾ ਹੈ? ਅੱਗੇ ਕਹਿੰਦੇ ਜਬ ਚਿਤ ਕੀ ਛਿਰਤਾ ਪਈ, ਜਦੋਂ ਚਿਤ ਦੀ ਬਿਰਤੀ ਦੀ ਇਸਤਤੀ ਹੋ ਗਈ, ਚਿੱਤ ਟਿਕ ਗਿਆ ਸਾਰ ਯੋਗ ਇਹ ਮਾਨ। ਇਹ ਮੰਨ ਲਓ ਕਹਿੰਦੇ ਇਹੀ ਸ੍ਰੇਸ਼ਟ ਯੋਗ ਹੈ, ਇਹੀ ਸ੍ਰੇਸ਼ਟ ਜੁੜਨਾ ਹੈ ਉਸ ਵਿੱਚ। ਕੋ ਦਾਤਾ ਗਿਆਨੀ ਕਵਨ, ਹਾਂ ਦੁਨੀਆਂ ਵਿੱਚ ਦਾਤਾ ਕੌਣ ਹੈ? ਉੱਤਰ ਹੈ ਦਾਤਾ ਇੱਕ ਕਰਤਾਰ ਹੈ, ਜਿਹੜਾ ਸ੍ਰਿਸ਼ਟੀ ਦਾ ਕਰਤਾ ਉਹੀ ਸ੍ਰਿਸ਼ਟੀ ਦਾ ਦਾਤਾ ਹੈ। ਤੋ ਸਭ ਸਾਨੂੰ ਦਾਨ ਦਿੱਤਾ, ਖੰਡੀ ਬ੍ਰਹਮੰਡੀ ਪਤਾਲੀ ਪੁਰੀ ਸਲ ਲੋਈ, ਪਰ ਜੇੜ ਦਾਤਾਰ ਮੈਂ ਕੋਈ ਨਜ਼ਰ ਨਾ ਆਵੇ। ਵੀ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਿਗਾਹ ਵਿੱਚ ਨਹੀਂ ਆਉਂਦਾ ਦਾਤਾ। ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟਨਾ ਵਿਗੰਤ ਭਰੇ ਭੰਡਾਰ। ਜਿੰਨੀ ਅਕਲ ਮਤ ਹੈ ਉਸ ਪਰਮੇਸ਼ਰ ਦਾਤੇ ਦੀ ਦਿੱਤੀ ਹੈ, ਜਿਨ੍ਹਾਂ ਦੀ ਮਾਗ ਹੈ ਅੱਖਾਂ ਵਿੱਚ ਦੇਖਣ ਸ਼ਕਤੀ, ਕੰਨਾਂ ਵਿੱਚ ਸੁਣਨ ਸ਼ਕਤੀ, ਜਵਾਨ ਵਿੱਚ ਬੋਲਣ ਸ਼ਕਤੀ, ਪੈਰਾਂ ਵਿੱਚ ਚੱਲਣ ਦੀ, ਹੱਥਾਂ ਵਿੱਚ ਕਿਰਿਆ ਕਰਨ ਦੀ ਸ਼ਕਤੀ, ਇਹ ਸਭ ਉਸੇ ਦਾਤੇ ਦੀ ਦਿੱਤੀ ਹੋਈ ਹੈ। ਇਸ ਕਰਕੇ ਮਨੁੱਖ ਸਰੀਰ ਦਾ ਦਾਤਾ ਵੀ ਉਹੀ ਹੈ, ਇਸ ਮਨੁੱਖ ਸਰੀਰ ਵਿੱਚ ਅਕਲ ਬੁੱਧ ਦਾ ਦਾਤਾ ਵੀ ਉਹੀ ਹੈ, ਪਰ ਸਭ ਤੋਂ ਵੱਡਾ ਦਾਤਾ ਤਾਂ ਪਰਮੇਸ਼ਰ ਹੀ ਹੈ। ਗਿਆਨੀ ਕਵਨ, ਤੇ ਦੁਨੀਆਂ ਵਿੱਚ ਅਸਲੀ ਮਹਾਨ ਗਿਆਨੀ ਕੌਣ ਹੈ? ਕਹਿੰਦੇ ਗਿਆਨੀ ਨਾਨਕ ਦੇਵ। ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੇ ਗਿਆਨੀ ਹਨ, ਗਿਆਨਵਾਨ ਹਨ। ਕਿਉਂ ਗਿਆਨੀ ਹੈ?
ਜੋ ਅਗਿਆਨੀ ਪਸ ਨਰਨਕ ਤੁਰਤ ਬਣਾਵੇ ਦੇਵ। ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਸਭ ਤੋਂ ਵੱਡੇ ਬ੍ਰਹਮ ਗਿਆਨੀ ਹੈ ਵੀ ਜਿਹੜੇ ਅਗਿਆਨੀ ਤੇ ਪਸ਼ੂਆਂ ਵਰਗੇ ਮਨੁੱਖ ਹੈ ਉਹਨਾਂ ਨੂੰ ਬੜੀ ਛੇਵੀ ਕਹਿੰਦੇ ਦੇਵਤਾ ਰੱਬ ਦਾ ਰੂਪ ਬਣਾ ਦੇਣ ਵਾਲੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹੀ ਬਣਾਏ ਹੈ। ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਦੇਵ ਲੈਤ ਵਰਗੇ ਜਿਹੜੇ ਆਦਮ ਖਾਣੇ ਮਨੁੱਖ ਸੀ, ਚੱਟ ਉਹਨਾਂ ਨੂੰ ਬਣਾਤਾ ਦੇਵਤਿਆਂ ਵਰਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਵਰਗਾ ਦੁਨੀਆਂ ਵਿਚ ਕੋਈ ਬ੍ਰਹਮ ਗਿਆਨੀ ਨਹੀਂ ਹੈ, ਕੋਈ ਗਿਆਨਵਾਨ ਨਹੀਂ ਹੈ। ਇਹ ਗਿਆਨੀ ਨਾਨਕ ਦੇਵ, ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੇ ਗਿਆਨੀ ਹਨ। ਕਹੋ ਵਿਚਾਰ ਅਵਿਚਾਰ, ਕਹੋ ਵਿਚਾਰ ਅਵਿਚਾਰ, ਵਿਚਾਰ ਕੀ ਹੈ ਇਹਦੇ ਸੰਬੰਧ ਵਿਚ ਕਹੋ। ਉੱਤਰ ਹੈ ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ, ਵੀ ਗੁਰੂ ਦੀ ਮਤ ਕੀ ਹੈ, ਅਨਮਤ ਹੋਰ ਮਨਮਤ ਕੀ ਹੈ। ਉਹ ਦੋਹਾਂ ਦੇ ਵਿੱਚੋਂ ਜਿਹੜੀ ਕਹਿੰਦੇ ਜਿਹੜੀ ਸੱਤ ਹੈ ਵਸਤੂ, ਉਹਦਾ ਜਿਹੜਾ ਖੋਜ ਲੈਣਾ, ਢੂੰਡ ਲੈਣਾ ਹੈ। ਗੁਰੂ ਦੀ ਮਤ ਦੁਆਰਾ ਮਨਮਤ ਛੱਡ ਕੇ ਜਿਹੜਾ ਕੋਈ ਅਸਲੀ ਵਸਤ ਨੂੰ ਖੋਜ ਲੈਣਾ, ਲੱਭ ਲੈਣਾ ਹੈ, ਇਸੇ ਦਾ ਨਾਮ ਅਸਲੀ ਸ੍ਰੇਸ਼ਟ ਵਿਚਾਰ ਹੈ। ਅਵਿਚਾਰ, ਹਾਂ ਬੇਵਿਚਾਰ, ਜਿਹੜੀ ਬਿਨਾਂ ਵਿਚਾਰ ਤੋਂ ਹੋਣਾ, ਜਿਹੜੀ ਨਹੀਂ ਵਿਚਾਰ, ਨਿਸ਼ਫਲ ਵਿਚਾਰ, ਭੈੜੀ ਵਿਚਾਰ। ਉਹ ਕਹਿੰਦੇ ਭੇਡ ਚਾਲ ਕੀ ਅੰਧ ਗਾਤ, ਜਾਣ ਲਿਓ ਅਵਿਚਾਰ। ਜਿਵੇਂ ਭੇਡਾਂ ਦੀ ਟੋਰ ਹੁੰਦੀ ਹੈ, ਭੇਡਾਂ ਦੀ ਉਹ ਚੱਲਣਾ ਹੁੰਦਾ, ਤੇ ਅੰਧੇ ਦੀ ਜਿਵੇਂ ਅੰਧਿਆਂ ਦੀ ਗੱਤ ਰੀਤੀ ਹੁੰਦੀ ਹੈ। ਅੰਧਾ ਆਗੂ ਜੈਸੀ ਹੈ ਕਿ ਪਾਦਰ ਜਾਣਾ, ਅੰਧਾ ਗੰਗਾ ਅੱਖੂ ਹੀ ਠੇਲੇ। ਜਿਵੇਂ ਅੰਨਿਆਂ ਦੇ ਮਗਰ ਕੋਈ ਲੱਗ ਜਾਏ, ਫੜ ਕੇ ਜਾ ਕੇ ਖੂਹ ਖਾਤੇ ਵੀ ਸਿੱਟ ਦੂਗਾ, ਵੀ ਉਹਨੇ ਡਿੱਗਣਾ ਹੈ। ਇਸੇ ਤਰ੍ਹਾਂ ਕਹਿੰਦੇ ਜਿਵੇਂ ਭੇਡ ਚਾਲ, ਭੇਡਾਂ ਚੱਲ ਰਹੀਆਂ, ਭੇਲਾਂ ਦੀ ਰੀਤੀ ਹੁੰਦੀ ਹੈ। ਇੱਕ ਮੂਹਰੇ ਨੀਵੀਂ ਜੀ ਪਾਈ ਚੱਲਦੀ ਹੈ, ਮਗਰ ਸਾਰੀਆਂ ਨੀਵੀਂ ਚਾਈ ਉਹ ਵੀ ਚਲੀ ਜਾਂਦੀਆਂ। ਜੇ ਉਹ ਮੂਹਰਲੀ ਭੇਡ ਖੂਹ ਚ ਡਿੱਗ ਪਏ ਤੇ ਮਗਰਲੀਆਂ ਨੇ ਵੀ ਕੋਈ ਨੀ ਦੇਖਣਾ, ਵੀ ਨੀਵੀਂ ਪਾਈ ਉਹ ਵੀ ਪਿੱਛੇ ਡਿੱਗ ਪਈਆਂ। ਮਗਰ ਇਸ ਤਰ੍ਹਾਂ ਹੈ, ਜਿਹੜੀ ਕੋਈ ਭੇਡਾਂ ਦੀ ਜਿਵੇਂ ਤੋਰ ਹੁੰਦੀ ਹੈ, ਤੇ ਅੰਨਿਆਂ ਦੀ ਵੀ ਜਿਵੇਂ ਰੀਤੀ ਹੈ, ਅੰਨੇ ਜਾ ਕੇ ਜੰਗਲ ਵੀ ਖੂਹ ਖਾਤੇ ਵੀ ਡਿੱਗ ਪੈਂਦੇ ਹੈ, ਤੇ ਭੇਡਾਂ ਵੀ ਖੂਹ ਵਿੱਚ ਡਿੱਗ ਪੈਂਦੀਆਂ। ਇਸੇ ਤਰ੍ਹਾਂ ਬਿਨਾਂ ਵਿਚਾਰ ਤੋਂ ਜਿਹੜਾ ਕੋਈ ਕਰਨਾ ਕਰਾਉਣਾ ਹੈ, ਇਹ ਭੇਡ ਚਾਲ ਹੈ, ਵੀ ਉਹਦੇ ਵਿੱਚ ਲੱਭਣ ਲਵਾਉਣ ਨੂੰ ਭਾਵੇਂ ਕੁਝ ਨਾ ਹੋਵੇ। ਕਈ ਵਾਰੀ ਪਿਛਲੇ ਸਮੇਂ ਕੋਈ ਦਾਦੇ ਪੜਦਾਦੇ ਤੋਂ ਲੈ ਕੇ ਬਿਨਾਂ ਵਿਚਾਰ ਤੋਂ ਕੋਈ ਉਹ ਘਰ ਦੇ ਵਿੱਚ ਰੀਤੀ ਜੀ ਚਲੀ ਆਉਂਦੀ ਹੁੰਦੀ, ਉਹਨੂੰ ਕਰੀ ਕਰਾਏ ਜਾਣਾ। ਜੇ ਕੋਈ ਕਹੇ ਵੀ ਇਹ ਤੂੰ ਕੀ ਕਰਨਾ, ਕਹਿੰਦੇ ਜੀ ਕੀ ਕਰੀਏ, ਸਾਡੇ ਦਾਦੇ ਪੜਦਾਦੇ ਲੱਕੜਦਾਦੇ ਇਉਂ ਹੀ ਕਰਦੇ ਆਏ ਸੀ, ਹੁਣ ਸਾਡੇ ਬਸ ਦੀ ਗੱਲ ਨਹੀਂ, ਅਸੀਂ ਤਾਂ ਹੁਣ ਕਰਨਾ ਹੀ ਹੈ। ਉਹਦੇ ਵਿੱਚ ਲੱਭਣਾ ਲਵਾਉਣਾ ਕੁਛ ਨਾ, ਬਿਨਾਂ ਵਿਚਾਰ ਤੋਂ ਜਿਹੜਾ ਕਰੀਕਰ ਕਰੀਕ ਜਾਈ ਜਾਣਾ, ਉਹਨੂੰ ਭੇਡ ਚਾਲ ਕਹਿੰਦੇ ਜੇ ਅੰਧਿਆਂ ਦੀ ਰੀਤੀ, ਅੰਧਿਆਂ ਦਾ ਹਾਲ। ਇਸ ਤਰ੍ਹਾਂ ਕਹਿੰਦੇ ਇਹਦਾ ਨਾਲ ਆ ਵਿਚਾਰ ਹੈ,
ਜਿਹੜੀ ਭੇਟ ਖਿਆਲ ਹੈ ਜਾਂ ਇਸੇ ਤਰ੍ਹਾਂ ਅੰਨਿਆਂ ਦੀ ਜਿਵੇਂ ਟੋਰ ਹੁੰਦੀ ਅੰਨੇ ਚੱਲਦੇ ਹੁੰਦੇ ਹੈ, ਅੰਨਿਆਂ ਮਗਰ ਕੋਈ ਲੱਗ ਜਾਏ ਤੇ ਉਹ ਡਿੱਗਦਾ ਖੂਹੇ ਖਾਤੇ ਵਿੱਚ ਤੇ ਮਗਰ ਹੀ ਦੂਜੇ ਵੀ ਪੈਂਦੇ ਹੈ। ਜਾਂ ਬਿਨਾਂ ਵਿਚਾਰ ਤੋਂ ਜਿਹੜਾ ਮਨੁੱਖ ਚੱਲਦਾ ਹੈ ਉਹ ਸਮਝ ਲਓ ਭੇਟ ਚਾਲ ਹੈ ਜਾਂ ਅੰਧਗਤ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪ੍ਰਸ਼ਨ ਰੂਪ ਦੇ ਵਿੱਚ ਬਾਣੀ ਉਚਾਰਨ ਕੀਤੀ, ਇਸ ਦੇ ਜਿਹੜੇ ਉੱਤਰ ਹੈ ਇਹਨਾਂ ਦੋਹਰਿਆਂ ਰਾਹੀਂ ਇਸ ਢੰਗ ਨਾਲ ਸੰਪਰਦਾ ਵਿੱਚ ਦਿੱਤੇ ਜਾਂਦੇ ਨੇ। ਸੋ ਇਹ ਜਿਹੜਾ ਸਮਾਂ ਵੀ ਪੂਰਾ ਹੋ ਗਿਆ ਤੇ ਦੋਹਰੇ ਵੀ ਇੱਥੇ ਪੂਰੇ ਹੋ ਗਏ ਹਨ। ਅਗਲੀ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਸੰਪਰਦਾ ਵਿੱਚ ਪਰਮਾਰਥ ਰੂਪ ਵਿੱਚ ਦੱਸੀ ਜਾਂਦੀ ਵਿਦਿਆਰਥੀਆਂ ਨੂੰ, ਉਹ ਆਪਾਂ ਰਲ ਮਿਲ ਕੇ ਕਰਾਂਗੇ। ਕੱਲ੍ਹ ਨੂੰ ਮਾਘੀ ਦਾ ਦਿਨ ਵੀ ਆ ਗਿਆ, ਸੋ ਮਾਘ ਦੇ ਮਹੀਨੇ ਦੇ ਵਿੱਚ ਆਪਾਂ ਵਿਚਾਰ ਕਰ ਲਾਂਗੇ। ਇਹ ਜਿਹੜੀ ਵਿਚਾਰ ਹੈ ਪਰਸੋਂ ਪ੍ਰਾਰੰਭ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ, ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਹਿ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਰ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਚ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚਰੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਰੂਪਾਰੇ ਉਤਾਰਨ ਹਾਰ।